ਦੋਸਤੋ, ਸਟਾਕਹੋਮ ਸਵੀਡਨ ਵਿੱਚ ਸਾਡੇ 3 ਰੋਜ਼ਾ ਪ੍ਰੋਗਰਾਮ ਦੇ ਸਵੇਰ ਦੇ ਸੈਸ਼ਨ ਦੇ ਇਸ ਦੂਜੇ ਭਾਗ ਵਿੱਚ ਤੁਹਾਡਾ ਸਵਾਗਤ ਹੈ। ਸਵੇਰੇ ਮੈਂ ਤੁਹਾਡੇ ਨਾਲ ਜ਼ਿੰਦਗੀ ਦੇ ਮਕਸਦ ਬਾਰੇ ਗੱਲ ਕਰ ਰਿਹਾ ਸੀ ਕਿ ਕਿਸ ਕਰਕੇ ਅਸੀਂ ਮਨੁੱਖ ਹਾਂ, ਅਤੇ ਜਿਸ ਸਿੱਟੇ 'ਤੇ ਮੈਂ ਪਹੁੰਚਿਆ ਉਹ ਇਹ ਸੀ ਕਿ ਇਹ ਹੀ ਇੱਕ ਜੂਨੀ ਹੈ ਜਿਸ ਵਿੱਚ ਸਾਡੇ ਕੋਲ ਨਿਰਣਾ ਸ਼ਕਤੀ ਹੁੰਦੀ ਹੈ, ਅਤੇ ਇਸ ਨਿਰਣਾ ਸ਼ਕਤੀ ਦੇ ਜ਼ਰੀਏ ਅਸੀਂ ਜੋ ਵੀ ਚਾਹੀਏ ਉਸ ਦੀ ਭਾਲ ਕਰ ਸਕਦੇ ਹਾਂ। ਅਤੇ ਜੇ ਅਸੀਂ ਆਪਣੇ ਅਸਲ ਘਰ, ਆਪਣੀ ਸੱਚਾਈ ਨੂੰ ਆਪਣੇ ਅੰਦਰ ਭਾਲੀਏ ਤਾਂ ਅਸੀਂ ਉਸ ਨੂੰ ਵੀ ਲੱਭ ਸਕਦੇ ਹਾਂ। ਅਤੇ ਇਸ ਮਕਸਦ ਨੂੰ ਪੂਰਾ ਕਰਨ ਦਾ ਪ੍ਰਬੰਧ ਅਸੀਂ ਇਹ ਕੀਤਾ ਕਿ ਜਦੋਂ ਅਸੀਂ ਆਪਣੇ ਦਿਲ ਵਿੱਚ ਜਿਗਿਆਸਾ ਕਰਦੇ ਹਾਂ ਤਾਂ ਅਸੀਂ ਲੱਭ ਲੈਂਦੇ ਹਾਂ। ਇੱਕ ਪਰਮ ਸੰਤ ਸਤਿਗੁਰੂ ਜਾਂ ਕਾਮਲ ਮੁਰਸ਼ਦ ਸਾਡੇ ਵਾਂਗ ਇੱਕ ਮਨੁੱਖ ਹੁੰਦਾ ਹੈ। ਇੱਕ ਕਾਮਲ ਮੁਰਸ਼ਦ ਅਤੇ ਸਾਡੇ ਵਿਚਕਾਰ ਉਸਦੀ ਜਾਗਰੂਕਤਾ ਨੂੰ ਛੱਡ ਕੇ ਹੋਰ ਕੋਈ ਫਰਕ ਨਹੀਂ ਹੁੰਦਾ। ਅਸੀਂ ਸਿਰਫ ਇਸ ਸਸਤੂਲ ਸੰਸਾਰ ਦੀ ਇਸ ਹਕੀਕਤ ਤੋਂ ਹੀ ਜਾਣੂ ਹੁੰਦੇ ਹਾਂ, ਪਰ ਇੱਕ ਕਾਮਲ ਮੁਰਸ਼ਦ ਸਾਡੇ ਸੱਚੇ ਘਰ ਦੀ ਅਸਲੀਅਤ ਸਮੇਤ ਸਾਡੇ ਦੁਆਰਾ ਪੈਦਾ ਕੀਤੀਆਂ ਸਾਰੀਆਂ ਹਕੀਕਤਾਂ ਤੋਂ ਜਾਣੂ ਹੁੰਦਾ ਹੈ। ਕੇਵਲ ਇਹ ਹੀ ਨਹੀਂ, ਉਹ ਉਸ ਤੱਕ ਪਹੁੰਚ ਕਰ ਸਕਦਾ ਹੈ। ਇਹ ਹੀ ਨਹੀਂ ਕਿ ਉਹ ਅਚਾਨਕ ਉੱਥੇ ਜਾ ਕੇ ਪਤਾ ਲਗਾ ਸਕਦਾ ਹੈ ਕਿ ਕੀ ਹੋ ਰਿਹਾ ਹੈ, ਉਹ ਹਰ ਸਮੇਂ ਉੱਥੇ ਹੁੰਦਾ ਹੈ। ਦਰਅਸਲ ਅਸੀਂ ਵੀ ਉੱਥੇ ਹੀ ਹੁੰਦੇ ਹਾਂ, ਅਸੀਂ ਹਰ ਸਮੇਂ ਉੱਥੇ ਹੁੰਦੇ ਹਾਂ। ਇਹ ਪੂਰਾ ਸ਼ੋਅ ਅਸਲ ਵਿੱਚ ਸਾਡੇ ਸੱਚੇ ਘਰ ਵਿੱਚ ਹੀ ਹੋ ਰਿਹਾ ਹੈ। ਅਸੀਂ ਕਿਸੇ ਨੂੰ ਵੀ, ਕਿਸੇ ਚੀਜ਼ ਨੂੰ ਅਤੇ ਕਿਸੇ ਵੀ ਥਾਂ ਨੂੰ ਕਦੇ ਨਹੀਂ ਸੀ ਛੱਡਿਆ। ਅਸੀਂ ਸਿਰਫ ਇਸ ਦੀ ਰਚਨਾ ਕੀਤੀ ਸੀ। ਅਸੀਂ ਇਹਨਾਂ ਸਾਰੇ ਅਨੁਭਵਾਂ ਨੂੰ ਉੱਥੇ ਹੀ ਬਣਾਇਆ ਸੀ। ਸਾਡੇ ਸੱਚੇ ਘਰ ਦੀ ਯਾਤਰਾ ਅਸਲ ਵਿੱਚ ਸਪੇਸ ਅਤੇ ਟਾਈਮ ਦੀ ਯਾਤਰਾ ਨਹੀਂ ਹੈ। ਸਾਡੇ ਸੱਚੇ ਘਰ ਦੀ ਯਾਤਰਾ ਸੋਝੀ ਦੁਆਰਾ ਕੀਤੀ ਜਾਣ ਵਾਲੀ ਯਾਤਰਾ ਹੈ। ਇਹ ਜਾਗਰੂਕਤਾ ਦੀ ਪਰਤ ਦਰ ਪਰਤ ਦਾ ਖੁੱਲ੍ਹਣਾ ਹੈ, ਅਤੇ ਇਹ ਪਤਾ ਲਗਾਉਣਾ ਹੈ ਕਿ ਇਹ ਇੱਕ ਨੀਂਦ ਦੇ ਅੰਦਰ ਇੱਕ ਨੀਂਦ, ਉਸਦੇ ਅੰਦਰ ਇੱਕ ਹੋਰ ਨੀਂਦ ਹੈ, ਇੱਕ ਸੁਪਨੇ ਦੇ ਅੰਦਰ ਇੱਕ ਸੁਪਨਾ, ਉਸ ਦੇ ਅੰਦਰ ਇੱਕ ਹੋਰ ਸੁਪਨਾ। ਜਦੋਂ ਅਸੀਂ ਕੋਈ ਸੁਪਨਾ ਦੇਖਦੇ ਹਾਂ ਤਾਂ ਅਸੀਂ ਆਪਣਾ ਬਿਸਤਰਾ ਛੱਡ ਕੇ ਨਹੀਂ ਜਾਂਦੇ, ਅਸੀਂ ਅਜੇ ਵੀ ਉੱਥੇ ਉਸੇ ਸਥਾਨ 'ਤੇ ਸੌਂ ਰਹੇ ਹੁੰਦੇ ਹਾਂ। ਅਸੀਂ ਇੱਕ ਸੁਪਨਾ ਦੇਖ ਸਕਦੇ ਹਾਂ ਅਤੇ ਫਿਰ ਉਸ ਸੁਪਨੇ ਵਿੱਚ ਫਿਰ ਸੌਂ ਕੇ ਅਸੀਂ ਇੱਕ ਹੋਰ ਸੁਪਨਾ ਦੇਖ ਸਕਦੇ ਹਾਂ। ਜਦੋਂ ਅਸੀਂ ਇਹਨਾਂ ਪਹਿਲੇ ਅਤੇ ਦੂਜੇ ਸੁਪਨੇ ਤੋਂ ਜਾਗਦੇ ਹਾਂ ਤਾਂ ਅਸੀਂ ਉਸੇ ਬਿਸਤਰ 'ਤੇ ਹੁੰਦੇ ਹਾਂ ਜਿਸ ਉੱਤੇ ਅਸੀਂ ਸੌਣ ਗਏ ਸੀ। ਇਹ ਬਿਲਕੁਲ ਇਸੇ ਤਰ੍ਹਾਂ ਹੈ। ਇਹ ਸੁਪਨਿਆਂ ਦੀਆਂ ਦੁਨੀਆਵਾਂ ਹਨ ਜਿਨ੍ਹਾਂ ਨੂੰ ਅਸੀਂ ਖੁਦ ਬਣਾਉਂਦੇ ਹਾਂ, ਪਰ ਇਹ ਇਸ ਲਈ ਅਸਲ ਹੋ ਜਾਂਦੀਆਂ ਹਨ ਕਿਉਂਕਿ ਅਸੀਂ ਆਪਣੀ ਜਾਗਣ ਦੀ ਅਵਸਥਾ ਨੂੰ ਭੁਲਾ ਦਿੰਦੇ ਹਾਂ। ਮੰਨ ਲਓ ਕਿ ਤੁਸੀਂ ਰਾਤ ਨੂੰ ਇੱਕ ਸੁਪਨਾ ਦੇਖ ਰਹੇ ਹੋ ਅਤੇ ਇਸ ਦੇ ਨਾਲ ਨਾਲ ਤੁਸੀਂ ਜਾਗਣ ਵਾਲੀ ਅਵਸਥਾ ਤੋਂ ਵੀ ਜਾਣੂ ਹੋ ਤਾਂ ਸੁਪਨਾ ਕਦੇ ਵੀ ਅਸਲ ਨਹੀਂ ਹੋਵੇਗਾ। ਇਹ ਕੇਵਲ ਦਿਨ ਦੇ ਇੱਕ ਸੁਪਨੇ ਵਾਂਗ ਹੋਵੇਗਾ। ਇਹ ਬਸ ਕਿਸੇ ਚੀਜ਼ ਬਾਰੇ ਸੋਚਣ ਦੀ ਤਰ੍ਹਾਂ ਹੀ ਹੋਵੇਗਾ। ਅਜੇ ਵੀ ਇਹ ਸਥੂਲ ਸੰਸਾਰ ਹੀ ਤੁਹਾਡੀ ਅਸਲੀਅਤ ਹੋਵੇਗੀ, ਪਰ ਇੱਕ ਸੁਪਨੇ ਨੂੰ ਅਸਲ ਬਣਾਉਣ ਲਈ ਤੁਹਾਨੂੰ ਆਪਣੇ ਸਥੂਲ ਸੰਸਾਰ ਨੂੰ ਪੂਰੀ ਤਰ੍ਹਾਂ ਭੁੱਲਣਾ ਪਵੇਗਾ। ਤੁਹਾਨੂੰ ਚੇਤਨਾ ਦਾ ਪੱਧਰ ਬਦਲਣਾ ਪਵੇਗਾ ਤਾਂ ਕਿ ਤੁਹਾਨੂੰ ਇਹ ਪਤਾ ਹੀ ਨਾ ਰਹੇ ਕਿ ਤੁਸੀਂ ਕਿੱਥੇ ਸੌ ਰਹੇ ਹੋ, ਤੁਸੀਂ ਕਿਹੜੇ ਬਿਸਤਰੇ ਵਿੱਚ ਹੋ, ਕਿੱਥੇ ਹੋ, ਅਤੇ ਇਸ ਤੋਂ ਬਾਅਦ ਤੁਹਾਡਾ ਸੁਪਨਾ ਅਸਲੀ ਬਣ ਜਾਂਦਾ ਹੈ ਅਤੇ ਤੁਸੀਂ ਉਸ ਸੁਪਨੇ ਵਿੱਚ ਇੱਕ ਨਵਾਂ ਸਰੀਰ ਲੈ ਕੇ ਘੁੰਮਦੇ ਹੋ। ਸਾਡੇ ਸੱਚੇ ਘਰ ਤੋਂ ਲੈ ਕੇ ਇਸ ਮੌਜੂਦਾ ਪੱਧਰ ਤੱਕ ਨਿਰੰਤਰ ਇਹੀ ਮਾਮਲਾ ਚੱਲ ਰਿਹਾ ਹੈ, ਅਤੇ ਉੱਥੇ ਕਈ ਪੱਧਰ ਹਨ। 5 ਵੱਡੀਆਂ ਤਬਦੀਲੀਆਂ ਹੁੰਦੀਆਂ ਹਨ ਸਾਡੇ ਸੱਚੇ ਘਰ ਤੋਂ ਵਾਪਰਦੀਆਂ ਹਨ, ਜਿੱਥੇ ਅਸੀਂ ਕੇਵਲ ਇੱਕ ਹੀ ਚੇਤਨਾ ਹਾਂ, ਸਿਰਫ ਇੱਕ ਹੀ ਹੋਂਦ ਹਾਂ, ਅਸੀਂ ਸਾਰੇ ਸਿਰਫ ਇੱਕ ਹਾਂ। ਅਸੀਂ ਕਦੇ ਵੱਖ ਹੋਏ ਹੀ ਨਹੀਂ ਸੀ, ਅਸੀਂ ਕਦੇ ਵੀ ਵੱਖ ਨਹੀਂ ਹੋਵਾਂਗੇ। ਅਸੀਂ ਹੁਣ ਵੀ ਇੱਕ ਹੀ ਹਾਂ, ਪਰ ਅਸੀਂ ਇੱਕ ਸੁਪਨਾ ਤਿਆਰ ਕਰਦੇ ਹਾਂ ਕਿ ਅਸੀਂ ਬਹੁਤ ਸਾਰੇ ਹਾਂ ਅਤੇ ਅਸੀਂ ਇਕੱਲੇ ਇਕੱਲੇ ਹਾਂ, ਪਹਿਲਾ ਸੁਪਨਾ, ਅਤੇ ਅਸੀਂ ਇਸ ਨੂੰ ਅਸਲ ਦਾ ਰੂਪ ਦੇ ਦਿੱਤਾ ਹੈ ਇਹ ਭੁੱਲ ਕੇ ਕਿ ਅਸੀਂ ਇੱਕ ਹਾਂ।
ਇਹ ਖੂਬਸੂਰਤ ਤਰੀਕਾ ਹੈ। ਫਿਰ ਅਸੀਂ ਇੱਕ ਹੋਣ ਦੀ ਵਿਅਕਤੀਗਤ ਅਵਸਥਾ ਤੋਂ ਇੱਕ ਹੋਰ ਸੁਪਨਾ ਪੈਦਾ ਕਰਦੇ ਹਾਂ, ਇੱਕ ਸੁਪਨਾ ਜਿਸ ਵਿੱਚ ਅਸੀਂ ਸੋਚ ਸਕਦੇ ਹਾਂ, ਜਿੱਥੇ ਸਾਡਾ ਮਨ ਹੁੰਦਾ ਹੈ, ਜਿੱਥੇ ਸਾਡੇ ਕੋਲ ਸਮਾਂ ਅਤੇ ਸਪੇਸ ਹੁੰਦੀ ਹੈ, ਅਤੇ ਸਮੇਂ ਅਤੇ ਸਪੇਸ ਵਿੱਚ ਅਸੀਂ ਮੌਜੂਦਾ, ਅਤੀਤ ਅਤੇ ਭਵਿੱਖ ਜਾਂ ਪ੍ਰੈਜੈਂਟ, ਪੈਸਟ ਐਂਡ ਫਿਊਚਰ ਦਾ ਨਿਰਮਾਣ ਕਰਦੇ ਹਾਂ। ਇਹ ਬਹੁਤ ਸੁੰਦਰ ਤਰੀਕਾ ਹੈ ਅਤੇ ਅਸੀਂ ਆਪਣੇ ਇਕੱਲੇ ਆਪੇ ਨੂੰ ਭੁੱਲ ਕੇ ਇਸ ਨੂੰ ਮਜ਼ਬੂਤ ਕਰਦੇ ਹਾਂ ਅਤੇ ਸਾਨੂੰ ਲੱਗਦਾ ਹੈ ਇਹ ਹੁਣ ਅਸਲੀ ਸੰਸਾਰ ਹੈ। ਸਮੇਂ ਅਤੇ ਸਪੇਸ, ਕਾਰਨ ਅਤੇ ਪ੍ਰਭਾਵ ਦੇ ਦੁਨੀਆ, ਕਰਮਾਂ ਦੀ ਦੁਨੀਆ, ਕਰਮਾਂ ਨੂੰ ਜਨਮ ਦੇਣ ਦੀ ਦੁਨੀਆ, ਅਤੇ ਅਸੀਂ ਇਸ ਸਭ ਦਾ ਆਨੰਦ ਲੈਂਦੇ ਹਾਂ। ਇਸ ਤੋਂ ਬਾਅਦ ਉੱਥੋਂ ਅਸੀਂ ਇੱਕ ਹੋਰ ਸੁਪਨਾ ਦੇਖ ਸਕਦੇ ਹਾਂ ਅਤੇ ਉੱਥੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲ ਵੱਖ ਵੱਖ ਗਿਆਨ ਇੰਦਰੀਆਂ ਹਨ। ਅਸੀਂ ਜੋ ਕੁਝ ਵੀ ਜਾਣਨਾ ਚਾਹੁੰਦੇ ਹਾਂ ਅਸੀਂ ਉਸ ਨੂੰ ਵੇਖਣ, ਛੂਹਣ, ਚੱਖਣ, ਸੁੰਘਣ ਅਤੇ ਸੁਣਨ ਵਿੱਚ ਵੰਡ ਸਕਦੇ ਹਾਂ। ਅਸੀਂ ਇਹਨਾਂ ਗਿਆਨ ਇੰਦਰੀਆਂ ਨੂੰ ਵੱਖ ਕਰਦੇ ਹਾਂ ਅਤੇ ਆਪਣੇ ਉੱਤੇ ਧਾਰਨਾਵਾਂ ਦੇ ਇੱਕ ਹੋਰ ਸਰੀਰ ਨੂੰ ਲਪੇਟ ਲੈਂਦੇ ਹਾਂ, ਇੱਕ ਹੋਰ ਸੁਪਨਾ, ਅਤੇ ਬਾਕੀ ਸਭ ਨੂੰ ਭੁੱਲ ਕੇ ਉਸ ਨੂੰ ਸੱਚ ਬਣਾਉਂਦੇ ਹਾਂ। ਉਸ ਤੋਂ ਬਾਅਦ ਅਸੀਂ ਸਾਰੀਆਂ ਗਿਆਨ ਇੰਦਰੀਆਂ ਨੂੰ ਇੱਕ ਸਥੂਲ ਸਰੀਰ ਨਾਲ ਢੱਕ ਲੈਂਦੇ ਹਾਂ ਅਤੇ ਭੁੱਲ ਜਾਂਦੇ ਹਾਂ ਕਿ ਗਿਆਨ ਇੰਦਰੀਆਂ ਵੱਖਰੀਆਂ ਹਨ। ਭੁੱਲ ਜਾਂਦੇ ਹਾਂ ਇਹ ਮਨ ਇੱਕ ਪਰਦਾ ਸੀ। ਭੁੱਲ ਜਾਂਦੇ ਹਾਂ ਕਿ ਅਸੀਂ ਇੱਕ ਹਸਤੀ ਤੋਂ ਵੱਖ ਹੋਏ ਹਾਂ ਅਤੇ ਉਸ ਇੱਕ ਹਸਤੀ ਨੂੰ ਭੁੱਲ ਜਾਂਦੇ ਹਾਂ, ਅਤੇ ਫਿਰ ਅਸੀਂ ਅਸਲ ਸਥੂਲ ਸੰਸਾਰ ਦੀ ਰਚਨਾ ਕਰਦੇ ਹਾਂ ਅਤੇ ਇੱਕ ਅਸਲੀ ਸਥੂਲ ਸਰੀਰ ਬਣ ਜਾਂਦੇ ਹਾਂ। ਅਸੀਂ ਇਹ ਇੱਕ ਵਧੀਆ ਕੰਮ ਕੀਤਾ। ਮੈਂ ਕਲਪਨਾ ਨਹੀਂ ਕਰ ਸਕਦਾ ਕਿ ਅਸੀਂ ਇਸ ਤੋਂ ਬਿਹਤਰ ਵੀ ਕੁਝ ਕਰ ਸਕਦੇ ਸੀ। ਇਹ ਸੰਪੂਰਨ ਹੈ। ਸੰਪੂਰਨਤਾ ਇਸ ਤੱਤ ਵਿੱਚ ਹੈ ਕਿ ਅਸੀਂ ਚੇਤਨਾ ਦੇ ਇਹਨਾਂ ਸਾਰੇ ਪੱਧਰਾਂ ਵਿੱਚ, ਰਚਨਾ ਦੇ ਇਹਨਾਂ ਸਾਰੇ ਪੱਧਰਾਂ ਵਿੱਚ ਥੱਲੇ ਵੱਲ ਨੂੰ ਵਹਿ ਸਕਦੇ ਹਾਂ ਅਤੇ ਉਹਨਾਂ ਸਾਰਿਆਂ ਨੂੰ ਸੱਚ ਬਣਾ ਸਕਦੇ ਹਾਂ। ਅਸੀਂ ਪਰਛਾਵਿਆਂ ਜਾਂ ਭਰਮਾਂ ਦੇ ਪੱਧਰ ਨਹੀਂ ਬਣਾਏ, ਅਸੀਂ ਹਕੀਕਤ ਦੇ ਪੱਧਰਾਂ ਦੀ ਰਚਨਾ ਕੀਤੀ, ਅਤੇ ਅਜਿਹਾ ਕਰ ਸਕਣ ਲਈ ਅਸੀਂ ਇੱਕ ਬਹੁਤ ਵਧੀਆ ਕੰਮ ਕੀਤਾ। ਉਸ ਇੱਕ ਨੇ ਬਹੁਤ ਵਧੀਆ ਕੰਮ ਕੀਤਾ, ਅਤੇ ਫਿਰ ਕੋਈ ਹੋਰ ਚੀਜ਼ ਸਾਨੂੰ ਦੱਸਦੀ ਹੈ ਉੱਥੇ ਇੱਕ ਹੈ, ਉੱਥੇ ਕੁਝ ਹੋਰ ਵੀ ਹੈ, ਅਤੇ ਅਸੀਂ ਆਪਣੇ ਆਪ ਨੂੰ ਵੱਖ ਕਰ ਲੈਂਦੇ ਹਾਂ। ਅਸੀਂ ਆਪਣੇ ਆਪ ਨੂੰ, ਆਪਣੇ ਅਸਲ ਆਪੇ ਨੂੰ ਵੱਖਰਾ ਸਮਝਣ ਲੱਗਦੇ ਹਾਂ। ਅਸੀਂ ਉਸ ਨੂੰ ਪਰਮਾਤਮਾ, ਈਸ਼ਵਰ, ਅੱਲਾ, ਪਰਮੇਸ਼ਵਰ ਕਹਿੰਦੇ ਹਾਂ। ਅਸੀਂ ਆਪਣੇ ਆਪੇ ਨੂੰ ਬਹੁਤ ਸਾਰੇ ਨਾਮ ਦੇ ਦਿੰਦੇ ਹਾਂ ਅਤੇ ਆਪਣੇ ਆਪ ਨੂੰ ਵੱਖ ਕਰ ਲੈਂਦੇ ਹਾਂ, ਅਤੇ ਫਿਰ ਕਹਿੰਦੇ ਹਾਂ ਅਸੀਂ ਉਸ ਪਰਮਾਤਮਾ ਦੀ ਭਾਲ ਵਿੱਚ ਹਾਂ। ਅਸੀਂ ਪਰਮਾਤਮਾ ਦੀ ਪ੍ਰਾਰਥਨਾ ਕਰ ਰਹੇ ਹਾਂ। ਅਸੀਂ ਕਿਸ ਦੀ ਪ੍ਰਾਰਥਨਾ ਕਰ ਰਹੇ ਹਾਂ? ਅਸੀਂ ਆਪਣੇ ਅਸਲੀ ਆਪੇ ਦੀ ਪ੍ਰਾਰਥਨਾ ਕਰ ਰਹੇ ਹਾਂ। ਅਸੀਂ ਉਸ ਦੀ ਪ੍ਰਾਰਥਨਾ ਕਰ ਰਹੇ ਹਾਂ ਜਿਸ ਵਿੱਚੋਂ ਇਸ ਸ੍ਰਿਸ਼ਟੀ ਸਮੇਤ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆਈ। ਅਤੇ ਖੂਬੀ ਇਹ ਹੈ ਕਿ ਆਪਾ ਜਾਂ ਸਵੈ ਜੋ ਇੱਕ ਵਿੱਚ ਸੀ, ਉਹੀ ਆਪਾ ਇਹਨਾਂ ਵੱਖੋ ਵੱਖਰੇ ਰੂਪਾਂ ਵਿੱਚ ਸੀ। ਉਹ ਆਪਾ ਗਿਆਨ ਇੰਦਰੀਆਂ ਵਿੱਚ ਸੀ। ਉਹੀ ਸਵੈ ਅੱਜ ਸਾਡੇ ਸਿਰ ਵਿੱਚ ਬੈਠਾ ਹੈ। ਉਹ ਸਵੈ ਕਦੇ ਨਹੀਂ ਬਦਲਿਆ। ਉਸ ਸਵੈ ਜਾਂ ਆਪੇ ਦੇ ਆਲੇ ਦੁਆਲੇ ਦੇ ਸਾਰੇ ਅਨੁਭਵ, ਆਪੇ ਦੇ ਆਲੇ ਦੁਆਲੇ ਦੇ ਸਰੀਰ, ਉਹ ਕੱਪੜੇ ਜਿਨ੍ਹਾਂ ਨੂੰ ਅਸੀਂ ਵੱਖ ਵੱਖ ਅਨੁਭਵਾਂ ਨੂੰ ਪ੍ਰਾਪਤ ਕਰਨ ਲਈ ਪਾਇਆ, ਉਹ ਬਦਲਦੇ ਗਏ, ਪਰ ਆਪਾਂ ਕਦੇ ਨਹੀਂ ਬਦਲਿਆ। ਜੇ ਅਸਲੀਅਤ ਦੀ, ਸੱਚ ਦੀ ਅਸਲ ਪਰਿਭਾਸ਼ਾ ਇਹ ਹੈ, ਉਹ ਜੋ ਕਦੇ ਨਾ ਬਦਲੇ, ਤਾਂ ਇੱਕੋ ਇੱਕ ਚੀਜ਼ ਜੋ ਨਹੀਂ ਬਦਲਦੀ ਉਹ ਸਾਡਾ ਆਪਣਾ ਸਵੈ ਹੈ। ਇਹਨਾਂ ਸਾਰੀਆਂ ਚੀਜ਼ਾਂ ਦਾ ਅਨੁਭਵ ਲੈਣ ਵਾਲਾ ਕਦੇ ਨਹੀਂ ਬਦਲਿਆ, ਹੋਰ ਸਭ ਕੁਝ ਬਦਲ ਗਿਆ। ਇਸ ਲਈ ਉਸ ਦੇ ਆਪਣੇ ਆਪੇ ਤੋਂ ਇਲਾਵਾ ਹੋਰ ਕੁਝ ਵੀ ਸੱਚ ਨਹੀਂ ਹੈ, ਅਤੇ ਉਸ ਇੱਕ ਆਪੇ ਨੂੰ ਲੱਭਣ ਲਈ ਅਸੀਂ ਇੱਕ ਵਧੀਆ ਪ੍ਰਬੰਧ ਕੀਤਾ ਕਿ ਅਸੀਂ ਸਥੂਲ ਸੰਸਾਰ ਵਿੱਚ ਮਿਲਾਂਗੇ, ਹੋਰ ਕਿਤੇ ਨਹੀਂ। ਜਾਨਵਰਾਂ ਦੀ ਦੁਨੀਆ ਵਿੱਚ ਨਹੀਂ, ਪੰਛੀਆਂ ਦੀ ਦੁਨੀਆ ਵਿੱਚ ਨਹੀਂ, ਪੌਦਿਆਂ ਦੀ ਦੁਨੀਆ ਵਿੱਚ ਨਹੀਂ, ਉੱਡਦੇ ਪੰਛੀਆਂ ਦੀ ਦੁਨੀਆ ਵਿੱਚ ਨਹੀਂ, ਅਤੇ ਹੋਰ ਕਿਤੇ ਨਹੀਂ, ਨਾ ਹੀ ਫਰਿਸ਼ਤਿਆਂ ਵਿੱਚ, ਨਾ ਉੱਚੇ ਸਵਰਗਾਂ ਵਿੱਚ, ਸਿਰਫ
ਇੱਕ ਜਗ੍ਹਾ ਤੇ ਹੀ ਅਸੀਂ ਵਾਪਸ ਜਾਣ ਦਾ ਤਰੀਕਾ ਰੱਖਿਆ। ਇੱਕ ਮਨੁੱਖੀ ਸਰੀਰ ਵਿੱਚ ਜਿਸ ਕੋਲ ਮਨ ਦੇ ਅੰਦਰ ਇੱਕ ਨਿਰਣਾ ਸ਼ਕਤੀ ਹੁੰਦੀ ਹੈ, ਉਸ ਮਨੁੱਖ ਦੇ ਸਰੀਰ ਰਾਹੀਂ ਜਿਸ ਨੂੰ ਭਵਿੱਖ ਦਾ ਕੋਈ ਗਿਆਨ ਨਹੀਂ। ਸਾਨੂੰ ਘਰ ਵਾਪਸ ਜਾਣ ਲਈ ਇਹੀ ਯੋਗਤਾ ਦੀ ਲੋੜ ਹੈ ਕਿ ਅਸੀਂ ਉਸ ਸਰੀਰ ਵਿੱਚ ਹੋਈਏ ਜਿਸ ਵਿੱਚ ਅਸੀਂ ਇਹ ਸੋਚ ਸਕਦੇ ਹੋਈਏ ਕਿ ਸਾਨੂੰ ਫੈਸਲੇ ਲੈਣੇ ਪੈਣਗੇ, ਅਤੇ ਫਿਰ ਕਹੀਏ ਅਸੀਂ ਘਰ ਵਾਪਸ ਜਾਣਾ ਚਾਹੁੰਦੇ ਹਾਂ ਅਤੇ ਉਹ ਘਰ ਵੱਖਰਾ ਹੈ, ਪਰਮਾਤਮਾ ਉੱਥੇ ਰਹਿੰਦਾ ਹੈ, ਇਹ ਜਾਣੇ ਬਗੈਰ ਕਿ ਪਰਮਾਤਮਾ ਸਾਡੀ ਆਪਣੀ ਸਮੁੱਚੀ ਚੇਤਨਾ ਹੈ। ਅਸੀਂ ਵੱਖਰੇ ਹਾਂ, ਅਸੀਂ ਲੰਬਾ ਰਸਤਾ ਤੈਅ ਕਰਨਾ ਹੈ, ਸਾਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਉੱਡ ਕੇ ਜਾਣਾ ਹੈ। ਅਸੀਂ ਕਿਧਰੇ ਵੀ ਉੱਡਦੇ ਨਹੀਂ, ਅਸੀਂ ਉੱਥੇ ਹਾਂ, ਅਸੀਂ ਵਾਰ ਵਾਰ ਜਾਗਦੇ ਹਾਂ, ਅਸੀਂ ਇੱਕ ਹਕੀਕਤ ਜਾਣਨ ਲਈ ਜਾਗਦੇ ਹਾਂ, ਅਸੀਂ ਦੁਬਾਰਾ ਇੱਕ ਉੱਚ ਹਕੀਕਤ ਨੂੰ ਜਾਣਨ ਲਈ ਜਾਗਦੇ ਹਾਂ, ਅਖੀਰ ਵਿੱਚ ਅਸੀਂ ਸੱਚ ਨੂੰ ਜਾਣਨ ਲਈ ਜਾਗਦੇ ਹਾਂ, ਅਤੇ ਫਿਰ ਅਸੀਂ ਹਰ ਚੀਜ਼ ਨੂੰ ਦੁਬਾਰਾ ਬਣਾ ਸਕਦੇ ਹਾਂ। ਪਰ ਅਸੀਂ ਕੁਝ ਬਹੁਤ ਹੀ ਅਜੀਬ ਚੀਜ਼ਾਂ ਵੀ ਕੀਤੀਆਂ ਜੋ ਇਸ ਸਾਰੀ ਚੀਜ਼ ਬਾਰੇ ਬਹੁਤ ਸਾਰੇ ਸਵਾਲ ਖੜ੍ਹੇ ਕਰਦੀਆਂ ਹਨ, ਸਾਡੇ ਆਲੇ ਦੁਆਲੇ ਦੇ ਇਸ ਅਨੁਭਵ ਦੇ ਕਾਰਨ 'ਤੇ ਸਵਾਲ ਉਠਾਉਂਦੀਆਂ ਹਨ। ਉਹਨਾਂ ਚੀਜ਼ਾਂ ਵਿੱਚੋਂ ਇੱਕ ਜੋ ਅਸੀਂ ਕੀਤਾ ਉਹ ਸੀ ਸਮੇਂ ਅਤੇ ਸਪੇਸ ਦੇ ਅਨੁਭਵ ਨੂੰ ਅਸਲ ਬਣਾਉਣਾ। ਅਸੀਂ ਇਸ ਨੂੰ ਦਵੈਤ ਦੇ ਪੱਧਰ 'ਤੇ ਲੈ ਆਏ। ਇਸ ਦਾ ਅਰਥ ਇਹ ਹੈ ਕਿ ਇਸ ਨੂੰ ਪਰਸਪਰ ਵਿਰੋਧੀ ਜੋੜਿਆਂ ਵਿੱਚ ਚਲਾਇਆ ਜਾਣਾ ਜ਼ਰੂਰੀ ਹੈ, ਭਾਵ ਇਹ ਕਿ ਸਾਡੀਆਂ ਗਿਆਨ ਇੰਦਰੀਆਂ ਕਿਸੇ ਵੀ ਅਜਿਹੀ ਚੀਜ਼ ਨੂੰ ਨਹੀਂ ਕਬੂਲ ਕਰਨਗੀਆਂ ਜਦੋਂ ਤੱਕ ਕਿ ਉਸ ਦੇ ਉਲਟ ਕੁਛ ਨਾ ਹੋਵੇ। ਜਿਵੇਂ ਰੋਸ਼ਨੀ ਬਾਰੇ ਕੋਈ ਗਿਆਨ ਨਹੀਂ ਹੋਵੇਗਾ ਜਦ ਤੱਕ ਹਨੇਰਾ ਨਾ ਹੋਵੇ। ਕਲਪਨਾ ਕਰੋ ਜੇ ਹਰ ਸਮੇਂ ਕੁਝ ਹੱਦ ਤੱਕ ਰੋਸ਼ਨੀ ਰਹਿੰਦੀ ਅਤੇ ਕਦੇ ਵੀ ਹਨੇਰਾ ਨਹੀਂ ਹੁੰਦਾ ਤਾਂ ਸਾਡੇ ਵਿੱਚੋਂ ਕਿਸੇ ਨੇ ਵੀ ਕਦੇ ਰੋਸ਼ਨੀ ਨਹੀਂ ਸੀ ਦੇਖਣੀ। ਸਾਨੂੰ ਪਤਾ ਨਹੀਂ ਸੀ ਲੱਗਣਾ ਕਿ ਇੱਥੇ ਰੋਸ਼ਨੀ ਵੀ ਕੋਈ ਚੀਜ਼ ਹੁੰਦੀ ਹੈ, ਕਿਉਂਕਿ ਇਸ ਦੇ ਹਰ ਸਮੇਂ ਮੌਜੂਦ ਰਹਿਣ ਕਾਰਨ ਉਸ ਨੂੰ ਵੇਖਣ ਦਾ ਕੋਈ ਤਰੀਕਾ ਨਹੀਂ ਹੁੰਦਾ। ਜਦੋਂ ਹਨੇਰਾ ਆਉਂਦਾ ਹੈ ਤਾਂ ਰੋਸ਼ਨੀ ਅਸਲ ਬਣ ਜਾਂਦੀ ਹੈ। ਜੇ ਖੁਸ਼ੀ ਅਤੇ ਗਮੀ ਦੋਵੇਂ ਨਾ ਹੁੰਦੇ ਤਾਂ ਖੁਸ਼ੀ ਦਾ ਨਾਮ ਨਹੀਂ ਸੀ ਹੋਣਾ। ਇਸ ਰਚਨਾ ਦਾ ਹਰ ਅਨੁਭਵ ਵਿਰੋਧੀ ਜੋੜਿਆਂ 'ਤੇ ਆਧਾਰਿਤ ਹੈ ਅਤੇ ਇਹ ਦਵੈਤ ਦੇ ਸਿਧਾਂਤ 'ਤੇ ਆਧਾਰਿਤ ਹੈ। ਦਵੈਤ ਨੂੰ ਅਨੁਭਵਾਂ ਦੇ ਅਹਿਸਾਸਾਂ ਨੂੰ ਵਧਾਉਣ ਲਈ ਬਣਾਇਆ ਗਿਆ ਸੀ। ਤੁਸੀਂ ਜਿੰਨੇ ਜ਼ਿਆਦਾ ਨਾ ਖੁਸ਼ ਹੁੰਦੇ ਹੋ, ਖੁਸ਼ੀ ਮਿਲਣ 'ਤੇ ਤੁਸੀਂ ਉਨੇ ਹੀ ਵਧੇਰੇ ਖੁਸ਼ ਹੁੰਦੇ ਹੋ। ਜਿੰਨਾ ਜ਼ਿਆਦਾ ਤੀਬਰ ਕੋਈ ਇੱਕ ਭਾਵਨਾ ਹੁੰਦੀ ਹੈ, ਉਨੀ ਹੀ ਤੀਬਰ ਉਸ ਦੀ ਵਿਰੋਧੀ ਭਾਵਨਾ ਬਣ ਜਾਂਦੀ ਹੈ। ਅਸੀਂ ਇਹ ਸਭ ਕੁਝ ਕਿਉਂ ਕੀਤਾ? ਇਸ ਤਰ੍ਹਾਂ ਦੇ ਅਨੁਭਵ ਹਾਸਲ ਕਰਨ ਲਈ ਅਸੀਂ ਵਿਰੋਧੀ ਤੱਥਾਂ ਦੇ ਜੋੜਿਆਂ ਦੀ ਦੁਨੀਆ ਕਿਉਂ ਬਣਾਈ? ਕਾਰਨ ਇਹ ਹੈ ਕਿਉਂਕਿ ਅਸੀਂ ਆਪਣੇ ਸੱਚੇ ਘਰ ਨਾਲ ਸੰਬੰਧ ਰੱਖਦੇ ਹਾਂ, ਜਿੱਥੇ ਕੁਝ ਵੀ ਪ੍ਰਤੀਕੂਲ ਜਾਂ ਉਲਟ ਜਾਂ ਵਿਰੋਧੀ ਨਹੀਂ ਹੁੰਦਾ। ਅਸੀਂ ਵਿਰੋਧੀ ਤੱਥਾਂ ਦੇ ਜੋੜਿਆਂ ਦੀ ਇਹ ਦੁਨੀਆ ਬਣਾਈ ਅਤੇ ਇਹ ਬਿਨਾਂ ਕਿਸੇ ਵਿਰੋਧੀ ਤੱਥਾਂ ਦੇ ਜੋੜਿਆਂ ਵਾਲੀ ਦੁਨੀਆ ਦੇ ਉਲਟ ਹੋ ਗਏ। ਇਸੇ ਕਾਰਨ ਕਰਕੇ ਕਿ ਜਦੋਂ ਅਸੀਂ ਇਸ ਤਰ੍ਹਾਂ ਦਾ ਅਨੁਭਵ ਇਸ ਵਿਰੋਧੀ ਤੱਥਾਂ ਦੇ ਜੋੜਿਆਂ ਦੀ ਦੁਨੀਆ ਵਿੱਚ ਕਰਦੇ ਹਾਂ, ਜਿੱਥੇ ਦੁੱਖ ਅਤੇ ਦਰਦ, ਖੁਸ਼ੀ ਅਤੇ ਆਨੰਦ ਹਨ, ਇੱਕ ਦੁਨੀਆ ਜਿਸ ਵਿੱਚ ਹਨੇਰੇ ਅਤੇ ਰੋਸ਼ਨੀ ਦੋਵੇਂ ਹੋਣ, ਅਜਿਹਾ ਸੰਸਾਰ ਜਿੱਥੇ ਸਵਰਗ ਵਰਗਾ ਜੀਵਨ ਜੀਣ ਵਾਲੇ ਲੋਕ ਅਤੇ ਕਈ ਜੇਲ੍ਹਾਂ ਅਤੇ ਹਸਪਤਾਲਾਂ ਵਿੱਚ ਜੀਵਨ ਬਤੀਤ ਕਰਨ ਵਾਲੇ ਲੋਕ ਵੀ ਹੋ ਸਕਣ, ਅਜਿਹੀ ਦੁਨੀਆ ਜਿੱਥੇ ਅਸੀਂ ਵਿਰੋਧੀ ਤੱਥਾਂ ਦੇ ਸੰਸਾਰ ਦੀ ਰਚਨਾ ਕੀਤੀ ਅਤੇ ਜਦੋਂ ਅਸੀਂ ਆਪਣੇ ਸੱਚੇ ਘਰ ਵਾਪਸ ਜਾਂਦੇ ਹਾਂ ਜੋ ਇਸ ਸਾਰੇ ਅਨੁਭਵ ਤੋਂ ਉਲਟ ਹੈ, ਤਾਂ ਅਸੀਂ ਉਸ ਦੀ ਇੰਨੀ ਕਦਰ ਕਰਦੇ ਹਾਂ ਜੋ ਕਿ ਅਸੀਂ ਪਹਿਲਾਂ ਨਹੀਂ ਸੀ ਕਰ ਸਕਦੇ। ਇਹ ਇੱਕ ਮਹਾਨ ਉਦੇਸ਼ ਜੋ ਮਨੁੱਖੀ ਜੀਵਨ ਦਾ ਨਹੀਂ ਸੀ ਬਲਕਿ ਰਚਨਾ ਦਾ ਉਦੇਸ਼ ਸੀ। ਪਰ ਫਿਰ ਕੀ ਸਾਨੂੰ ਸੱਚਮੁੱਚ ਇਸ ਦੁਨੀਆ ਵਿੱਚ ਇੰਨੇ ਦੁੱਖ ਅਤੇ ਤਕਲੀਫਾਂ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਵਾਪਸ ਜਾ ਕੇ ਦੇਖ ਸਕੀਏ ਕਿ ਉੱਥੇ ਕੋਈ ਦਰਦ ਨਹੀਂ ਹੈ? ਨਹੀਂ, ਵਾਪਸ ਜਾ ਕੇ ਅਸੀਂ ਇਹ ਨਹੀਂ ਕਹਿੰਦੇ ਉੱਥੇ ਦਰਦ ਸੀ, ਇੱਥੇ ਕੋਈ ਦਰਦ ਨਹੀਂ। ਅਸੀਂ ਕਹਿੰਦੇ ਹਾਂ ਰੱਬ ਦਾ ਸ਼ੁਕਰ ਹੈ
ਇਹ ਸਭ ਇੱਕ ਸੁਪਨਾ ਸੀ। ਅਸੀਂ ਕਹਿੰਦੇ ਹਾਂ, ਰੱਬ ਦਾ ਸ਼ੁਕਰ ਹੈ, ਇਹ ਸਭ ਕੁਝ ਸਾਡੇ ਦੁਆਰਾ ਹੀ ਬਣਾਇਆ ਗਿਆ ਸੀ। ਇਹ ਅਜਿਹਾ ਹੀ ਹੈ ਜਿਵੇਂ ਤੁਸੀਂ ਸਥੂਲ ਸੰਸਾਰ ਵਿੱਚ ਕੋਈ ਭਿਆਨਕ ਸੁਪਨਾ ਦੇਖਦੇ ਹੋ ਅਤੇ ਫਿਰ ਤੁਸੀਂ ਜਾਗ ਜਾਂਦੇ ਹੋ। ਅਜੇ ਵੀ ਤੁਸੀਂ ਉਸ ਖੌਫਨਾਕ ਸੁਪਨੇ ਕਾਰਨ ਡਰੇ ਹੋਏ ਹੁੰਦੇ ਹੋ। ਫਿਰ ਤੁਸੀਂ ਕਹਿੰਦੇ ਹੋ, ਰੱਬ ਦਾ ਸ਼ੁਕਰ ਹੈ ਕਿ ਇਹ ਸਿਰਫ ਇੱਕ ਸੁਪਨਾ ਸੀ। ਇਹ ਬਿਲਕੁਲ ਇਸੇ ਤਰ੍ਹਾਂ ਮਹਿਸੂਸ ਹੁੰਦਾ ਹੈ। ਇੱਕ ਸੁਪਨੇ ਨੂੰ ਬਣਾਉਣ ਦੀ ਪ੍ਰਕਿਰਿਆ ਉਹੀ ਸੀ ਜੋ ਰਚਨਾ ਦੇ ਸਾਰੇ ਪੱਧਰਾਂ ਦੇ ਨਿਰਮਾਣ ਕਰਨ ਦੀ ਪ੍ਰਕਿਰਿਆ ਸੀ। ਚੇਤਨਾ ਦੀ ਉਹੀ ਪ੍ਰਕਿਰਿਆ ਕਿ ਚੇਤਨਾ ਵਿੱਚ ਇਹਨਾਂ ਪੱਧਰਾਂ ਨੂੰ ਵਿਕਸਿਤ ਕਰਨ ਅਤੇ ਇੱਕ ਪੱਧਰ ਤੋਂ ਦੂਜੇ ਪੱਧਰ 'ਤੇ ਜਾਣ ਦੀ ਸ਼ਕਤੀ ਸੀ। ਇਸ ਲਈ ਅਸੀਂ ਜੋ ਕੀਤਾ ਉਹ ਇੱਕ ਉੱਤਮ ਕੰਮ ਸੀ। ਪਰ ਜੇ ਤੁਸੀਂ ਉਸ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਦੇਖੋ ਤਾਂ ਉਹ ਨਾਮੁਕੰਮਲ ਲੱਗੇਗਾ। ਪਰ ਜੇਕਰ ਤੁਸੀਂ ਇਸ ਵਿਸ਼ਾਲ ਤਸਵੀਰ ਜੋ ਮੈਂ ਤੁਹਾਡੇ ਅੱਗੇ ਬਣਾ ਰਿਹਾ ਹਾਂ, ਜੋ ਸ੍ਰਿਸ਼ਟੀ ਦੀ ਤਸਵੀਰ ਹੈ, ਇਸ ਦੇ ਕਿਸੇ ਵੀ ਛੋਟੇ ਜਿਹੇ ਹਿੱਸੇ ਨੂੰ ਦੇਖੋਗੇ ਤਾਂ ਉਹ ਨਾਮੁਕੰਮਲ ਲੱਗੇਗਾ। ਪਰ ਜੇ ਤੁਸੀਂ ਸਾਰੀ ਵਿਸ਼ਾਲ ਤਸਵੀਰ ਦੇਖੋਗੇ ਤਾਂ ਉਹ ਸੰਪੂਰਨ ਲੱਗੇਗੀ। ਸੋ ਇੱਕ ਮਨੁੱਖ ਜੋ ਇਹਨਾਂ ਸਾਰੀਆਂ ਪੱਧਰਾਂ ਬਾਰੇ ਹਮੇਸ਼ਾ ਜਾਣੂ ਹੁੰਦਾ ਹੈ, ਨਾ ਕਿ ਉਹ ਕਦੀ ਕਦੀ ਇਹਨਾਂ 'ਤੇ ਪਹੁੰਚ ਸਕਦਾ ਹੈ। ਹਰ ਸਮੇਂ ਉਹ ਪੂਰੇ ਸ਼ੋਅ ਤੋਂ ਜਾਣੂ ਹੁੰਦਾ ਹੈ, ਇਹ ਕਿਵੇਂ ਚੱਲ ਰਿਹਾ ਹੈ। ਉਸ ਨੂੰ ਸੰਪੂਰਨਤਾ ਦਾ ਗਿਆਨ ਹੁੰਦਾ ਹੈ ਅਤੇ ਇਸ ਕਰਕੇ ਉਹ ਖੁਦ ਸੰਪੂਰਨ ਹੈ। ਹਾਲਾਂਕਿ ਉਹ ਜਾਣਦਾ ਹੈ ਕਿ ਜਿਸ ਸਰੀਰ ਨੂੰ ਉਸਨੇ ਪਹਿਨਿਆ ਹੋਇਆ ਹੈ ਉਹ ਨਾਮੁਕੰਮਲ ਹੈ। ਉਸਨੇ ਜਿਸ ਮਨ ਨੂੰ ਪਹਿਨਿਆ ਹੋਇਆ ਹੈ ਉਹ ਨਾਮੁਕੰਮਲ ਹੈ, ਜਿਵੇਂ ਕਿ ਹਰ ਕਿਸੇ ਹੋਰ ਮਨੁੱਖ ਦਾ ਸਰੀਰ ਅਤੇ ਮਨ ਨਾਮੁਕੰਮਲ ਹਨ। ਪਰ ਉਹ ਚੇਤਨਾ ਪ੍ਰਤੀ ਜਾਗਰੂਕਤਾ ਦੇ ਕਾਰਨ ਸੰਪੂਰਨ ਹੈ। ਸੰਪੂਰਨਤਾ ਸਰੀਰ ਵਿੱਚ ਜਾਂ ਗਿਆਨ ਇੰਦਰੀਆਂ ਵਿੱਚ ਜਾਂ ਮਨ ਵਿੱਚ ਜਾਂ ਵਿਚਾਰਾਂ ਵਿੱਚ ਨਹੀਂ ਹੈ। ਸੰਪੂਰਨਤਾ ਰਚਨਾ ਦੇ ਸਾਰੇ ਪੱਧਰਾਂ ਦੇ ਗਿਆਨ ਅਤੇ ਜਾਗਰੂਕਤਾ ਵਿੱਚ ਹੈ। ਅਤੇ ਇਸੇ ਲਈ ਜਦੋਂ ਅਜਿਹਾ ਵਿਅਕਤੀ ਸਾਡੀ ਜ਼ਿੰਦਗੀ ਵਿੱਚ ਆਉਂਦਾ ਹੈ ਤਾਂ ਉਹ ਇੱਕ ਖਾਸ ਉਦੇਸ਼ ਨਾਲ ਮਨੁੱਖੀ ਰੂਪ ਵਿੱਚ ਆਉਂਦਾ ਹੈ। ਉਸ ਦਾ ਮਕਸਦ ਕੀ ਹੈ? ਉਹ ਜਿਹੜੇ ਉਸ ਸਮੇਂ ਤਿਆਰ ਹੁੰਦੇ ਹਨ ਅਤੇ ਇਸ ਸੰਸਾਰ ਵਿੱਚ ਮਨੁੱਖ ਹੋਣ ਦੇ ਨਾਤੇ ਉਸ ਦੀ ਸੂਚੀ ਵਿੱਚ ਦਰਜ ਹੁੰਦੇ ਹਨ, ਉਹ ਉਹਨਾਂ ਨੂੰ ਵਾਪਸ ਘਰ ਲਿਜਾਂਦਾ ਹੈ। ਉਸ ਦਾ ਉਦੇਸ਼ ਬਹੁਤ ਸਪਸ਼ਟ ਹੁੰਦਾ ਹੈ। ਮਨੁੱਖੀ ਜੀਵਨ ਦਾ ਸਾਡਾ ਉਦੇਸ਼ ਘਰ ਵਾਪਸ ਜਾਣਾ ਹੈ, ਕਿਉਂਕਿ ਸਾਨੂੰ ਮਨੁੱਖੀ ਸਰੀਰ ਅਤੇ ਸੋਚਣ ਦਾ, ਫੈਸਲਾ ਲੈਣ ਦਾ ਮਨੁੱਖੀ ਢੰਗ ਮਿਲਿਆ ਹੋਇਆ ਹੈ। ਮਨੁੱਖੀ ਢੰਗ ਨਾਲ ਜਿਗਿਆਸਾ ਕਰਨ ਦਾ ਤਰੀਕਾ ਮਿਲਿਆ ਹੋਇਆ ਹੈ। ਇਹ ਹੀ ਸਾਡਾ ਉਦੇਸ਼ ਹੈ। ਇੱਕ ਕਾਮਲ ਮੁਰਸ਼ਦ ਦਾ ਉਦੇਸ਼ ਇਹ ਵੇਖਣਾ ਹੁੰਦਾ ਹੈ ਕਿ ਕਿਹੜੀਆਂ ਰੂਹਾਂ ਵਾਪਸ ਜਾਣ ਲਈ ਤਿਆਰ ਹਨ, ਜਿਨ੍ਹਾਂ ਨੂੰ ਮਾਗਡ ਜਾਂ ਚਿੰਨਤ ਰੂਹਾਂ ਕਿਹਾ ਜਾਂਦਾ ਹੈ। ਚਰਵਾਹੇ ਵਜੋਂ ਉਸ ਨੂੰ ਮਾਗਡ ਭੇਡਾਂ ਮਿਲੀਆਂ ਹੋਈਆਂ ਹੁੰਦੀਆਂ ਹਨ ਅਤੇ ਉਹ ਉਹਨਾਂ ਨੂੰ ਵਾਪਸ ਘਰ ਲਿਜਾਂਦਾ ਹੈ। ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਉਸ ਸਮੇਂ ਤੁਸੀਂ ਕਿਸ ਜਾਲ ਵਿੱਚ ਫਸੇ ਹੋਏ ਹੋ। ਅਸੀਂ ਸੋਚਦੇ ਹਾਂ, ਫਿਕਰ ਕਰਦੇ ਹਾਂ ਕਿ ਮੈਂ ਜਾਣ ਦੇ ਕਾਬਲ ਹਾਂ, ਮੈਂ ਹੀ ਕਿਉਂ, ਮੈਨੂੰ ਕਿਉਂ ਚੁੱਕਿਆ ਜਾ ਰਿਹਾ ਹੈ, ਕਿਉਂਕਿ ਅਸੀਂ ਇੱਥੇ ਆਪਣੇ ਹੋਣ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਦੇਖ ਰਹੇ ਹੁੰਦੇ ਹਾਂ। ਅਸੀਂ ਇੱਥੇ ਆਪਣੀ ਮੌਜੂਦਾ ਜ਼ਿੰਦਗੀ ਦਾ ਬਹੁਤ ਛੋਟਾ ਹਿੱਸਾ ਦੇਖ ਰਹੇ ਹੁੰਦੇ ਹਾਂ। ਅਸੀਂ ਆਪਣੀਆਂ ਪਿਛਲੀਆਂ ਜ਼ਿੰਦਗੀਆਂ ਨੂੰ ਭੁੱਲ ਗਏ ਹਾਂ। ਅਸੀਂ ਆਪਣਾ ਬਚਪਨ ਵੀ ਭੁੱਲ ਗਏ ਹਾਂ। ਅਸੀਂ ਆਪਣੇ ਅਨੁਭਵਾਂ ਦੀਆਂ ਬਹੁਤੀਆਂ ਘਟਨਾਵਾਂ ਨੂੰ ਭੁੱਲ ਗਏ ਹੁੰਦੇ ਹਾਂ। ਪਰ ਜਦੋਂ ਇੱਕ ਕਾਮਲ ਮੁਰਸ਼ਦ ਸਾਡੇ ਵੱਲ ਦੇਖਦਾ ਹੈ ਤਾਂ ਉਹ ਸਾਡੇ ਸਰੀਰ ਵੱਲ ਨਹੀਂ ਦੇਖ ਰਿਹਾ ਹੁੰਦਾ। ਉਹ ਇਹ ਨਹੀਂ ਦੇਖ ਰਿਹਾ ਹੁੰਦਾ ਕਿ ਅਸੀਂ ਇੱਥੇ ਕੀ ਕੁਛ ਹੰਢਾਇਆ ਹੈ। ਉਹ ਉਹਨਾਂ ਸਾਰੀਆਂ ਜ਼ਿੰਦਗੀਆਂ ਵੱਲ ਦੇਖ ਰਿਹਾ ਹੁੰਦਾ ਹੈ ਜਿਸ ਵਿੱਚੋਂ ਅਸੀਂ ਲੰਘੇ ਹੁੰਦੇ ਹਾਂ। ਉਹ ਦੇਖ ਰਿਹਾ ਹੁੰਦਾ ਹੈ ਕਿਸ ਤਰ੍ਹਾਂ ਇਸ ਲੰਬੇ ਸਮੇਂ ਵਿੱਚ ਇਹ ਘਰ ਵਾਪਸ ਜਾਣ ਦੀ ਤਿਆਰੀ ਹੋਈ। ਉਹ ਕੇਵਲ ਇੱਕ ਜ਼ਿੰਦਗੀ ਨੂੰ ਨਹੀਂ ਵੇਖਦਾ, ਉਹ ਕਈ ਜੀਵਨ ਕਾਲਾਂ ਨੂੰ ਵੇਖਦਾ ਹੈ ਜਿਨ੍ਹਾਂ ਵਿੱਚੋਂ ਅਸੀਂ ਲੰਘ ਚੁੱਕੇ ਹੁੰਦੇ ਹਾਂ ਅਤੇ ਜਾਣ ਸਕਦਾ ਹੈ ਇਹ ਵਿਅਕਤੀ ਤਿਆਰ ਹੈ, ਮੇਰੀ ਸੂਚੀ ਵਿੱਚ ਹੈ, ਮੈਂ ਇਸ ਨੂੰ ਲੈ ਜਾਵਾਂਗਾ। ਪਰ ਬਹੁਤ ਸਾਰੇ ਹੋਰ ਅਜਿਹੇ ਵੀ ਹੁੰਦੇ ਹਨ
ਜੋ ਅਜਿਹੀ ਚੇਤਨਾ ਵਾਲੇ ਵਿਅਕਤੀਆਂ ਦੇ ਕਰੀਬ ਆਉਂਦੇ ਹਨ। ਉਹ ਉਹਨਾਂ ਨੂੰ ਵੀ ਮਾਰਕ ਕਰਦਾ ਹੈ, ਪਰ ਉਹ ਉਹਨਾਂ 'ਤੇ ਅਜਿਹਾ ਨਿਸ਼ਾਨ ਨਹੀਂ ਲਗਾਉਂਦੇ ਕਿ ਉਹ ਉਹਨਾਂ ਦੀ ਆਪਣੀ ਸੂਚੀ ਵਿੱਚ ਸ਼ਾਮਲ ਹੋ ਜਾਣ। ਸੋ ਉਹ ਦੋ ਸੂਚੀਆਂ ਰੱਖਦੇ ਹਨ। ਹੁਣ ਮੈਂ ਕਾਮਲ ਮੁਰਸ਼ਦ ਦੇ ਦਸਤਾਵੇਜ਼ ਜਾਂ ਮੈਨੂਅਲ ਤੋਂ ਪੜ੍ਹ ਰਿਹਾ ਹਾਂ ਜਿਨ੍ਹਾਂ ਦਾ ਖੁਲਾਸਾ ਨਹੀਂ ਕੀਤਾ ਜਾਣਾ ਚਾਹੀਦਾ। ਉਹ ਦੋ ਸੂਚੀਆਂ ਰੱਖਦੇ ਹਨ, ਪਹਿਲੀ ਅਤੇ ਦੂਜੀ ਸੂਚੀ। ਪਹਿਲੀ ਸੂਚੀ ਉਹਨਾਂ ਦੀ ਜਿਨ੍ਹਾਂ ਨੂੰ ਉਹ ਵਾਪਸ ਲੈ ਜਾਣਗੇ, ਅਤੇ ਦੂਜੀ ਸੂਚੀ ਉਹਨਾਂ ਦੀ ਜਿਨ੍ਹਾਂ ਨੂੰ ਉਹ ਮਾਰਕ ਕਰਨਗੇ ਤਾਂ ਜੋ ਕੋਈ ਹੋਰ ਕਾਮਲ ਮੁਰਸ਼ਦ ਉਹਨਾਂ ਨੂੰ ਘਰ ਵਾਪਸ ਲੈ ਜਾਵੇਗਾ। ਇਹ ਕੋਈ ਹੋਰ ਕਾਮਲ ਮੁਰਸ਼ਦ ਵੀ ਹੋ ਸਕਦਾ ਹੈ, ਸ਼ਾਇਦ ਇਸ ਜੀਵਨ ਵਿੱਚ ਨਾ ਹੋਵੇ, ਸ਼ਾਇਦ ਕਿਸੇ ਹੋਰ ਜੀਵਨ ਵਿੱਚ ਨਾ ਹੋਵੇ, ਪਰ ਅਜਿਹਾ ਹੋਵੇਗਾ ਜ਼ਰੂਰ। ਇਸ ਲਈ ਜੇ ਕੋਈ ਕਿਸੇ ਅਜਿਹੇ ਵਿਅਕਤੀ ਨੂੰ ਦੇਖ ਲਵੇ, ਕੇਵਲ ਇੱਕ ਵਾਰ ਉਸ ਵਿਅਕਤੀ ਨੂੰ ਦੇਖ ਲਵੇ ਤਾਂ ਦੂਜੀ ਸੂਚੀ ਵਿੱਚ ਹੋਣ ਦੀ ਗਰੰਟੀ ਹੈ। ਇਹ ਇੰਨਾ ਸੌਖਾ ਹੈ, ਪਰ ਪਹਿਲੀ ਸੂਚੀ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਨੇ ਇਸ ਜੀਵਨ ਵਿੱਚ ਹੀ ਜਾਣਾ ਹੈ। ਇਸ ਸੰਸਾਰ ਵਿੱਚ ਬਹੁਤ ਸਾਰੇ ਗੁਰੂ ਹੁੰਦੇ ਹਨ। ਉਹਨਾਂ ਵਿੱਚੋਂ ਜ਼ਿਆਦਾਤਰ ਉਹ ਹੁੰਦੇ ਹਨ ਜੋ ਸਾਨੂੰ ਉਹ ਚੀਜ਼ਾਂ ਸਿਖਾਉਂਦੇ ਹਨ ਜੋ ਸਾਡੇ ਵਿੱਚ ਮਾਨਸਿਕ ਯੋਗਤਾਵਾਂ ਪੈਦਾ ਕਰਦੀਆਂ ਹਨ। ਉਹਨਾਂ ਦਾ ਗਿਆਨ ਉਹਨਾਂ ਮਨੋਵਿਗਿਆਨਿਕ ਸ਼ਕਤੀਆਂ ਤੱਕ ਸੀਮਤ ਹੁੰਦਾ ਹੈ ਜੋ ਸਾਡੇ ਵਿੱਚ ਸਾਡੀਆਂ ਅੱਖਾਂ ਦੇ ਪਿੱਛੇ ਮੌਜੂਦ ਹੁੰਦੀਆਂ ਹਨ। ਉਹ ਸਾਡੇ ਨਾਲ ਹੇਠਾਂ ਦੇ 6 ਊਰਜਾ ਕੇਂਦਰਾਂ ਦੇ ਪੱਧਰਾਂ ਬਾਰੇ ਗੱਲ ਕਰਦੇ ਹਨ। ਸਾਰੀ ਊਰਜਾ ਜੋ ਇਸ ਸਰੀਰ ਨੂੰ ਪੈਦਾ ਕਰਦੀ ਹੈ, ਇਸ ਸਰੀਰ ਨੂੰ ਬਣਾਉਂਦੀ ਹੈ, ਕਾਇਮ ਰੱਖਦੀ ਹੈ, ਅਖੀਰ ਵਿੱਚ ਇਸ ਸਰੀਰ ਨੂੰ ਮਾਰਦੀ ਹੈ, ਉਹ ਹੇਠਾਂ ਦੇ ਇਹਨਾਂ 6 ਕੇਂਦਰਾਂ ਵਿੱਚ ਹੁੰਦੀ ਹੈ। ਇਹ ਸਿਧਾਂਤਕ ਤੌਰ 'ਤੇ ਸਰੀਰ ਦੇ ਵੱਖੋ ਵੱਖਰੇ ਹਿੱਸਿਆਂ 'ਤੇ ਸਥਿਤ ਹੁੰਦੇ ਹਨ। ਸਭ ਤੋਂ ਹੇਠਾਂ ਵਾਲਾ ਚੱਕਰ ਗੁਦੇ 'ਤੇ ਹੁੰਦਾ ਹੈ, ਉਸ ਤੋਂ ਉਤਲਾ ਜਾਨਣ ਅੰਗਾਂ, ਤੀਜਾ ਨਾਭੀ ਜਾਂ ਪਾਚਨ ਪ੍ਰਣਾਲੀ 'ਤੇ, ਅਗਲਾ ਦਿਲ 'ਤੇ, ਉਸ ਤੋਂ ਉੱਤੇ ਵਾਲਾ ਗਲੇ 'ਤੇ ਅਤੇ ਆਖਰੀ ਅੱਖਾਂ 'ਤੇ, ਉਹਨਾਂ ਸਾਹਮਣੇ ਵਾਲੀਆਂ ਦੋ ਅੱਖਾਂ ਦੇ ਵਿਚਕਾਰਲੇ ਹਿੱਸੇ ਵਿੱਚ। ਊਰਜਾ ਦੇ ਇਹ ਕੇਂਦਰ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਊਰਜਾ ਦੀਆਂ ਲੋੜਾਂ ਨੂੰ ਪੂਰੀਆਂ ਕਰਦੇ ਹਨ। ਇਹ ਆਪਣੇ ਆਪ ਖੁਦ ਮੁਖਤਿਆਰੀ ਨਾਲ ਕੰਮ ਕਰਦੇ ਹਨ। ਇਸ ਦਾ ਭਾਵ ਇਹ ਹੈ ਕਿ ਸਾਨੂੰ ਇਹਨਾਂ ਕੇਂਦਰਾਂ ਨੂੰ ਚਲਾਉਣ ਲਈ ਸਾਨੂੰ ਆਪਣੇ ਮਨ ਨੂੰ ਵਰਤਣ ਦੀ ਲੋੜ ਨਹੀਂ ਹੁੰਦੀ। ਸਾਨੂੰ ਆਪਣੇ ਦਿਲ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ, ਧੜਕੋ, ਉਹ ਆਪਣੇ ਆਪ ਧੜਕਦਾ ਹੈ। ਇਹ ਊਰਜਾ ਦੇ ਖੁਦ ਮੁਖਤਿਆਰੀ ਵਾਲੇ ਕੇਂਦਰ ਹਨ, ਅਤੇ ਅਸੀਂ ਉਸੇ ਤਵੱਜੋ ਨੂੰ ਕੇਂਦਰਿਤ ਕਰਨ ਦੀ ਪ੍ਰਕਿਰਿਆ ਜਿਸ ਬਾਰੇ ਮੈਂ ਪਹਿਲਾਂ ਦੱਸਿਆ ਸੀ, ਆਪਣਾ ਧਿਆਨ ਇਹਨਾਂ ਕੇਂਦਰਾਂ 'ਤੇ ਕੇਂਦਰਿਤ ਕਰ ਸਕਦੇ ਹਾਂ। ਹਰੇਕ ਕੇਂਦਰ ਇੱਕ ਵੱਖਰਾ ਅਨੁਭਵ ਪੈਦਾ ਕਰਦਾ ਹੈ, ਅਤੇ ਹਰੇਕ ਕੇਂਦਰ ਤੋਂ ਕੁਛ ਸ਼ਾਨਦਾਰ ਅਨੁਭਵ ਪ੍ਰਾਪਤ ਕੀਤੇ ਜਾ ਸਕਦੇ ਹਨ। ਸਥੂਲ ਸਰੀਰ ਵਿੱਚ ਇੱਕ ਅਨੁਭਵ ਹੁੰਦਾ ਹੈ ਜੋ ਅੱਖਾਂ ਤੋਂ ਹੇਠਾਂ ਰੀੜ੍ਹ ਦੀ ਹੱਡੀ ਦੇ ਬਰਾਬਰ ਹੇਠਾਂ ਤਵੱਜੋ ਪਾ ਕੇ, ਅਤੇ ਫਿਰ ਰੀੜ੍ਹ ਦੀ ਹੱਡੀ ਦੇ ਨਾਲ ਨਾਲ ਹੁੰਦੇ ਹੋਏ, ਜੋ ਸਰੀਰ ਵਿੱਚ ਤਵੱਜੋ ਲਈ ਇੱਕ ਲਿਫਟ ਦੀ ਤਰ੍ਹਾਂ ਹੈ, ਜਾਂ ਪੌੜੀਆਂ ਚੜ੍ਹਦੇ ਹੋਏ ਇੱਕ ਪੱਧਰ ਤੋਂ ਦੂਜੇ ਪੱਧਰ ਤੱਕ, ਸਭ ਤੋਂ ਹੇਠਾਂ ਵਾਲੇ ਚੱਕਰ ਤੋਂ ਅਗਲੇ ਚੱਕਰ ਤੱਕ, ਅਤੇ ਕਿਸੇ ਪੁਆਇੰਟ 'ਤੇ ਇਸ ਤੋਂ ਉਲਟ ਪੌੜੀ ਦੇ ਮੱਧ ਤੋਂ ਕੁੱਦ ਕੇ ਰੀੜ੍ਹ ਦੀ ਹੱਡੀ 'ਤੇ ਜਾਣ ਨੂੰ ਅਸੀਂ ਕੁੰਡਲਿਨੀ ਦਾ ਉਲਟਾਵ ਕਹਿੰਦੇ ਹਾਂ, ਜੋ ਇੱਕ ਹੋਰ ਕਿਸਮ ਦਾ ਤਜਰਬਾ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਦਿਲ ਦਾ ਇੱਕ ਹੋਰ ਚੱਕਰ ਹੁੰਦਾ ਹੈ ਜਿੱਥੋਂ ਅਸੀਂ ਸਰੀਰ ਤੋਂ ਬਾਹਰ ਹੋਣ ਦਾ ਅਨੁਭਵ ਲੈ ਸਕਦੇ ਹਾਂ, ਜਿਵੇਂ ਕਿ ਅਸੀਂ ਸਰੀਰ ਤੋਂ ਬਾਹਰ ਜਾ ਸਕਦੇ ਹਾਂ। ਇਸ ਤਰ੍ਹਾਂ ਦੇ ਮਨੋਵਿਗਿਆਨਿਕ ਅਨੁਭਵਾਂ ਤੋਂ ਕਈ ਮੁਰਸ਼ਦ ਜਾਣੂ ਹਨ। ਮੈਂ ਭਾਰਤ ਵਿੱਚ ਕਈ ਹਜ਼ਾਰ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਇਸ ਦਾ ਅਭਿਆਸ ਕੀਤਾ ਅਤੇ ਇਹਨਾਂ ਕੇਂਦਰਾਂ ਤੱਕ ਪਹੁੰਚ ਸਕਦੇ ਹਨ। ਇੱਦਾਂ ਉਹ ਮੁਰਸ਼ਦ ਜਾਂ ਗੁਰੂ ਅਸਧਾਰਨ ਊਰਜਾ ਪ੍ਰਾਪਤ ਕਰ ਸਕਦੇ ਹਨ। ਕਈ ਵਾਰ ਉਹਨਾਂ ਨੂੰ ਮਨ ਨੂੰ ਪੜ੍ਹਨ ਦੀ ਸ਼ਕਤੀ ਮਿਲ ਜਾਂਦੀ ਹੈ, ਜਦੋਂ ਉਹ ਵੱਖ ਵੱਖ ਕਿਸਮਾਂ ਦੇ ਮੰਤਰਾਂ ਜਾਂ ਸ਼ਬਦਾਂ ਨੂੰ ਦੁਹਰਾਉਣ ਨਾਲ, ਜੋ ਕਿ ਧਿਆਨ ਕੇਂਦਰਿਤ ਕਰਨ ਲਈ ਵਰਤੇ ਜਾਂਦੇ ਢੰਗਾਂ ਵਿੱਚੋਂ ਇੱਕ ਹੈ, ਆਪਣੀ ਤਵੱਜੋ ਨੂੰ ਮੰਜ਼ਿਲ ਦਰ ਮੰਜ਼ਿਲ ਤੱਕ ਲੈ ਜਾਂਦੇ ਹਨ, ਅਤੇ ਫਿਰ ਉਹ ਤਵੱਜੋ ਨੂੰ ਅੱਖਾਂ ਦੇ ਪੱਧਰ 'ਤੇ ਲੈ ਜਾਂਦੇ ਹਨ, ਅਤੇ ਫਿਰ ਉਹ ਲੋਕਾਂ ਦੇ ਮਨਾਂ ਨੂੰ ਵੀ ਪੜ੍ਹ ਸਕਦੇ ਹਨ, ਅਤੇ ਉਹ ਇਹ ਸੋਚਦੇ ਹਨ ਕਿ ਉਹਨਾਂ ਨੇ ਗਿਆਨ ਜਾਂ ਮੁਕਤੀ ਨੂੰ ਪ੍ਰਾਪਤ ਕਰ ਲਿਆ। ਇਹ ਸਭ ਊਰਜਾ ਦੇ ਨਵੇਂ ਅਨੁਭਵ ਪ੍ਰਾਪਤ ਕਰਨ ਦੇ ਸਾਧਨ ਹਨ। ਇਹ ਸਭ ਊਰਜਾ ਹੈ, ਪਰ ਉੱਥੇ ਕੋਈ ਸੋਝੀ ਨਹੀਂ। ਇਹਨਾਂ ਸਭ ਨਾਲ
ਕਿਸੇ ਪ੍ਰਕਾਰ ਦਾ ਵੀ ਗਿਆਨ ਨਹੀਂ ਹੁੰਦਾ। ਤੁਹਾਨੂੰ ਨਹੀਂ ਪਤਾ ਲੱਗਦਾ ਕਿ ਇਹ ਸਰੀਰ ਕਿਵੇਂ ਬਣਾਇਆ ਗਿਆ ਸੀ। ਤੁਹਾਨੂੰ ਨਹੀਂ ਪਤਾ ਲੱਗਦਾ ਕਿ ਇਹ ਪੱਧਰ ਕਿਵੇਂ ਬਣਾਇਆ ਗਿਆ ਸੀ। ਤੁਸੀਂ ਬ੍ਰਹਿਮੰਡ ਦੀ ਸਿਰਜਣਾ ਦੀ ਅਸਲ ਪ੍ਰਕਿਰਿਆ ਨੂੰ ਨਹੀਂ ਜਾਣ ਪਾਉਂਦੇ। ਤੁਹਾਨੂੰ ਆਪਣੇ ਅਸਲ ਸਵੈ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਤੁਹਾਨੂੰ ਊਰਜਾ ਦੀਆਂ ਸ਼ਕਤੀਆਂ ਮਿਲਦੀਆਂ ਹਨ, ਪਰ ਤੁਹਾਨੂੰ ਕੋਈ ਉੱਚ ਸੋਝੀ ਨਹੀਂ ਮਿਲਦੀ। ਗਿਆਨ ਉਹਨਾਂ ਕੇਂਦਰਾਂ ਤੋਂ ਸ਼ੁਰੂ ਹੁੰਦਾ ਹੈ ਜੋ ਅੱਖਾਂ ਦੇ ਕੇਂਦਰ 'ਤੇ ਸਥਿਤ ਹਨ, ਅੱਖਾਂ ਦੇ ਪਿਛਲੇ ਅਤੇ ਉੱਪਰਲੇ ਪਾਸੇ, ਨਾ ਕਿ ਹੇਠਾਂ ਦੇ ਕਿਸੇ ਕੇਂਦਰ 'ਤੇ। ਇਸ ਲਈ ਜਦੋਂ ਅਸੀਂ ਆਪਣਾ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਸਾਡੇ ਕੋਲ ਇੱਕ ਚੁਆਇਸ ਹੁੰਦੀ ਹੈ। ਅਸੀਂ ਹੇਠਾਂ ਦੇ ਊਰਜਾ ਦੇ ਕੇਂਦਰਾਂ 'ਤੇ ਜਾ ਕੇ ਉਹ ਅਨੁਭਵ ਲੈ ਸਕਦੇ ਹਾਂ, ਜਾਂ ਅਸੀਂ ਅੱਖਾਂ ਦੇ ਪਿੱਛੇ ਕੇਂਦਰ 'ਤੇ ਜਾ ਸਕਦੇ ਹਾਂ। ਬਾਹਰਲੀਆਂ ਅੱਖਾਂ ਤੋਂ ਕੇਂਦਰ ਵੱਲ ਤਵੱਜੋ ਖਿੱਚਣ ਵਿੱਚ ਸਮਾਂ ਲੱਗਦਾ ਹੈ, ਕਿਉਂਕਿ ਅਸੀਂ ਇਹਨਾਂ ਅੱਖਾਂ ਤੋਂ ਬਾਹਰ ਦੇਖਣ ਦੇ ਇੰਨੇ ਆਦੀ ਹੋ ਗਏ ਹਾਂ ਅਤੇ ਸੋਚਦੇ ਹਾਂ ਕਿ ਅਸੀਂ ਸਿਰ ਵਿੱਚ ਬਿਲਕੁਲ ਸਾਹਮਣੇ ਹਾਂ। ਜੇ ਸਾਨੂੰ ਇਹ ਦੱਸਣਾ ਹੋਵੇ ਕਿ ਅਸੀਂ ਸਿਰ ਵਿੱਚ ਕਿੱਥੇ ਹਾਂ, ਤਾਂ ਪਹਿਲਾ ਉੱਤਰ ਹੋਵੇਗਾ ਬਿਲਕੁਲ ਸਾਹਮਣੇ, ਅਤੇ ਅਭਿਆਸ ਦੇ ਜ਼ਰੀਏ ਪਿੱਛੇ ਜਾਣ ਲਈ ਥੋੜ੍ਹਾ ਸਮਾਂ ਲੱਗਦਾ ਹੈ। ਪਰ ਇਸ ਤੋਂ ਬਾਅਦ ਜਦੋਂ ਵੀ ਅਸੀਂ ਤੁਰਦੇ ਹਾਂ ਤਾਂ ਸੋਝੀ ਵੱਧਦੀ ਹੈ। ਅਖੀਰ ਵਿੱਚ ਤੁਸੀਂ ਆਪਣੇ ਸਰੀਰ ਤੋਂ ਧਿਆਨ ਖਿੱਚ ਕੇ ਆਪਣੇ ਉੱਚ ਜੀਵਨ ਦਾ ਸੂਖਮ ਸਰੀਰ ਦੇ ਰੂਪ ਵਿੱਚ ਅਨੁਭਵ ਕਰ ਸਕਦੇ ਹੋ। ਇੱਕ ਸਰੀਰ ਜਿਸ ਵਿੱਚ ਸਿਰਫ ਗਿਆਨ ਇੰਦਰੀਆਂ ਹੁੰਦੀਆਂ ਹਨ। ਸਾਰੀਆਂ ਗਿਆਨ ਇੰਦਰੀਆਂ ਮੌਜੂਦ ਹੁੰਦੀਆਂ ਹਨ, ਪਰ ਇਹ ਸਰੀਰ ਨਹੀਂ ਹੁੰਦਾ, ਇਹ ਸਿਰਫ ਇੱਕ ਕਵਰ ਹੈ। ਉਸੇ ਤਰ੍ਹਾਂ ਤੁਸੀਂ ਅੰਦਰੂਨੀ ਸਰੀਰ ਦੇ ਸਿਰ ਦੇ ਕੇਂਦਰ ਵਿੱਚ ਜਾ ਸਕਦੇ ਹੋ ਅਤੇ ਉਸ ਸਰੀਰ ਨੂੰ ਵੀ ਆਪਣੀ ਸੁਰਤ ਤੋਂ ਅਲੋਪ ਕਰਕੇ ਅਗਲੇ ਪੱਧਰ 'ਤੇ ਜਾ ਸਕਦੇ ਹੋ, ਅਤੇ ਤੁਹਾਨੂੰ ਪਤਾ ਲੱਗੇਗਾ ਕਿ ਮਨ ਤੁਹਾਡਾ ਸਰੀਰ ਹੈ। ਤੁਹਾਨੂੰ ਪਤਾ ਲੱਗੇਗਾ ਵਿਚਾਰ ਵੀ ਇੱਕ ਸਰੀਰ ਹੁੰਦਾ ਹੈ, ਮਨ ਹੀ ਇਹ ਸਭ ਕੁਝ ਪੈਦਾ ਕਰਦਾ ਹੈ। ਇਸ ਲਈ ਇਸ ਨੂੰ ਇੱਕ ਕਾਰਨ ਸਰੀਰ ਕਿਹਾ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਦਾ ਕਾਰਨ ਹੈ, ਪਰ ਇਹ ਯਾਤਰਾ ਦਾ ਅੰਤ ਨਹੀਂ ਹੈ। ਕਈ ਸੈਂਕੜੇ ਅਜਿਹੇ ਮੁਰਸ਼ਦ ਹਨ ਜੋ ਤੁਹਾਨੂੰ ਇਹਨਾਂ ਮਾਨਸਿਕ ਖੇਤਰਾਂ ਵਿੱਚ ਲਿਜਾ ਸਕਦੇ ਹਨ, ਅਤੇ ਇੱਥੇ ਕਈ ਕਿਸਮਾਂ ਦੇ ਅਭਿਆਸ ਹਨ ਜੋ ਤੁਹਾਨੂੰ ਇਹਨਾਂ ਮਾਨਸਿਕ ਖੇਤਰਾਂ ਵਿੱਚ ਲਿਜਾ ਸਕਦੇ ਹਨ। ਉਹ ਤੁਹਾਨੂੰ ਦਰਸਾ ਸਕਦੇ ਹਨ ਕਿ ਕਾਰਨ ਪੱਧਰ ਦੇ ਸਿਖਰ ਦਾ ਮਨ ਪੂਰਨ ਤੌਰ 'ਤੇ ਇੱਕ ਹੈ। ਅਸੀਂ ਸੋਚਦੇ ਹਾਂ ਕਿ ਅਸੀਂ ਸਾਰੇ ਵੱਖੋ ਵੱਖਰੇ ਮਨ ਹਾਂ। ਮਨ ਦਾ ਇੱਕੋ ਇੱਕ ਮੂਲ ਹੈ, ਜਿਵੇਂ ਕਿ ਆਤਮਾ ਇੱਕ ਹੋਂਦ ਤੋਂ ਹੀ ਵਜੂਦ ਵਿੱਚ ਆਈ ਹੈ, ਇੱਕ ਚੇਤਨਾ ਵਿੱਚੋਂ। ਮਨ ਵੀ ਇੱਕ ਸਰਵ ਵਿਆਪਕ ਮਨ ਵਿੱਚੋਂ ਪੈਦਾ ਹੁੰਦਾ ਹੈ। ਉਹ ਮੁਰਸ਼ਦ ਤੁਹਾਨੂੰ ਉੱਥੇ ਲਿਜਾਂਦੇ ਹਨ ਅਤੇ ਕਹਿੰਦੇ ਹਨ, ਇਹ ਤੁਹਾਡਾ ਅਸਲ ਘਰ ਹੈ, ਕਿਉਂਕਿ ਉਹ ਆਤਮਾ ਅਤੇ ਮਨ ਵਿਚਕਾਰ ਕੋਈ ਅੰਤਰ ਨਹੀਂ ਕਰ ਰਹੇ ਹੁੰਦੇ। ਉਹ ਤੁਹਾਡੇ ਅਸਲ ਸਵੈ ਅਤੇ ਸੋਚਣ ਵਾਲੀ ਮਸ਼ੀਨ ਵਿੱਚ ਕੋਈ ਫਰਕ ਨਹੀਂ ਕਰ ਰਹੇ ਹੁੰਦੇ। ਉਹ ਵਿਸ਼ਵਾਸ ਕਰਦੇ ਹਨ ਅਤੇ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦੇ ਹਨ, ਕਿਉਂਕਿ ਤੁਸੀਂ ਸੋਚ ਸਕਦੇ ਹੋ ਤੁਸੀਂ ਇਹ ਹੀ ਹੋ। ਉਹ ਆਤਮਾ ਦੀ ਜੀਵਨ ਸ਼ਕਤੀ ਨੂੰ ਮਨ ਦੀ ਸੋਚਣ ਦੀ ਸ਼ਕਤੀ ਵਾਂਗ ਸਮਝਦੇ ਹਨ ਅਤੇ ਕਹਿੰਦੇ ਹਨ, ਆਤਮਾ ਅਤੇ ਮਨ ਵਿੱਚ ਕੋਈ ਅੰਤਰ ਨਹੀਂ ਹੈ। ਉਹ ਤੁਹਾਨੂੰ ਕਾਰਨ ਪੜਾਅ ਉੱਤੇ ਸੱਚੇ ਘਰ ਲੈ ਜਾਂਦੇ ਹਨ, ਪਰ ਉੱਥੇ ਜੀਵਨ ਦੀ ਇੱਕ ਮਿਆਦ ਹੁੰਦੀ ਹੈ, ਇਸ ਦਾ ਵੀ ਇੱਕ ਸਮਾਂ ਹੁੰਦਾ ਹੈ। ਇਹ ਸਭ ਕੁਝ ਅਤੀਤ, ਵਰਤਮਾਨ ਅਤੇ ਭਵਿੱਖ ਵਿੱਚ ਹੁੰਦਾ ਹੈ। ਅਤੀਤ, ਵਰਤਮਾਨ ਅਤੇ ਭਵਿੱਖ ਇਸ ਸਾਰੀ ਸ੍ਰਿਸ਼ਟੀ ਦਾ ਸਭ ਤੋਂ ਭੁਲੇਖੇ ਭਰਿਆ ਉਤਪਾਦ ਹੈ ਜਿਸ ਦੀ ਅਸੀਂ ਰਚਨਾ ਕੀਤੀ। ਇਹ ਇੱਕ ਅਜਿਹਾ ਅਨੁਭਵ ਹੈ ਜੋ ਹੁੰਦਾ ਹੀ ਨਹੀਂ, ਪਰ ਫਿਰ ਵੀ ਅਸੀਂ ਇਸ ਦਾ ਅਨੁਭਵ ਕਰਦੇ ਹਾਂ। ਮੈਨੂੰ ਥੋੜ੍ਹਾ ਹੋਰ ਸਮਝਾਉਣ ਦਿਓ। ਜਦੋਂ ਅਸੀਂ ਕਹਿੰਦੇ ਹਾਂ ਵਰਤਮਾਨ, ਵਰਤਮਾਨ ਸ਼ਬਦ ਦਾ ਇੱਕ ਹੋਰ ਅਰਥ ਹੈ ਹੁਣ। ਅਸੀਂ ਹੁਣ ਵਿੱਚ ਜੀ ਰਹੇ ਹਾਂ। ਮੇਰੇ ਕੋਲ ਕਈ ਲੋਕ ਆ ਕੇ ਕਹਿੰਦੇ ਹਨ ਕਿ ਕਿਤਾਬਾਂ ਵਿੱਚ ਲਿਖਿਆ ਹੈ ਵਰਤਮਾਨ ਵਿੱਚ ਜੀਓ। ਮੈਂ ਕਿਹਾ, ਤੁਸੀਂ ਹੁਣ ਤੱਕ ਕਿੱਥੇ ਜੀ ਰਹੇ ਸੀ? ਕੀ ਕੋਈ ਜਾਣਾ ਕਿਤੇ ਹੋਰ ਜੀ ਰਿਹਾ ਹੈ? ਮੈਂ ਕਦੇ ਕਿਸੇ ਅਜਿਹੇ ਵਿਅਕਤੀ ਨੂੰ ਨਹੀਂ ਮਿਲਿਆ ਆਪਣੇ ਸਮੇਤ ਜੋ ਕਿ ਵਰਤਮਾਨ ਦੇ ਸਿਵਾਏ ਕਿਤੇ ਹੋਰ ਵੀ ਰਹਿੰਦਾ ਹੋਵੇ। ਹਰ ਪਲ ਵਰਤਮਾਨ ਪਲ ਹੈ, ਹਰ ਪਲ ਕੇਵਲ ਵਰਤਮਾਨ ਹੈ।
ਅਤੇ ਵਰਤਮਾਨ ਵਿੱਚ ਕਿੰਨਾ ਸਮਾਂ ਹੁੰਦਾ ਹੈ? ਕੋਈ ਸਮਾਂ ਨਹੀਂ। ਇਹ ਸਮੇਂ ਰਹਿਤ ਵਰਤਮਾਨ ਅਤੀਤ ਅਤੇ ਭਵਿੱਖ ਦੇ ਮਿਲਣ ਦਾ ਬਿੰਦੂ ਹੈ। ਵਰਤਮਾਨ ਵਿੱਚ ਕਦੇ ਵੀ ਕੋਈ ਸਮਾਂ ਨਹੀਂ ਹੁੰਦਾ ਅਤੇ ਅਸੀਂ ਸਾਰੇ ਵਰਤਮਾਨ ਵਿੱਚ ਰਹਿ ਰਹੇ ਹਾਂ। ਇਹ ਕਿੰਨਾ ਵੱਡਾ ਭਰਮ ਹੈ! ਜੇ ਇਹ ਜਾਦੂ ਨਹੀਂ ਤਾਂ ਹੋਰ ਕੀ ਹੈ? ਫਿਰ ਅਸੀਂ ਇਸ ਨੂੰ ਵਰਤਮਾਨ ਕਿਉਂ ਕਹਿੰਦੇ ਹਾਂ? ਜਿਸ ਨੂੰ ਅਸੀਂ ਵਰਤਮਾਨ ਕਹਿ ਰਹੇ ਹਾਂ ਉਹ ਤੁਰੰਤ ਅਤੀਤ ਦਾ ਸਮਾਂ ਹੈ। ਜੇ ਮੈਂ ਕਹਿੰਦਾ ਹਾਂ ਹੁਣ, ਤਾਂ ਇਹ ਅਤੀਤ ਵਿੱਚ ਚਲਾ ਗਿਆ। ਪਰ ਮੈਂ ਅਜੇ ਵੀ ਸੋਚਦਾ ਹਾਂ ਕਿ ਮੈਂ ਇਸ ਨੂੰ ਵਰਤਮਾਨ ਵਿੱਚ ਕਿਹਾ ਹੈ। ਤੁਰੰਤ ਅਤੀਤ ਨੂੰ ਅਸੀਂ ਹੁਣ ਕਹਿ ਰਹੇ ਹਾਂ, ਵਰਤਮਾਨ ਕਹਿ ਰਹੇ ਹਾਂ। ਇਹ ਇੱਕ ਗਲਤੀ ਹੈ। ਇਹ ਹੁਣ ਜਿਸ ਨੂੰ ਅਸੀਂ ਵਰਤਮਾਨ ਕਹਿ ਰਹੇ ਹਾਂ ਦਰਅਸਲ ਵਿੱਚ ਅਤੀਤ ਹੈ। ਅਤੇ ਭਵਿੱਖ ਬਾਰੇ ਕੀ ਵਿਚਾਰ ਹੈ? ਕੀ ਕੋਈ ਅਸਲ ਭਵਿੱਖ ਹੈ? ਮੈਂ ਤਾਂ ਕਹਿੰਦਾ ਹਾਂ ਕਿ ਜੇ ਅਸੀਂ ਦੁਨੀਆ ਦੀਆਂ ਭਾਸ਼ਾਵਾਂ ਦੇ ਸ਼ਬਦਾਂ ਕੋਸ਼ ਵਿੱਚੋਂ ਤਿੰਨ ਸ਼ਬਦ ਹਟਾ ਲਈਏ, ਪਹਿਲਾ ਡਰ, ਕਿਸੇ ਚੀਜ਼ ਤੋਂ ਡਰਨਾ, ਦੂਜਾ ਆਸ, ਕਿਸੇ ਚੀਜ਼ ਦੀ ਆਸ ਕਰਨੀ, ਅਤੇ ਤੀਜਾ ਉਮੀਦ, ਕਿਸੇ ਚੀਜ਼ ਦੀ ਉਮੀਦ ਕਰਨੀ। ਦਰਅਸਲ ਵਿੱਚ ਇਹ ਤਿੰਨੋਂ ਇੱਕ ਉਮੀਦ ਹੀ ਹਨ। ਡਰ ਨਕਾਰਾਤਮਕ ਉਮੀਦ ਹੈ, ਆਸ ਸਕਾਰਾਤਮਕ ਉਮੀਦ ਹੈ। ਉਮੀਦ ਨਿਰਪੱਖ ਹੈ। ਮੰਨ ਲਓ ਕਿ ਅਸੀਂ ਇਹਨਾਂ ਸ਼ਬਦਾਂ ਨੂੰ ਅਤੇ ਇਹਨਾਂ ਗਤੀਵਿਧੀਆਂ ਨੂੰ ਆਪਣੇ ਜੀਵਨ ਤੋਂ ਹਟਾ ਦਿੰਦੇ ਹਾਂ ਤਾਂ ਕੋਈ ਭਵਿੱਖ ਨਹੀਂ ਹੋਵੇਗਾ। ਸ਼ਬਦ ਭਵਿੱਖ ਉਹਨਾਂ ਦੇ ਨਾਲ ਅਲੋਪ ਹੋ ਜਾਵੇਗਾ। ਕੀ ਤੁਸੀਂ ਦੇਖਿਆ ਹੈ ਕਿ ਜੇ ਸਾਡੀ ਚੇਤਨਾ ਵਿੱਚ ਇਹ ਸਭ ਕਾਰਜ ਨਾ ਹੋਣ, ਕੋਈ ਭਵਿੱਖ ਹੋਵੇਗਾ ਹੀ ਨਹੀਂ? ਅਸੀਂ ਡਰ, ਆਸ ਅਤੇ ਉਮੀਦ ਦੁਆਰਾ ਭਵਿੱਖ ਦਾ ਨਿਰਮਾਣ ਕਰਦੇ ਹਾਂ। ਅਸੀਂ ਅਜਿਹਾ ਕਿਸ ਤਰ੍ਹਾਂ ਕਰਦੇ ਹਾਂ? ਅਸੀਂ ਅਜਿਹਾ ਅਖੋਤੀ ਵਰਤਮਾਨ ਵਿੱਚ ਕਰਦੇ ਹਾਂ ਜੋ ਅਤੀਤ ਹੈ। ਧਿਆਨ ਨਾਲ ਸੁਣੋ ਅਤੇ ਇਸ ਬਾਰੇ ਵਿਚਾਰ ਕਰੋ। ਅਸੀਂ ਜਿਸ ਨੂੰ ਅਤੀਤ, ਵਰਤਮਾਨ ਅਤੇ ਭਵਿੱਖ ਕਹਿੰਦੇ ਹਾਂ ਉਹ ਸਿਰਫ ਅਤੀਤ ਹੈ। ਜਿਸ ਨੂੰ ਅਸੀਂ ਵਰਤਮਾਨ ਕਹਿੰਦੇ ਹਾਂ ਉਹ ਅਤੀਤ ਹੈ। ਜਿਸ ਨੂੰ ਅਸੀਂ ਭਵਿੱਖ ਕਹਿੰਦੇ ਹਾਂ ਉਹ ਅਤੀਤ ਹੈ, ਕਿਉਂਕਿ ਅਸੀਂ ਇਸ ਨੂੰ ਆਸ ਅਤੇ ਡਰ ਦੁਆਰਾ ਬਣਾਉਂਦੇ ਹਾਂ, ਅਤੇ ਅਤੀਤ ਤਾਂ ਅਤੀਤ ਹੈ ਹੀ। ਇਸ ਲਈ ਅਸੀਂ ਨਿਰੰਤਰ ਅਤੀਤ ਵਿੱਚ ਰਹਿ ਰਹੇ ਹਾਂ। ਪਰ ਅਸੀਂ ਅਤੀਤ ਵਿੱਚ ਕਿਵੇਂ ਜੀ ਸਕਦੇ ਹਾਂ? ਬੀਤੇ ਸਮੇਂ ਵਿੱਚ ਕੋਈ ਕਿਵੇਂ ਜੀ ਸਕਦਾ ਹੈ? ਸਿਰਫ ਇੱਕ ਤਰੀਕੇ ਨਾਲ, ਯਾਦਾਸ਼ਤ ਦੁਆਰਾ। ਹੋਰ ਕੋਈ ਰਸਤਾ ਨਹੀਂ ਹੈ। ਇੱਕ ਬਹੁਤ ਹੀ ਸਪਸ਼ਟ, ਸਾਫ ਯਾਦਾਸ਼ਤ ਤੋਂ ਬਿਨਾਂ ਅਤੀਤ ਵਿੱਚ ਜੀਵਣ ਦਾ ਹੋਰ ਕੋਈ ਤਰੀਕਾ ਨਹੀਂ ਹੈ। ਇਸ ਲਈ ਅਸੀਂ ਤਿੰਨੋਂ ਸੰਸਾਰਾਂ, ਸਥੂਲ, ਸੂਖਮ ਅਤੇ ਕਾਰਨ ਵਿੱਚ ਇਸ ਸਮੇਂ ਅਤੇ ਹਰ ਸਮੇਂ ਸਿਰਫ ਯਾਦਾਸ਼ਤ ਵਿੱਚ ਹੀ ਜੀ ਰਹੇ ਹਾਂ। ਅਸੀਂ ਸਿਰਫ ਯਾਦਾਸ਼ਤ ਵਿੱਚ ਹੀ ਜਿਉਂਦੇ ਹਾਂ। ਪਰ ਜੇਕਰ ਕੁਝ ਹੋਇਆ ਹੀ ਨਹੀਂ ਤਾਂ ਯਾਦਾਸ਼ਤ ਨਹੀਂ ਹੋ ਸਕਦੀ। ਯਾਦਾਸ਼ਤ ਇੱਕ ਅਤੀਤ ਦੀ ਸੋਚ ਹੈ। ਅਸੀਂ ਸਾਰੇ ਵੀ ਜ਼ਿੰਦਗੀ ਕਿਤੇ ਜ਼ਰੂਰ ਬੀਤੀ ਹੋਵੇਗੀ ਤਾਂ ਜੋ ਅਸੀਂ ਉਸ ਨੂੰ ਅੱਜ ਯਾਦ ਕਰ ਸਕੀਏ, ਜਿਸ ਦਾ ਅਰਥ ਹੈ ਸਾਡੀ ਜ਼ਿੰਦਗੀ ਜਿਵੇਂ ਕਿ ਅਸੀਂ ਉਸ ਨੂੰ ਹੁਣ ਜੀ ਰਹੇ ਹਾਂ, ਇਸ ਨੂੰ ਪਹਿਲਾਂ ਹੀ ਪ੍ਰੋਗਰਾਮ ਕੀਤਾ ਗਿਆ ਸੀ। ਇਸ ਨੂੰ ਪਹਿਲਾਂ ਇੱਕ ਫਿਲਮ ਦੀ ਤਰ੍ਹਾਂ ਸ਼ੂਟ ਕੀਤਾ ਗਿਆ ਸੀ ਅਤੇ ਅਸੀਂ ਹੁਣ ਇਸ ਫਿਲਮ ਨੂੰ ਚਲਾ ਰਹੇ ਹਾਂ। ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਇਸ ਦਾ ਅਰਥ ਹੈ ਕਿ ਹਰ ਚੀਜ਼ ਪਹਿਲਾਂ ਤੋਂ ਹੀ ਨਿਰਧਾਰਿਤ ਹੈ? ਇਹ ਨਿਰਧਾਰਿਤ ਹੀ ਹੋਣੀ ਚਾਹੀਦੀ ਹੈ। ਸਮੇਂ ਦੇ ਸੁਭਾਅ ਅਨੁਸਾਰ ਜਿਸ ਵਿੱਚ ਅਸੀਂ ਅੱਜ ਜੀ ਰਹੇ ਹਾਂ, ਇਹ ਜੀਵਨ ਉਦੋਂ ਤੱਕ ਸੰਭਵ ਨਹੀਂ ਹੋ ਸਕਦਾ ਜਦੋਂ ਤੱਕ ਇਹ ਪਹਿਲਾਂ ਤੋਂ ਨਿਰਧਾਰਿਤ ਨਾ ਹੋਵੇ, ਪਹਿਲਾਂ ਤੋਂ ਰਿਕਾਰਡ ਨਾ ਕੀਤਾ ਗਿਆ ਹੋਵੇ ਅਤੇ ਉਸ ਨੂੰ ਹੁਣ ਚਲਾਇਆ ਨਾ ਜਾਵੇ। ਕਿਉਂਕਿ ਸਮੇਂ ਦਾ ਸੁਭਾਅ ਅਜਿਹਾ ਹੈ ਕਿ ਹੁਣ ਵਿੱਚ ਕੋਈ ਸਮਾਂ ਹੈ ਹੀ ਨਹੀਂ ਅਤੇ ਜੀਵਨ ਸਿਰਫ ਹੁਣ ਵਿੱਚ ਹੀ ਜੀਆ ਜਾ ਸਕਦਾ ਹੈ ਜੋ ਯਾਦਾਸ਼ਤ ਹੈ। ਇਸ ਲਈ ਸਾਨੂੰ ਉਸ ਚੀਜ਼ 'ਤੇ ਵਾਪਸ ਜਾਣਾ ਪਵੇਗਾ ਜੋ ਸਾਡੀ ਯਾਦਾਸ਼ਤ ਵਿੱਚ ਰਿਕਾਰਡ ਕੀਤੀ ਗਈ ਸੀ ਅਤੇ ਅਸੀਂ ਜਿਸ ਨੂੰ ਵੇਖ ਰਹੇ ਹਾਂ। ਸਾਨੂੰ ਇਸ ਸਵਾਲ ਦਾ ਜਵਾਬ ਕਦੋਂ ਮਿਲੇਗਾ ਕਿ ਇਹ ਕਿੱਥੇ ਰਿਕਾਰਡ ਕੀਤਾ ਗਿਆ ਸੀ, ਇਹ ਕਿੱਥੇ ਮੌਜੂਦ ਹੈ? ਇਸ ਸਭ ਬਾਰੇ ਇੱਥੇ ਬੈਠੇ ਹੋਏ ਪਤਾ ਨਹੀਂ ਲਗਾਇਆ ਜਾ ਸਕਦਾ। ਇੱਥੇ
ਇਹੋ ਜਿਹਾ ਕੁਛ ਵੀ ਉਪਲਬਧ ਨਹੀਂ ਜੋ ਸਾਨੂੰ ਦੱਸ ਸਕੇ ਕਿ ਇਹ ਕਿੱਥੇ ਰਿਕਾਰਡ ਕੀਤਾ ਗਿਆ ਸੀ। ਭਾਵੇਂ ਅਸੀਂ DNA ਅਣੂਆਂ ਦਾ ਕਿੰਨਾ ਵੀ ਅਧਿਐਨ ਕਰ ਲਈਏ, ਪਰ ਜੇ ਤੁਸੀਂ ਅਭਿਆਸ ਕਰਦੇ ਹੋ, ਤਵੱਜੋ ਨੂੰ ਆਪਣੇ ਅੰਦਰ ਖਿੱਚਦੇ ਹੋ, ਆਪਣੇ ਸੂਖਮ ਆਪੇ ਇੰਦਰੀਆਂ ਦੇ ਸਵੈ ਤੋਂ ਪਰੇ ਚਲੇ ਜਾਂਦੇ ਹੋ, ਉਸ ਆਪੇ ਜਿੱਥੇ ਤੁਸੀਂ ਮਹਿਸੂਸ ਕਰ ਸਕਦੇ ਹੋ, ਛੂ ਸਕਦੇ ਹੋ, ਸਵਾਦ ਲੈ ਸਕਦੇ ਹੋ, ਸੁੰਘ ਸਕਦੇ ਹੋ, ਇਸ ਤੋਂ ਪਰੇ ਜਾਓ ਇੱਕ ਕਦਮ, ਮਨ ਦੇ ਕਾਰਨ ਖੇਤਰ ਵਿੱਚ ਜਾਓ। ਤੁਸੀਂ ਦੇਖੋਗੇ ਕਿ ਯਾਦਾਂ ਨੂੰ ਸਟੋਰ ਕੀਤਾ ਗਿਆ ਸੀ, ਉਹਨਾਂ ਨੂੰ ਜ਼ਿੰਦਗੀ ਨੂੰ ਬਣਾਉਣ ਤੋਂ ਪਹਿਲਾਂ ਬਣਾਇਆ ਗਿਆ ਸੀ। ਕੀ ਯਾਦਾਸ਼ਤ ਸਮਰਨ ਨਹੀਂ ਹੈ? ਯਾਦਾਸ਼ਤ DVD ਵਾਂਗੂ ਬਣਾਈ ਜਾਣ ਵਰਗੀ ਚੀਜ਼ ਹੈ। ਤੁਸੀਂ DVD ਬਣਾਉਂਦੇ ਹੋ ਅਤੇ ਵਾਪਸ ਆ ਕੇ ਇਸ ਨੂੰ ਚਲਾਉਂਦੇ ਹੋ। ਅਸੀਂ ਇੱਥੇ ਆਪਣੀਆਂ ਖੁਦ ਦੀਆਂ DVDਆਂ ਲੈ ਕੇ ਆਏ ਹਾਂ ਅਤੇ ਉਹਨਾਂ ਨੂੰ ਚਲਾ ਰਹੇ ਹਾਂ, ਜਿਸ ਨੂੰ ਅਸੀਂ ਜ਼ਿੰਦਗੀ ਕਹਿੰਦੇ ਹਾਂ। ਲੋਕ ਕਹਿੰਦੇ ਹਨ ਕਿ ਕਾਰਨ ਖੇਤਰ ਵਿੱਚ ਆਕਾਸ਼ਿਕ ਰਿਕਾਰਡ ਮੌਜੂਦ ਹਨ ਅਤੇ ਇਹ ਉਹ ਜਗ੍ਹਾ ਹੈ ਜਿੱਥੇ ਸਾਡੀ ਸਾਰੀ ਕਿਸਮਤ ਲਿਖੀ ਜਾਂਦੀ ਹੈ। ਯਕੀਨੀ ਤੌਰ 'ਤੇ ਇਹ ਹੀ ਉਹ ਸਥਾਨ ਹੈ ਜਿੱਥੇ ਸਾਰੀਆਂ DVDਆਂ ਸਟੋਰ ਕੀਤੀਆਂ ਹੋਈਆਂ ਹਨ। ਅਸੀਂ ਉੱਥੋਂ ਇੱਕ DVD ਚੁੱਕੀ ਅਤੇ ਉਸਨੂੰ ਜੀਵਨ ਵਿੱਚ ਲੈ ਆਉਂਦਾ ਅਤੇ ਚਲਾਉਣਾ ਸ਼ੁਰੂ ਕਰ ਦਿੱਤਾ। DVD ਵਿੱਚ ਯਾਦਾਂ ਦੇ ਇੱਕ ਸਮੂਹ ਤੋਂ ਇਲਾਵਾ ਕੁਛ ਵੀ ਨਹੀਂ ਹੁੰਦਾ। ਫਿਰ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਅਤੇ ਅਸਲ ਜ਼ਿੰਦਗੀ ਵਾਂਗੂ ਜਿਉਂਦੇ ਹਾਂ। ਹੁਣ ਵੀ ਅਜਿਹਾ ਹੋ ਰਿਹਾ ਹੈ ਅਤੇ ਅਸੀਂ ਇਸ ਤੋਂ ਬਿਲਕੁਲ ਅਣਜਾਣ ਹਾਂ। ਅਸੀਂ ਬਿਲਕੁਲ ਅਣਜਾਣ ਹਾਂ। ਅਸੀਂ ਸੋਚਦੇ ਹਾਂ ਕਿ ਇਹ ਅਸਲ ਜ਼ਿੰਦਗੀ ਹੈ, ਸਮਾਂ ਅਸਲ ਹੈ, ਉਹ ਅਤੀਤ ਅਸਲ ਸਮਾਂ ਸੀ, ਹੁਣ ਅਸੀਂ ਭਵਿੱਖ ਵੱਲ ਜਾ ਰਹੇ ਹਾਂ। ਸਮਾਂ ਸਾਡੇ ਵਿੱਚੋਂ ਲੰਘ ਰਿਹਾ ਹੈ, ਘਟਨਾਵਾਂ ਘਟ ਰਹੀਆਂ ਹਨ, ਇੱਕ ਘਟਨਾਵਾਂ ਦੀ ਨਿਰੰਤਰ ਧਾਰਾ ਵਹਿ ਰਹੀ ਹੈ। ਸੱਚਾਈ ਦਾ ਪਤਾ ਆਪਣੇ ਆਪ ਵਿੱਚ ਜਾ ਕੇ ਲਗਾਇਆ ਜਾ ਸਕਦਾ ਹੈ ਕਿ ਇਹ ਸਭ ਕਿਵੇਂ ਪੈਦਾ ਕੀਤਾ ਗਿਆ ਸੀ। ਇਹ ਬਹੁਤ ਖੂਬਸੂਰਤ ਹੈ, ਇਸ ਨੂੰ ਬਹੁਤ ਸੁੰਦਰ ਢੰਗ ਨਾਲ ਪੈਕ ਕੀਤਾ ਹੋਇਆ ਹੈ। ਇਸ ਦਾ ਮਤਲਬ ਹੈ ਕਿ ਅਸੀਂ ਸਾਰਿਆਂ ਨੇ ਆਪਣੀਆਂ ਆਪਣੀਆਂ DVDਆਂ ਚੁੱਕੀਆਂ। ਹੁਣ ਕਈ ਲੋਕ ਸੋਚਣਗੇ, ਮੈਂ ਖਰਾਬ DVD ਕਿਉਂ ਚੁੱਕੀ? ਮੈਂ ਆਪਣੀ ਜ਼ਿੰਦਗੀ ਵਿੱਚ ਇਹ ਘਟਨਾ ਨਹੀਂ ਸੀ ਚਾਹੁੰਦਾ, ਮੈਂ ਇਹ DVD ਕਿਉਂ ਚੁੱਕੀ? ਕਿਉਂਕਿ ਜਦੋਂ ਅਸੀਂ ਇੱਕ DVD ਚੁੱਕੀ, ਉਸ ਨੇ ਕੇਵਲ ਇੱਕ ਜ਼ਿੰਦਗੀ ਨਹੀਂ ਬਣਾਈ, ਅਸੀਂ ਇੱਕ ਜੀਵਨ ਜੀਣ ਲਈ ਇੱਕ DVD ਚੁੱਕੀ ਅਤੇ ਅਸੀਂ ਆਏ ਅਤੇ ਉਸਨੂੰ ਚਲਾਉਣਾ ਸ਼ੁਰੂ ਕਰ ਦਿੱਤਾ। ਪਰ ਉਸ DVD ਵਿਚਲੀਆਂ ਘਟਨਾਵਾਂ ਉਦੋਂ ਤੱਕ ਨਹੀਂ ਵਾਪਰ ਸਕਦੀਆਂ ਜਦੋਂ ਤੱਕ ਉਸ ਤੋਂ ਪਹਿਲਾਂ ਦੀ DVD ਨਾ ਹੋਵੇ, ਕਿਉਂਕਿ ਜੀਵਨ ਦੀ ਇਸ ਅਵਸਥਾ ਵਿੱਚ ਅਸਾਂ ਨੇ ਕਾਰਨ ਅਤੇ ਪ੍ਰਭਾਵ ਦੇ ਨਿਯਮ ਨੂੰ ਵੀ ਲੈ ਕੇ ਆਉਂਦਾ। ਕਾਰਨ ਅਤੇ ਪ੍ਰਭਾਵ ਦੇ ਨਿਯਮਾਂ ਅਨੁਸਾਰ ਹਰ ਘਟਨਾ ਦੇ ਵਾਪਰਨ ਪਿੱਛੇ ਕਿਸੇ ਕਾਰਨ ਦਾ ਹੋਣਾ ਜ਼ਰੂਰੀ ਹੈ। ਜੇ ਕਾਰਨ ਉਸ DVD ਵਿੱਚ ਦਿਖਾਈ ਨਹੀਂ ਦੇ ਰਿਹਾ, ਤਾਂ ਲਾਜ਼ਮੀ ਤੌਰ 'ਤੇ ਇਹ ਉਸ ਤੋਂ ਪਿਛਲੀ DVD ਵਿੱਚ ਹੋਣਾ ਚਾਹੀਦਾ ਹੈ। ਇਸ ਲਈ ਇੱਕ DVD ਨੂੰ ਲਿਆਉਣ ਕਰਕੇ ਅਸਾਂ ਨੇ ਲੱਖਾਂ ਅਤੇ ਕਰੋੜਾਂ ਪਿਛਲੀਆਂ DVDਆਂ ਵੀ ਨਾਲ ਲੈ ਆਉਂਦੀਆਂ, ਤਾਂ ਜੋ ਸੰਪੂਰਨ ਤੌਰ 'ਤੇ ਕਾਰਨ ਅਤੇ ਪ੍ਰਭਾਵ ਪੈਦਾ ਹੋ ਸਕਣ, ਅਤੇ ਨਾਲ ਹੀ ਅਸਾਂ ਨੇ ਭਵਿੱਖ ਲਈ ਲੱਖਾਂ DVDਆਂ ਤਿਆਰ ਕਰ ਲਈਆਂ। ਇਹ ਇੱਕ ਵੱਡਾ ਜਾਲ ਸੀ। ਸਾਨੂੰ ਨਹੀਂ ਸੀ ਪਤਾ ਕਿ DVD ਨੂੰ ਚਲਾਉਣ ਨਾਲ ਇੱਕ ਅਸਲ ਜ਼ਿੰਦਗੀ ਸ਼ੁਰੂ ਹੋ ਜਾਵੇਗੀ। ਅਸੀਂ ਭੁੱਲ ਗਏ ਹਾਂ ਕਿ ਅਸੀਂ ਕੇਵਲ ਇੱਕ ਸੰਸਨੀ ਭਰਿਆ ਖੇਡ ਖੇਡਣ ਲਈ ਆਏ ਅਤੇ ਫਿਰ ਵਾਪਸ ਚਲੇ ਜਾਣਾ ਹੈ ਜਾਂ ਖੇਡ ਨੂੰ ਬੰਦ ਕਰ ਦੇਣਾ ਹੈ। ਅਸੀਂ ਖੇਡਦੇ ਰਹੇ ਕਿਉਂਕਿ ਅਸੀਂ ਬਹੁਤ ਕੁਝ ਇਕੱਠਾ ਕਰ ਲਿਆ, ਤਾਂ ਕਿ ਪਹਿਲਾਂ ਦੀਆਂ DVDਆਂ ਅਤੇ ਭਵਿੱਖ ਦੀਆਂ DVDਆਂ ਵਿੱਚ ਜਾਇਆ ਜਾ ਸਕੇ, ਜਿਨ੍ਹਾਂ ਨੂੰ ਅਸੀਂ ਨਾਲ ਲਿਆਏ ਹੀ ਨਹੀਂ ਸੀ। ਅਸਾਂ ਨੇ ਪਿਛਲੀਆਂ ਜ਼ਿੰਦਗੀਆਂ ਅਤੇ ਭਵਿੱਖ ਦੀਆਂ ਜ਼ਿੰਦਗੀਆਂ ਜੀਆਂ ਜਿਹੜੀਆਂ ਅਸੀਂ ਕਦੇ ਜੀਆਂ ਹੀ ਨਹੀਂ ਸਨ। ਇਹ ਹੈਰਾਨੀਜਨਕ ਹੈ ਕਿ ਅਸੀਂ ਅਜਿਹੀਆਂ ਘਟਨਾਵਾਂ ਕਿਵੇਂ ਬਣਾ ਲਈਆਂ ਜਿਨ੍ਹਾਂ ਨੂੰ ਅਸੀਂ ਕਦੇ ਜੀਆ ਹੀ ਨਹੀਂ। ਅਜਿਹਾ ਅਸੀਂ ਇਹ ਕਿਸੇ ਵੀ ਸਮੇਂ ਕਰ ਸਕਦੇ ਹਾਂ। ਕਲਪਨਾ ਕਰੋ ਕਿ ਅਸੀਂ ਰਾਤ ਨੂੰ ਸੌਂਦੇ ਹੋਏ ਇੱਕ ਸੁਪਨਾ ਵੇਖਦੇ ਹਾਂ। ਸੁਪਨੇ ਵਿੱਚ ਅਸੀਂ ਇੱਕ ਨਵੀਂ ਜਗ੍ਹਾ 'ਤੇ ਜਾਂਦੇ ਹਾਂ
ਅਸੀਂ ਉੱਡ ਕੇ ਇੱਕ ਨਵੇਂ ਗ੍ਰਹਿ ਤੇ ਜਾ ਰਹੇ ਹਾਂ ਅਤੇ ਅਸੀਂ ਵੇਖਦੇ ਹਾਂ ਕਿ ਉੱਥੇ ਉਹ ਚੀਜ਼ਾਂ ਹਨ ਜੋ ਲੱਖਾਂ ਸਾਲਾਂ ਪਹਿਲਾਂ ਉੱਥੇ ਵਾਪਰੀਆਂ ਅਤੇ ਗਾਈਡ ਸਾਨੂੰ ਲੈ ਜਾਂਦੇ ਹਨ ਅਤੇ ਸਾਨੂੰ ਦਿਖਾਉਂਦੇ ਹਨ। ਇਸ ਕਿਸਮ ਦੀ ਅਜੀਬ ਇਮਾਰਤ ਦੀ ਰਚਨਾ 20 ਲੱਖ ਸਾਲ ਪਹਿਲਾਂ ਹੋਈ ਸੀ ਅਤੇ ਸਾਡੇ ਕੋਲ 20 ਲੱਖ ਸਾਲ ਪਹਿਲਾਂ ਦਾ ਅਨੁਭਵ ਆ ਜਾਂਦਾ ਹੈ। ਅਸੀਂ ਇਤਿਹਾਸ ਵੱਲ ਮੁੜ ਕੇ ਵੇਖਦੇ ਹਾਂ, ਅਸੀਂ ਉਸ ਕਿਰਾਏ ਦੇ ਇਤਿਹਾਸ ਦਾ ਅਧਿਐਨ ਕਰਦੇ ਹਾਂ, ਅਸੀਂ ਵੇਖਦੇ ਹਾਂ ਕਿ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ। ਫਿਰ ਉੱਥੇ ਅਸੀਂ ਇੱਕ ਵਿਸ਼ਾਲ ਆਕਾਸ਼ ਵੇਖਦੇ ਹਾਂ ਅਤੇ ਫਿਰ ਅਸੀਂ ਉੱਠ ਜਾਂਦੇ ਹਾਂ। ਅਸੀਂ ਕਹਿੰਦੇ ਹਾਂ, ਇਹ ਸਭ 10 ਮਿੰਟਾਂ ਦੀ ਨੀਂਦ ਵਿੱਚ ਹੋਇਆ, ਪੂਰਾ ਸੁਪਨਾ 10 ਮਿੰਟਾਂ ਵਿੱਚ ਵਾਪਰਿਆ। ਅਸੀਂ ਉੱਠ ਜਾਂਦੇ ਹਾਂ ਅਤੇ ਸਿਰਫ 10 ਮਿੰਟ ਹੀ ਲੰਘੇ ਸਨ। ਅਸਾਂ ਨੇ 10 ਮਿੰਟ ਦੀ ਨੀਂਦ ਦੇ ਸੁਪਨੇ ਵਿੱਚ ਇੱਕ ਪੂਰਾ ਨਵਾਂ ਬ੍ਰਹਿਮੰਡ ਬਣਾ ਲਿਆ ਸੀ। ਜਦੋਂ ਮੈਂ ਯੂਨਾਈਟਿਡ ਸਟੇਟਸ ਗਿਆ ਤਾਂ ਸ਼ੁਰੂ ਵਿੱਚ ਉਦੋਂ ਨੀਂਦ ਅਤੇ ਸੁਪਨਿਆਂ ਦੇ ਬਹੁਤ ਸਾਰੇ ਅਧਿਐਨ ਹੁੰਦੇ ਸਨ। ਇਸ ਲਈ ਮੈਂ ਇੱਕ ਸੰਸਥਾ ਵਿੱਚ ਪੜ੍ਹਿਆ ਜੋ ਇਸ ਦਾ ਅਧਿਐਨ ਕਰ ਰਹੀ ਸੀ। ਉਹ ਸੁੱਤੇ ਹੋਏ ਅਤੇ ਇਲੈਕਟ੍ਰੋਡਸ ਅਤੇ ਕੁਝ ਲਗਾ ਦਿੰਦੇ ਅਤੇ ਉਹ ਸੁੱਤੇ ਵਿਅਕਤੀ ਆਪਣੀਆਂ ਅੱਖਾਂ ਦੀਆਂ ਪਲਕਾਂ ਹਿਲਾਉਂਦੇ, ਤੇਜ਼ੀ ਨਾਲ ਅੱਖਾਂ ਹਿਲਾਉਣ ਦੀ ਹਰਕਤ ਕਰਦੇ। ਫਿਰ ਉਹ ਉਹਨਾਂ ਨੂੰ ਜਗਾ ਕੇ ਪੁੱਛਦੇ, ਤੁਸੀਂ ਕੀ ਵੇਖ ਰਹੇ ਹੋ? ਅਤੇ ਫਿਰ ਉਹ ਦੱਸਿਆ ਹੋਇਆ ਉਸ ਵਿਅਕਤੀ ਦੀ ਆਵਾਜ਼ ਵਿੱਚ ਦਰਜ ਕਰਦੇ ਕਿ ਉਹ ਸੁਪਨੇ ਵਿੱਚ ਕੀ ਅਨੁਭਵ ਕਰ ਰਿਹਾ ਸੀ। ਉਹਨਾਂ ਨੇ ਪਾਇਆ ਕਿ ਹਰ ਵਿਅਕਤੀ ਹਰ ਰਾਤ ਕਈ ਵਾਰ ਸੁਪਨੇ ਲੈਂਦਾ ਹੈ, ਪਰ ਉਹਨਾਂ ਵਿੱਚੋਂ ਉਹ ਜ਼ਿਆਦਾਤਰ ਯਾਦ ਨਹੀਂ ਰੱਖ ਪਾਉਂਦਾ। ਦਰਅਸਲ ਅਸੀਂ ਆਪਣੇ 99% ਸੁਪਨੇ ਯਾਦ ਨਹੀਂ ਰੱਖ ਪਾਉਂਦੇ, ਇੱਥੋਂ ਤੱਕ ਕਿ ਉਹ ਸੁਪਨਾ ਵੀ ਜਿਸ ਨੂੰ ਅਸੀਂ ਜਾਗਣ 'ਤੇ ਯਾਦ ਕਰ ਰਹੇ ਹੁੰਦੇ ਹਾਂ, ਉਸ ਦਾ ਵੀ ਕੇਵਲ ਆਖਰੀ ਹਿੱਸਾ ਹੀ ਅਸੀਂ ਯਾਦ ਕਰ ਸਕਦੇ ਹਾਂ ਅਤੇ ਉਹ ਅਲੋਪ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇ ਤੁਸੀਂ ਉਸ ਨੂੰ ਯਾਦ ਨਾ ਰੱਖੋ ਤਾਂ ਉਹ ਸਾਰਾ ਹੀ ਕੁਝ ਹੀ ਮਿੰਟਾਂ ਵਿੱਚ ਭੁੱਲ ਜਾਵੇਗਾ। ਅਸੀਂ ਆਪਣੇ ਸੁਪਨੇ ਦੇ ਤਜਰਬੇ ਨੂੰ ਵੀ ਯਾਦ ਨਹੀਂ ਰੱਖ ਸਕਦੇ, ਪਰ ਜਦੋਂ ਉਹਨਾਂ ਨੇ ਆਪਣੇ ਪ੍ਰਯੋਗਾਂ ਵਿੱਚ ਸੁੱਤੇ ਹੋਏ ਲੋਕਾਂ ਨੂੰ ਜਗਾਇਆ ਤਾਂ ਉਹ ਲੋਕ ਜਾਗ ਕੇ ਆਪਣੇ ਸੁਪਨੇ ਦਰਜ ਕਰਵਾ ਸਕਦੇ ਸਨ, ਪਰ ਜਾਗਣ ਤੋਂ ਬਾਅਦ ਉਹ ਸੁਪਨਿਆਂ ਨੂੰ ਬਿਲਕੁਲ ਵੀ ਨਹੀਂ ਯਾਦ ਰੱਖ ਸਕੇ। ਹਾਲਾਂਕਿ ਉਹਨਾਂ ਨੇ ਪਹਿਲਾਂ ਦੱਸਿਆ ਸੀ ਕਿ ਉਹ ਕਿਸ ਚੀਜ਼ ਦਾ ਸੁਪਨਾ ਲੈ ਰਹੇ ਸਨ। ਉਹਨਾਂ ਦੁਆਰਾ ਦੇਖਿਆ ਜਾਣ ਵਾਲਾ ਸੁਪਨਾ ਬਹੁਤ ਵਾਸਤਵਿਕ ਸੀ ਅਤੇ ਉਸ ਸੁਪਨੇ ਨੇ ਅਸਲ ਸੁਪਨੇ ਦੇ ਕ੍ਰਮ ਤੋਂ ਕਿਤੇ ਵਧੇਰੇ ਸਮਾਂ ਕਵਰ ਕੀਤਾ। ਇਸ ਅਸਲ ਸੁਪਨੇ ਦੇ ਸਮੇਂ ਦਾ ਪਤਾ ਅੱਖਾਂ ਦੀਆਂ ਪਲਕਾਂ ਦੇ ਚਮਕਾਉਣ ਤੋਂ ਅਖੀਰ ਤੱਕ ਇੱਕ ਸਟੋਪ ਵਾਚ ਨਾਲ ਮਾਪ ਕੇ ਕੀਤਾ ਗਿਆ। ਇੱਕ ਆਦਮੀ ਨੇ ਇੱਕ ਸੁਪਨਾ ਲਿਆ ਕਿ ਉਹ ਇੱਕ ਛੋਟੇ ਜਿਹੇ ਕਸਬੇ ਵਿੱਚ ਪੈਦਾ ਹੋਇਆ। ਉਹ ਵੱਡਾ ਹੋਇਆ ਅਤੇ ਸਕੂਲ ਗਿਆ। ਉਸ ਦੇ ਚੰਗੇ ਨੰਬਰ ਨਹੀਂ ਆਏ ਅਤੇ ਫਿਰ ਉਹ ਕਿਸੇ ਹੋਰ ਜਗ੍ਹਾ ਚਲਾ ਗਿਆ। ਲੋਕਾਂ ਨੇ ਉਸ ਨਾਲ ਚੰਗਾ ਵਿਵਹਾਰ ਨਹੀਂ ਕੀਤਾ। ਉਹ ਕਿਸੇ ਹੋਰ ਸਥਾਨ 'ਤੇ ਚਲਾ ਗਿਆ, ਕਿਸੇ ਤੀਸਰੇ ਸਥਾਨ 'ਤੇ। ਉੱਥੇ ਉਸਨੇ ਇੱਕ ਔਰਤ ਨਾਲ ਵਿਆਹ ਕਰਵਾ ਲਿਆ ਅਤੇ ਉਸਦੇ ਬਹੁਤ ਸਾਰੇ ਬੱਚੇ ਹੋਏ। ਫਿਰ ਉਹ ਬੁੱਢਾ ਹੋ ਗਿਆ। ਫਿਰ ਉਸਦੇ ਪੋਤਾ ਪੋਤੇ ਹੋਏ ਅਤੇ ਫਿਰ ਉਹ ਮਰ ਗਿਆ। ਫਿਰ ਉਹ ਜਾਗ ਪਿਆ। ਇਸ ਸਾਰੀ ਘਟਨਾ ਨੇ 7 ਮਿੰਟ ਲਏ। 7 ਮਿੰਟ ਵਿੱਚ ਉਸ ਆਦਮੀ ਨੇ ਆਪਣੀ ਸਾਰੀ ਜ਼ਿੰਦਗੀ ਜੀ ਲਈ ਸੀ। ਮੈਨੂੰ ਬਹੁਤ ਵਧੀਆ ਲੱਗਿਆ ਜਦੋਂ ਕਿਸੇ ਨੇ ਮੈਨੂੰ ਇਨਸੈਪਸ਼ਨ ਨਾਮਕ ਫਿਲਮ ਦੇਖਣ ਲਈ ਕਿਹਾ। ਮੈਨੂੰ ਨਹੀਂ ਪਤਾ ਕਿ ਤੁਹਾਡੇ ਵਿੱਚੋਂ ਕਿਸੇ ਨੇ ਉਸ ਫਿਲਮ ਨੂੰ ਦੇਖਿਆ ਹੈ। ਇਨਸੈਪਸ਼ਨ ਵਿੱਚ ਉਹਨਾਂ ਨੇ ਇਹੀ ਵਿਚਾਰ ਫਿਲਮ ਵਿੱਚ ਲਿਆਂਦਾ ਅਤੇ ਇੱਕ ਚੀਜ਼ ਉਹਨਾਂ ਨੇ ਦਰਸਾਈ ਕਿ 10 ਮਿੰਟ ਦੇ ਸੁਪਨੇ ਵਿੱਚ ਤੁਸੀਂ ਅਸਲ ਵਿੱਚ ਕਈ ਘੰਟਿਆਂ ਨੂੰ ਅਨੁਭਵ ਕਰ ਸਕਦੇ ਹੋ ਅਤੇ ਜੇ ਤੁਸੀਂ ਪਹਿਲੇ ਵਾਲੇ 10 ਮਿੰਟਾਂ ਦੇ ਸੁਪਨੇ ਵਿੱਚ ਇੱਕ ਹੋਰ ਸੁਪਨਾ ਦੇਖਦੇ ਹੋ ਤਾਂ ਤੁਸੀਂ ਪਹਿਲੇ ਸੁਪਨੇ ਦੇ ਕੁਝ ਘੰਟਿਆਂ ਵਿੱਚ 50 ਸਾਲ ਦੀ ਜ਼ਿੰਦਗੀ ਜੀ ਸਕਦੇ ਹੋ, ਜੋ ਕਿ ਸੱਚਮੁੱਚ ਬਹੁਤ ਚੰਗੀ ਸੋਚ ਹੈ। ਜਿੱਥੋਂ ਵੀ ਇਸ ਦੀ ਪ੍ਰੇਰਣਾ ਆਈ, ਇਹ ਸੱਚਾਈ ਤੋਂ ਆਈ, ਕਿਉਂਕਿ ਸ਼ਾਇਦ ਨਿਰਮਾਤਾ ਨੇ ਸੁਪਨਾ ਵੇਖਿਆ ਹੋਵੇ। ਹੋ ਸਕਦਾ ਹੈ ਉਹ ਅਭਿਆਸ ਕਰਦੇ ਹੋਣ, ਜੋ ਵੀ ਹੈ, ਪਰ ਉਹਨਾਂ ਇਹ ਦਰਸਾਇਆ ਕਿ ਜਾਗ੍ਰਿਤ ਅਵਸਥਾ ਵਿੱਚ ਅਤੇ ਦੂਜੀਆਂ ਸਥਿਤੀਆਂ ਵਿੱਚ ਸਮੇਂ ਦੀ ਰਫ਼ਤਾਰ ਬਿਲਕੁਲ ਵੱਖ ਵੱਖ ਹੁੰਦੀ ਹੈ। ਚੇਤਨਾ ਦੇ ਉੱਚ ਪੱਧਰਾਂ ਵਿੱਚ ਵੀ ਸਮੇਂ ਦੀ ਰਫ਼ਤਾਰ ਬਿਲਕੁਲ ਵੱਖ ਵੱਖ ਹੁੰਦੀ ਹੈ।
ਸਮਾਂ ਇੱਕ ਬਹੁਤ ਵਿਸ਼ੇਸ਼ ਚੀਜ਼ ਹੈ ਅਤੇ ਸਮੇਂ ਦੇ ਅੰਤਰ ਨਾਲ ਇਹ ਨਿਰਣਾ ਕੀਤਾ ਜਾ ਸਕਦਾ ਹੈ ਕਿ ਕੋਈ ਵਿਅਕਤੀ ਕਿੱਥੇ ਹੈ। ਤੁਹਾਡੇ ਵੱਲੋਂ ਦੇਖੇ ਜਾਣ ਵਾਲੇ ਸੁਪਨਿਆਂ ਦੇ ਅੰਦਰ ਕਿੰਨੇ ਕੁ ਸੁਪਨੇ ਸਮੇਂ ਨੂੰ ਇੱਕ ਜੀਵਨ ਕਾਲ ਤੱਕ ਵਧਾ ਸਕਦੇ ਹਨ, ਇਹੋ ਫਿਲਮ ਵਿੱਚ ਸੀ। ਉਹ ਕੇਵਲ ਸੁਪਨਿਆਂ ਦੇ 3 ਪੱਧਰ ਤੱਕ ਹੀ ਗਏ, ਮੈਂ ਸੋਚਿਆ, ਪਰ ਅਸੀਂ ਤਾਂ ਹੁਣੇ ਸੁਪਨਿਆਂ ਦੇ 6 ਪੱਧਰ ਤੱਕ ਜਾ ਚੁੱਕੇ ਹਾਂ। ਸੋ ਕੁਦਰਤੀ ਅਸੀਂ ਕੇਵਲ ਇੱਕ ਜੀਵਨ ਹੀ ਨਹੀਂ ਬਣਾਇਆ, ਬਲਕਿ ਅਸੀਂ ਕਈ ਲੱਖਾਂ ਜੀਵਨ ਬਣਾ ਦਿੱਤੇ ਹਨ। ਅਸਾਂ ਨੇ ਇੱਕ ਪਲਕ ਵਿੱਚ ਕਿਸੇ ਜਗ੍ਹਾ ਤੋਂ ਇੰਨੇ ਜੀਵਨ ਬਣਾ ਦਿੱਤੇ, ਉੱਥੋਂ ਜਿੱਥੇ ਅਸੀਂ ਜਾਗ ਰਹੇ ਹਾਂ, ਸੱਚ ਵਿੱਚ ਜਾਗ ਰਹੇ ਹਾਂ, ਜਿੱਥੇ ਦੇ ਅਸੀਂ ਸੱਚਮੁੱਚ ਰਹਿਣ ਵਾਲੇ ਹਾਂ। ਸੋ ਹੁਣ ਸਾਨੂੰ ਪਤਾ ਲੱਗ ਗਿਆ ਕਿ ਸਮਾਂ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਚੇਤਨਾ ਨੂੰ ਉੱਚ ਪੱਧਰ 'ਤੇ ਲਿਜਾਣ ਨਾਲ ਇਹ ਸਮਾਂ ਬਦਲ ਜਾਂਦਾ ਹੈ। ਉਦਾਹਰਣ ਦੇ ਲਈ, ਇੱਕ ਸੁਪਨੇ ਵਿੱਚ ਅਸੀਂ ਆਪਣਾ ਸਮਾਂ ਵਧਾ ਦਿੰਦੇ ਹਾਂ ਕਿਉਂਕਿ ਅਸੀਂ ਇੱਕ ਦ੍ਰਿਸ਼ ਤੋਂ ਦੂਜੇ 'ਤੇ ਉਡਾਰੀ ਮਾਰਦੇ ਹਾਂ ਅਤੇ ਸੋਚਦੇ ਹਾਂ ਕਿ ਸਾਰਾ ਸਮਾਂ ਬੀਤ ਗਿਆ। ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਛਾਲ ਮਾਰਦੇ ਹਾਂ। ਇੱਕ ਸੁਪਨੇ ਵਿੱਚ ਤੁਸੀਂ ਇੱਕ ਪਲ ਸਟਾਕਹੋਲਮ ਵਿੱਚ ਹੋ ਸਕਦੇ ਹੋ ਅਤੇ ਅਗਲੇ ਹੀ ਪਲ ਤੁਸੀਂ ਨਿਊਯਾਰਕ ਵਿੱਚ ਹੋ ਸਕਦੇ ਹੋ ਅਤੇ ਤੁਸੀਂ ਸੋਚਦੇ ਹੋ ਇਹ ਸੁਭਾਵਿਕ ਹੈ। ਕਿਸੇ ਨੇ ਕਦੇ ਵੀ ਇੱਕ ਸੁਪਨੇ ਵਿੱਚ ਇਹ ਪ੍ਰਸ਼ਨ ਨਹੀਂ ਕੀਤਾ, ਮੈਂ ਨਿਊਯਾਰਕ ਵਿੱਚ ਕਿਵੇਂ ਹੋ ਸਕਦਾ ਹਾਂ ਜਦੋਂ ਮੈਂ ਹੁਣੇ ਸਟਾਕਹੋਲਮ ਵਿੱਚ ਸੀ। ਸੁਪਨੇ ਵਿੱਚ ਇਹ ਕੁਦਰਤੀ ਜਾਪਦਾ ਹੈ। ਜੇ ਇਹ ਸਥੂਲ ਜੀਵਨ ਵਿੱਚ ਹੋਇਆ ਹੁੰਦਾ ਤਾਂ ਤੁਸੀਂ ਹੈਰਾਨ ਹੋ ਜਾਂਦੇ ਕਿ ਇਹ ਇੱਕ ਚਮਤਕਾਰ ਹੈ, ਪਰ ਇਹ ਸੁਪਨੇ ਵਿੱਚ ਅਸਧਾਰਨ ਨਹੀਂ ਲੱਗਦਾ। ਤੁਸੀਂ ਇੱਕ ਸੁਪਨੇ ਵਿੱਚ ਸਮੇਂ ਅਤੇ ਸਪੇਸ ਨੂੰ ਬਦਲਣ ਦਾ ਨਿਯਮ ਖੁਦ ਬਣਾਇਆ ਹੈ। ਇਸੇ ਤਰ੍ਹਾਂ ਅਸਾਂ ਨੇ ਇੱਥੇ ਦੇ ਸਮੇਂ ਅਤੇ ਸਪੇਸ ਦੇ ਨਿਯਮ ਸੂਖਮ ਪੱਧਰ ਦੇ ਸਮੇਂ ਅਤੇ ਸਪੇਸ ਦੇ ਨਿਯਮਾਂ ਤੋਂ ਵੱਖਰੇ ਬਣਾ ਦਿੱਤੇ। ਜਦੋਂ ਤੁਸੀਂ ਆਪਣੀ ਤਵੱਜੋ ਨੂੰ ਅੱਖਾਂ ਦੇ ਪਿੱਛੇ ਖਿੱਚੋਗੇ ਅਤੇ ਅੰਦਰੂਨੀ ਅਸਮਾਨ ਖੋਲ੍ਹੋਗੇ ਅਤੇ ਉਹ ਪੱਧਰ ਖੋਲ੍ਹੋਗੇ ਤਾਂ ਤੁਸੀਂ ਦੇਖੋਗੇ ਕਿ ਸਮੇਂ ਅਤੇ ਸਪੇਸ ਦਾ ਨਿਯਮ ਇੱਥੋਂ ਦੇ ਸਮੇਂ ਅਤੇ ਸਪੇਸ ਦੇ ਨਿਯਮ ਤੋਂ ਵੱਖਰੇ ਹਨ। ਇਹ ਇੱਕ ਅਹਿਮ ਅੰਤਰ ਹੈ ਕਿ ਉੱਥੇ ਤੁਸੀਂ ਸਮੇਂ ਨੂੰ ਰੋਕ ਸਕਦੇ ਹੋ ਜੋ ਤੁਸੀਂ ਇੱਥੇ ਨਹੀਂ ਕਰ ਸਕਦੇ। ਕੋਈ ਨਹੀਂ ਕਹਿ ਸਕਦਾ, ਮੈਨੂੰ ਇਹ ਦ੍ਰਿਸ਼ ਪਸੰਦ ਹੈ, ਮੈਨੂੰ ਇਸ ਨੂੰ ਕੁਝ ਕੁ ਮਿੰਟਾਂ ਲਈ ਰੋਕ ਕੇ ਵੇਖਣਾ ਚਾਹੀਦਾ ਹੈ। ਉਹ ਬੀਤ ਜਾਂਦਾ ਹੈ, ਉਸ ਨੂੰ ਰੋਕਣ ਦਾ ਕੋਈ ਵਿਕਲਪ ਨਹੀਂ ਹੈ। ਸੂਖਮ ਸੰਸਾਰ ਵਿੱਚ ਤੁਹਾਡੇ ਕੋਲ ਇਸ ਤਰ੍ਹਾਂ ਦੀ ਚੁਆਇਸ ਹੈ। ਜੇ ਕੁਝ ਸੁੰਦਰ ਲੱਗਦਾ ਹੈ ਤਾਂ ਤੁਸੀਂ ਉਸ ਦ੍ਰਿਸ਼ ਨੂੰ ਰੋਕ ਸਕਦੇ ਹੋ। ਤੁਹਾਨੂੰ ਜੋ ਵੀ ਪਸੰਦ ਹੈ ਉਸ ਨੂੰ ਰੋਕ ਲਵੋ। ਚੇਤਨਾ ਦਾ ਇੱਕ ਹੋਰ ਸਮਾਂਤਰ ਪੱਧਰ ਹੈ ਜਿੱਥੇ ਤੁਸੀਂ ਸਮੇਂ ਨੂੰ ਘੜੀ ਵਾਂਗ ਆਪਣੀ ਜੇਬ ਵਿੱਚ ਸਾਂਭ ਸਕਦੇ ਹੋ। ਤੁਸੀਂ ਇਸ ਨੂੰ ਤੇਜ਼ ਜਾਂ ਹੌਲੀ ਕਰ ਸਕਦੇ ਹੋ। ਉਸ ਜਗ੍ਹਾ 'ਤੇ ਸਮੇਂ ਅਤੇ ਸਪੇਸ ਵਿੱਚ ਕੋਈ ਅੰਤਰ ਨਹੀਂ ਹੈ। ਜੇ ਇੱਥੇ ਤੁਸੀਂ ਉਸ ਸੜਕ 'ਤੇ ਤੁਰ ਰਹੇ ਹੋ ਤਾਂ ਤੇਜ਼ ਹੋ ਕੇ ਕੁਝ ਹੋਰ ਲੋਕਾਂ ਨੂੰ ਪਿੱਛੇ ਛੱਡ ਸਕਦੇ ਹੋ ਅਤੇ ਦੂਜੇ ਹੋਰ ਤੇਜ਼ੀ ਨਾਲ ਤੁਰ ਕੇ ਤੁਹਾਡੇ ਤੱਕ ਪਹੁੰਚ ਸਕਦੇ ਹਨ। ਪਰ ਅਸੀਂ ਸਮੇਂ ਵਿੱਚ ਅਜਿਹਾ ਨਹੀਂ ਕਰ ਸਕਦੇ। ਮੈਂ ਨਹੀਂ ਕਹਿ ਸਕਦਾ ਕਿ ਮੈਂ ਤੁਹਾਡੇ ਤੋਂ 5 ਮਿੰਟ ਅੱਗੇ ਜਾਣਾ ਚਾਹੁੰਦਾ ਹਾਂ। ਸਥੂਲ ਸੰਸਾਰ ਵਿੱਚ ਇਹ ਸਮਾਂ ਸਾਡੇ ਲਈ ਬਰਾਬਰ ਹੁੰਦਾ ਹੈ, ਇਹ ਉੱਥੇ ਬਰਾਬਰ ਨਹੀਂ ਹੁੰਦਾ। ਉੱਥੇ ਲੋਕ ਆਪਣਾ ਸਾਰਾ ਸਮਾਂ ਕੰਟਰੋਲ ਵਿੱਚ ਰੱਖਦੇ ਹਨ। ਇਹ ਬਹੁਤ ਵੱਡਾ ਅੰਤਰ ਹੈ ਅਤੇ ਫਿਰ ਵੀ ਇਹ ਉੱਥੇ ਸਧਾਰਨ ਲੱਗਦਾ ਹੈ। ਅਤੇ ਇਸ ਤੋਂ ਉੱਪਰ ਜਦੋਂ ਤੁਸੀਂ ਕਾਰਨ ਪੱਧਰ 'ਤੇ ਜਾਂਦੇ ਹੋ, ਸ਼ੁੱਧ ਮਾਨਸਿਕ ਪੱਧਰ 'ਤੇ ਜਿੱਥੇ ਮਨ ਇਹਨਾਂ ਇੰਦਰੀਆਂ ਅਤੇ ਸਰੀਰਾਂ ਤੋਂ ਬਿਨਾਂ ਕੰਮ ਕਰਦਾ ਹੈ, ਉੱਥੇ ਸਮਾਂ ਸਿਰਫ ਬਿਲਕੁਲ ਸਮਤਲ ਚੀਜ਼ ਵਾਂਗੂ ਹੁੰਦਾ ਹੈ। ਉੱਥੇ ਸਮਾਂ ਕਦੇ ਵੀ ਨਹੀਂ ਚੱਲਦਾ, ਅਸੀਂ ਚੱਲਦੇ ਹਾਂ। ਅਸੀਂ ਸਮੇਂ 'ਤੇ ਜਿੱਥੇ ਵੀ ਚਾਹੀਏ ਚੱਲ ਸਕਦੇ ਹਾਂ, ਪਿੱਛੇ ਜਾਂ ਅੱਗੇ। ਉਹ ਸਭ ਘਟਨਾਵਾਂ ਜੋ ਇੱਥੇ ਜ਼ਿੰਦਗੀ ਵਿੱਚ ਵਾਪਰ ਰਹੀਆਂ ਹਨ, ਅਸੀਂ ਉੱਥੇ ਜਾ ਕੇ ਉਹਨਾਂ ਸਾਰੀਆਂ ਨੂੰ ਵਾਪਸ ਵੇਖ ਸਕਦੇ ਹਾਂ। ਅਸੀਂ ਭਵਿੱਖ ਵਿੱਚ ਜਾ ਕੇ ਉਹਨਾਂ ਭਵਿੱਖ ਦੀਆਂ ਸਾਰੀਆਂ ਘਟਨਾਵਾਂ ਨੂੰ ਦੇਖ ਸਕਦੇ ਹਾਂ। ਕਾਰਨ ਪੱਧਰ ਵਿੱਚ ਸਾਡੇ ਕੋਲ ਸਾਰਿਆਂ ਪੱਧਰਾਂ ਦੇ ਜੀਵਨਾਂ ਦੀਆਂ ਸਾਰੀਆਂ ਘਟਨਾਵਾਂ ਤੱਕ ਪੂਰੀ ਪਹੁੰਚ ਹੁੰਦੀ ਹੈ, ਪਿੱਛੇ ਅਤੇ ਅੱਗੇ ਨੂੰ। ਸਮਾਂ ਬਹੁਤ ਵੱਖਰਾ ਜਾਪਦਾ ਹੈ। ਦਰਅਸਲ ਸਮਾਂ ਹਰ ਜਗ੍ਹਾ ਇੱਕੋ ਜਿਹਾ ਹੁੰਦਾ ਹੈ, ਪਰ
ਸਮੇਂ ਦੇ ਸਾਡੇ ਅਨੁਭਵ ਵੱਖਰੇ ਹੁੰਦੇ ਹਨ। ਉਦਾਹਰਣ ਦੇ ਲਈ, ਇੱਥੇ ਅਸੀਂ ਸੋਚਦੇ ਹਾਂ ਕਿ ਸਮਾਂ ਚੱਲ ਰਿਹਾ ਹੈ। ਸਮਾਂ ਨਹੀਂ ਚੱਲ ਰਿਹਾ ਹੁੰਦਾ। ਸਾਡੇ ਜੀਵਨ ਦੀਆਂ ਸਾਰੀਆਂ ਘਟਨਾਵਾਂ ਪਹਿਲਾਂ ਹੀ ਉੱਥੇ ਸਾਡੇ ਅੱਗੇ ਅਤੇ ਪਿੱਛੇ ਹੁੰਦੀਆਂ ਹਨ। ਅਸੀਂ ਸਮੇਂ ਦੀ ਯਾਤਰਾ ਕਰ ਰਹੇ ਹਾਂ। ਲੋਕ ਸੋਚਦੇ ਹਾਂ ਕਿ ਸਿਰਫ ਮਿਸਰੀ ਲੋਕ ਹੀ ਸਮੇਂ ਦੀ ਯਾਤਰਾ ਕਰਨਾ ਜਾਣਦੇ ਹਨ। ਦਰਅਸਲ ਉਹਨਾਂ ਨੇ ਯਾਤਰਾ ਨੂੰ ਤੇਜ਼ੀ ਨਾਲ ਕਰਨਾ ਸਿੱਖਿਆ ਸੀ। ਉਹਨਾਂ ਨੇ ਆਪਣੇ ਸਮੇਂ ਦੇ ਪ੍ਰਵੇਗ ਨੂੰ ਵਧਾਉਣਾ ਸਿੱਖ ਲਿਆ ਸੀ। ਪਰ ਸਮੇਂ ਦੀ ਯਾਤਰਾ ਤਾਂ ਸਾਡੇ ਲਈ ਸੁਭਾਵਿਕ ਹੈ। ਅਸੀਂ ਹਰ ਵੇਲੇ ਸਮੇਂ ਦੀ ਯਾਤਰਾ ਕਰ ਰਹੇ ਹਾਂ। ਅਸੀਂ ਇੱਕ ਪਲ ਤੋਂ ਦੂਜੇ ਪਲ 'ਤੇ, ਇੱਕ ਘਟਨਾ ਤੋਂ ਦੂਜੀ ਘਟਨਾ ਦੀ ਯਾਤਰਾ ਕਰ ਰਹੇ ਹਾਂ। ਅਖੀਰ ਵਿੱਚ ਅਸੀਂ ਆਪਣੀ ਜ਼ਿੰਦਗੀ ਨੂੰ ਖਤਮ ਕਰਦੇ ਹਾਂ ਅਤੇ ਅਸੀਂ ਹੁਣੇ ਯਾਤਰਾ ਖਤਮ ਕਰ ਲਈ। ਅਸੀਂ ਉਸ ਰਫ਼ਤਾਰ ਨਾਲ ਚੱਲ ਰਹੇ ਹਾਂ ਜਿਸ ਨੂੰ ਗਲਤੀ ਨਾਲ ਅਸੀਂ ਆਪਣੀਆਂ ਘੜੀਆਂ ਨਾਲ ਮਾਪਦੇ ਹਾਂ। ਜ਼ਰਾ ਮੰਨ ਲਓ, ਤੁਸੀਂ ਚੰਗੇ ਲੋਕਾਂ ਦੀ ਸੰਗਤ ਵਿੱਚ ਹੋ, ਵਧੀਆ ਸਮਾਂ ਬਿਤਾ ਰਹੇ ਹੋ ਅਤੇ ਤੁਸੀਂ ਸੋਚਦੇ ਹੋ ਕਿ 2 ਕੁ ਮਿੰਟ ਬੀਤ ਚੁੱਕੇ ਹਨ ਅਤੇ ਉਹ 15 ਕੁ ਮਿੰਟ ਹੁੰਦੇ ਹਨ। ਤੁਸੀਂ ਕਹਿੰਦੇ ਹੋ, ਜੋ ਸਾਨੂੰ ਇੱਥੇ ਬੈਠਿਆ 1 ਘੰਟਾ ਹੋ ਗਿਆ। ਨਹੀਂ, ਤੁਸੀਂ 2 ਘੰਟੇ ਤੋਂ ਬੈਠੇ ਹੋ, ਕਿਉਂਕਿ ਤੁਸੀਂ ਵਧੀਆ ਸਮਾਂ ਬਿਤਾ ਰਹੇ ਹੋ। ਅੱਗੋਂ ਮਾੜਾ ਸਮਾਂ ਆ ਜਾਂਦਾ ਹੈ ਜਾਂ ਤੁਸੀਂ ਅਭਿਆਸ ਕਰ ਰਹੇ ਹੁੰਦੇ ਹੋ। ਇਹ ਅਭਿਆਸ ਦਾ ਸਮਾਂ ਮਾੜਾ ਸਮਾਂ ਨਹੀਂ ਹੁੰਦਾ, ਸਿਰਫ ਸ਼ੁਰੂ ਸ਼ੁਰੂ ਵਿੱਚ ਤੁਹਾਨੂੰ ਅਭਿਆਸ ਵਿੱਚ ਸੰਘਰਸ਼ ਕਰਨਾ ਪੈਂਦਾ ਹੈ। ਕਹਿੰਦੇ ਹੋ, ਮੈਂ ਅੱਜ 2.5 ਘੰਟੇ ਅਭਿਆਸ ਕਰਨਾ ਚਾਹੁੰਦਾ ਹਾਂ, ਆਪਣੇ ਕੁੱਲ ਸਮੇਂ ਦਾ 10ਵਾਂ ਹਿੱਸਾ ਮੈਂ ਇਸ ਨੂੰ ਕਰਨਾ ਚਾਹੁੰਦਾ ਹਾਂ, ਅਤੇ ਤੁਸੀਂ ਦੇਖਦੇ ਹੋ ਅਤੇ ਕਹਿੰਦੇ ਹੋ, ਜ਼ਰੂਰ 2.5 ਘੰਟੇ ਹੋਣੇ ਹਨ, 10 ਮਿੰਟ। ਸਮਾਂ ਸਾਡੇ ਲਈ ਵਿਅਕਤੀਗਤ ਹੈ। ਮੇਰੇ ਇੱਕ ਦੋਸਤ ਨੇ ਮੈਨੂੰ ਇੱਕ ਵਾਰ ਸੈਨ ਫਰਾਂਸਿਸਕੋ ਬੁਲਾਇਆ ਅਤੇ ਕਹਿਣ ਲੱਗਾ, ਮੈਂ ਬਹੁਤ ਖੁਸ਼ ਹਾਂ, ਤੁਸੀਂ ਨਿਯਮਤ ਤੌਰ 'ਤੇ ਅਭਿਆਸ ਕਰਦੇ ਹੋ, ਪਰ ਮੈਂ ਕਦੇ ਕਦੇ ਕਰਦਾ ਹਾਂ, ਅੱਜ ਅਸੀਂ ਇਕੱਠੇ ਅਭਿਆਸ ਕਰਾਂਗੇ। ਉਸ ਰਾਤ ਅਸਲ ਵਿੱਚ ਮੈਂ ਬਹੁਤ ਥੱਕਿਆ ਹੋਇਆ ਸੀ, ਸੌਣਾ ਚਾਹੁੰਦਾ ਸੀ, ਪਰ ਆਪਣੇ ਦੋਸਤ ਦਾ ਦਿਲ ਰੱਖਣ ਲਈ ਕਿਹਾ, ਠੀਕ ਹੈ, ਅਸੀਂ ਇਕੱਠੇ ਅਭਿਆਸ ਕਰਾਂਗੇ। ਸੋ ਸਵੇਰੇ ਸਵੇਰੇ 3 ਵਜੇ ਘੜੀ ਦੇ ਅਲਾਰਮ ਨਾਲ ਅਸੀਂ ਉੱਠੇ, ਤਿਆਰ ਹੋਏ ਅਤੇ ਉਚਿਤ ਆਸਣ ਵਿੱਚ ਸਿੱਧੇ ਬੈਠ ਕੇ ਅੱਖਾਂ ਬੰਦ ਕਰਕੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਹੁਣ ਮੈਂ ਸੋਚਿਆ, ਮੇਰਾ ਦੋਸਤ ਅਭਿਆਸ ਕਰ ਰਿਹਾ ਹੈ, ਇੱਕ ਗੰਭੀਰ ਅਭਿਆਸੀ ਹੈ, ਪਰ ਮੈਂ ਇੰਨਾ ਗੰਭੀਰ ਨਹੀਂ ਹਾਂ। ਸੋ ਮੈਂ ਸਮੇਂ ਸਮੇਂ 'ਤੇ ਇਹ ਵੇਖਣ ਲਈ ਆਪਣੀ ਅੱਖ ਦਾ ਕੋਨਾ ਖੋਲ੍ਹਦਾ ਕਿ ਉਹ ਕੀ ਕਰ ਰਿਹਾ ਹੈ। ਪਰ ਸੰਯੋਗ ਜਾਂ ਇਤਫਾਕ ਨਾਲ ਹਰ ਵਾਰ ਜਦੋਂ ਮੈਂ ਉਸ ਨੂੰ ਦੇਖਦਾ ਤਾਂ ਉਸ ਦੀ ਨਜ਼ਰ ਆਪਣੀ ਘੜੀ 'ਤੇ ਹੁੰਦੀ। ਉਹ ਕਈ ਵਾਰ ਘੜੀ ਵੱਲ ਦੇਖ ਰਿਹਾ ਸੀ ਅਤੇ ਉਹ 2.5 ਘੰਟੇ ਦੀ ਪ੍ਰਕਿਰਿਆ ਬਹੁਤ ਮੁਸ਼ਕਲ ਨਾਲ ਪੂਰੀ ਹੋਈ। ਇਸ ਪ੍ਰਕਿਰਿਆ ਤੋਂ ਬਾਅਦ ਮੇਰੇ ਦੋਸਤ ਨੇ ਮੈਨੂੰ ਕਿਹਾ, ਉਹ ਈਸ਼ਵਰ, ਬਹੁਤ ਚੰਗਾ, ਅਸੀਂ ਬਹੁਤ ਚੰਗਾ ਅਭਿਆਸ ਕੀਤਾ। ਮੈਂ ਜਵਾਬ ਦਿੱਤਾ, ਹਾਂ, ਅਸੀਂ ਕੀਤਾ, ਪਰ ਫਰਕ ਕੇਵਲ ਇਹੀ ਸੀ ਕਿ ਤੁਸੀਂ ਤੀਸਰੇ ਨੇਤਰ ਦੀ ਬਜਾਏ ਆਪਣੀ ਘੜੀ 'ਤੇ ਅਭਿਆਸ ਕਰ ਰਹੇ ਸੀ। ਇਸ ਲਈ ਇਹ ਸਮਾਂ ਸਾਡੇ ਵਾਸਤੇ ਬਹੁਤ ਵੱਖਰਾ ਹੁੰਦਾ ਹੈ, ਕਿਉਂਕਿ ਸਮਾਂ ਵਿਅਕਤੀਗਤ ਹੈ, ਪਰ ਫਿਰ ਵੀ ਅਸੀਂ ਆਪਣੀ ਘੜੀ ਉੱਤੇ ਆਪਣੇ ਅਨੁਭਵਾਂ ਨਾਲੋਂ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਅਸੀਂ ਉਸ ਸਤਰ 'ਤੇ ਆ ਗਏ ਹਾਂ ਕਿ ਸੂਰਜ ਦੀ ਰੋਸ਼ਨੀ ਦਾ ਅਨੁਭਵ, ਸੂਰਜ ਦੇ ਚੜ੍ਹਨ ਅਤੇ ਡੁੱਬਣ ਦਾ ਅਨੁਭਵ ਸਾਡੇ ਸਮੇਂ ਨੂੰ ਨਿਰਧਾਰਿਤ ਕਰਦਾ ਹੈ। ਘੜੀਆਂ ਦਾ ਅਨੁਭਵ ਸਾਡੇ ਸਮੇਂ ਨੂੰ ਨਿਰਧਾਰਿਤ ਕਰਦਾ ਹੈ, ਨਾ ਕਿ ਸਮੇਂ ਦੇ ਵੇਗ ਦਾ ਅਨੁਭਵ। ਚੇਤਨਾ ਦੇ ਉਚੇਰੇ ਪੱਧਰਾਂ 'ਤੇ ਅਜਿਹਾ ਨਹੀਂ ਹੈ ਅਤੇ ਉੱਥੇ ਸਾਡੇ ਕੋਲ ਸਮੇਂ ਦਾ ਬਿਹਤਰ ਆਭਾਸ ਹੁੰਦਾ ਹੈ। ਅਸਲ ਵਿੱਚ ਸਮਾਂ ਕੀ ਹੈ? ਸਮਾਂ ਇੱਕ ਰਚਨਾ ਹੈ, ਇਹ ਮਨ ਦੀ ਇੱਕ ਰਚਨਾ ਹੈ। ਸਮਾਂ ਅਤੇ ਸਪੇਸ ਦੋਵੇਂ ਮਨ ਦੁਆਰਾ ਬਣਾਏ ਗਏ ਹਨ। ਉਹ ਹੁੰਦੇ ਨਹੀਂ, ਪਰ ਅਸੀਂ ਉਹਨਾਂ ਦਾ ਅਨੁਭਵ ਕਰਦੇ ਹਾਂ। ਅਸੀਂ ਉਹਨਾਂ ਨੂੰ ਆਪਣੀ ਚੇਤਨਾ ਦੁਆਰਾ ਬਹੁਤ ਹੀ ਸੂਖਮ ਢੰਗ ਨਾਲ ਅਨੁਭਵ ਕਰਦੇ ਹਾਂ। ਇਹ ਚੇਤਨਾ ਇਹਨਾਂ ਵਾਕਿਆਂ ਵਿੱਚ ਉਸ ਤਰ੍ਹਾਂ ਕੰਮ ਕਰਦੀ ਹੈ। ਇਹ ਸਭ ਕੁਝ ਸਾਨੂੰ ਅਭਿਆਸ ਦੁਆਰਾ ਅਤੇ ਚੇਤਨਾ ਅਤੇ ਗਿਆਨ ਦੇ ਉੱਚ ਪੱਧਰਾਂ 'ਤੇ ਜਾ ਕੇ ਪਤਾ ਲੱਗਦਾ ਹੈ। ਇਹ ਉਹ ਚੀਜ਼ ਨਹੀਂ ਜੋ ਕੁਝ ਲੋਕਾਂ ਤੱਕ ਸੀਮਤ ਹੈ, ਜੋ ਇਸ ਦਾ ਮਾਨਸਿਕ ਤੌਰ 'ਤੇ ਪਤਾ ਲਗਾ ਸਕਦੇ ਹਨ। ਨਹੀਂ, ਇਹ ਗਿਆਨ ਬਿਨਾਂ ਕਿਸੇ ਭੇਦ ਦੇ ਸਾਡੇ ਸਾਰਿਆਂ ਅੰਦਰ ਮੌਜੂਦ ਹੈ। ਅਸੀਂ ਸਾਰੇ
ਇਸ ਤੱਕ ਪਹੁੰਚ ਸਕਦੇ ਹਾਂ ਅਤੇ ਇਸ ਦੀ ਪ੍ਰਕਿਰਿਆ ਸੌਖੀ ਹੈ। ਆਪਣੀ ਤਵੱਜੋ ਨੂੰ ਆਪਣੇ ਅੰਦਰ ਵੱਲ ਵਾਪਸ ਲਿਜਾਓ, ਨਾ ਕਿ ਬਾਹਰ ਵੱਲ। ਅਸੀਂ ਗਿਆਨ ਦੀ ਭਾਲ ਵਿੱਚ ਸਭ ਜਗ੍ਹਾ ਦੌੜਨ ਲਈ ਤਿਆਰ ਹਾਂ, ਪਰ ਉੱਥੇ ਨਹੀਂ ਜਾਂਦੇ ਜਿੱਥੇ ਗਿਆਨ ਮੌਜੂਦ ਹੈ ਜੋ ਸਾਡੇ ਅੰਦਰ ਹੈ। ਸਾਡੇ ਕੋਲ ਬਾਹਰ ਤੋਂ ਪੁੱਛਣ ਲਈ ਪ੍ਰਸ਼ਨ ਹਨ ਅਤੇ ਉੱਥੇ ਨਹੀਂ ਜਾਂਦੇ ਜਿੱਥੇ ਇਹਨਾਂ ਸਵਾਲਾਂ ਦਾ ਜਵਾਬ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਅੰਦਰ ਤੁਸੀਂ ਅੰਦਰ ਜਾਓ ਅਤੇ ਤੁਸੀਂ ਦੇਖੋਗੇ ਤੁਹਾਡੇ ਸਾਰੇ ਪ੍ਰਸ਼ਨਾਂ ਦੇ ਉੱਤਰ ਪਹਿਲਾਂ ਹੀ ਉੱਥੇ ਮੌਜੂਦ ਹਨ। ਅਸਲ ਵਿੱਚ ਮੇਰਾ ਤਜਰਬਾ ਹੈ, ਕੋਈ ਵੀ ਮੈਨੂੰ ਪ੍ਰਸ਼ਨ ਨਹੀਂ ਪੁੱਛਦਾ ਜਿਸ ਦਾ ਉਸਦੇ ਕੋਲ ਜਵਾਬ ਨਹੀਂ ਹੁੰਦਾ। ਉਹ ਬਸ ਚਾਹੁੰਦਾ ਹੈ ਕਿ ਮੈਂ ਉਸਦੇ ਲਈ ਇਸ ਨੂੰ ਜ਼ੁਬਾਨੀ ਕਰਾਂ ਤਾਂ ਕਿ ਉਹ ਬੋਲ ਸਕੇ ਅਤੇ ਕਹੇ, ਹਾਂ ਮੈਨੂੰ ਪਤਾ ਹੈ, ਇਹੋ ਹੀ ਹੈ। ਤੁਸੀਂ ਮੈਨੂੰ ਪੁੱਛ ਰਹੇ ਹੋ ਕਿਉਂਕਿ ਸਵਾਲ ਤੁਹਾਡੇ ਲਈ ਪ੍ਰਗਟ ਹੈ, ਜਵਾਬ ਤੁਹਾਡੇ ਅੰਦਰ ਲੁਕਿਆ ਹੋਇਆ ਹੈ। ਮੰਨ ਲਓ ਕਿ ਮੈਂ ਬਿਲਕੁਲ ਅਜੀਬ ਜਵਾਬ ਦੇ ਦੇਵਾਂ। ਤੁਸੀਂ ਕਹਿੰਦੇ ਹੋ, ਨਹੀਂ ਇਹ ਨਹੀਂ, ਇਸ ਦਾ ਕੋਈ ਮਤਲਬ ਨਹੀਂ ਬਣਦਾ। ਕਿਹੜਾ ਜਵਾਬ ਕਿਸੇ ਪ੍ਰਸ਼ਨਕਰਤਾ ਨੂੰ ਚੰਗਾ ਲੱਗੇਗਾ? ਜਵਾਬ ਜੋ ਪਹਿਲਾਂ ਹੀ ਪ੍ਰਸ਼ਨਕਰਤਾ ਦੇ ਅੰਦਰ ਹੈ। ਜੇ ਤੁਹਾਡੇ ਕੋਲ ਪਹਿਲਾਂ ਤੋਂ ਹੀ ਜਵਾਬ ਨਾ ਹੋਵੇ ਤਾਂ ਸਵਾਲ ਪੈਦਾ ਨਹੀਂ ਹੁੰਦਾ। ਪਰ ਜਵਾਬ ਚੇਤਨਾ ਦੇ ਵੱਖ ਵੱਖ ਪੱਧਰਾਂ ਦੀ ਤਰ੍ਹਾਂ ਹੀ ਬੰਦ ਹੈ। ਇਸ ਲਈ ਜਦੋਂ ਤੁਸੀਂ ਚੇਤਨਾ ਦੇ ਉੱਚ ਪੱਧਰਾਂ 'ਤੇ ਜਾਂਦੇ ਹੋ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਆਪਣੇ ਆਪ ਮਿਲ ਜਾਂਦੇ ਹਨ, ਕਿਉਂਕਿ ਤੁਹਾਡੇ ਸਾਰੇ ਸਵਾਲ ਉਹਨਾਂ ਜਵਾਬਾਂ ਤੋਂ ਹੀ ਪੈਦਾ ਹੁੰਦੇ ਹਨ ਜੋ ਉੱਥੇ ਸਟੋਰ ਕੀਤੇ ਗਏ ਸਨ। ਆਪਣੀ ਉਤਸੁਕਤਾ ਅਤੇ ਜਿਗਿਆਸਾ ਕਰਕੇ ਤੁਸਾਂ ਨੇ ਉਹ ਸਵਾਲ ਪੁੱਛੇ ਅਤੇ ਸਾਰੇ ਜਵਾਬ ਤੁਹਾਡੇ ਅੰਦਰ ਸੀ। ਇਹ ਇੱਕ ਕਮਾਲ ਦਾ ਅਨੁਭਵ ਹੈ। ਕੁਝ ਸਮੇਂ ਬਾਅਦ ਲੋਕ ਕਹਿੰਦੇ ਹਨ, ਮੇਰੇ ਕੋਲ ਕੋਈ ਹੋਰ ਸਵਾਲ ਨਹੀਂ ਰਿਹਾ। ਥੋੜ੍ਹੇ ਜਿਹੇ ਅਨੁਭਵ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਂਦਾ ਹੈ, ਮੇਰੇ ਕੋਲ ਹੋਰ ਸਵਾਲ ਨਹੀਂ ਹਨ। ਹਰ ਚੀਜ਼ ਦਾ ਜਵਾਬ ਅੰਦਰੋਂ ਹੀ ਆ ਜਾਂਦਾ ਹੈ। ਸਾਡੇ ਕੋਲ ਸਵਾਲਾਂ ਦੇ ਜਵਾਬ ਦੇਣ ਦੇ ਦੋ ਤਰੀਕੇ ਹਨ, ਜ਼ਿੰਦਗੀ ਦੇ ਪ੍ਰਸ਼ਨ, ਰੋਜ਼ਾਨਾ ਦੇ ਪ੍ਰਸ਼ਨ। ਪਹਿਲਾ ਤਰੀਕਾ ਜਵਾਬ ਬਾਰੇ ਸੋਚ ਕੇ ਹੁੰਦਾ ਹੈ, ਦੂਜਾ ਅੰਤਰ ਆਤਮੇ ਜਵਾਬ ਬਾਰੇ ਅਹਿਸਾਸ ਕਰਕੇ ਹੁੰਦਾ ਹੈ। ਪਹਿਲਾ ਇੱਕ ਤਰਕਸ਼ੀਲ ਢੰਗ ਹੈ, ਸੋਚਣ ਸਮਝ ਕੇ ਜਵਾਬ ਦੇਣ ਦਾ ਢੰਗ। ਜਦੋਂ ਜਵਾਬ ਲੱਭਣ ਲਈ ਤੁਸੀਂ ਸੂਝਬੂਝ ਨਾਲ ਆਪਣੇ ਮਨ ਦੀ ਵਰਤੋਂ ਕਰਦੇ ਹੋ। ਦੂਜਾ ਸਹਿਜ ਗਿਆਨ ਦਾ ਤਰੀਕਾ ਹੈ, ਅੰਤਰ ਆਤਮੇ ਦੀ ਆਵਾਜ਼ ਦੁਆਰਾ ਜਵਾਬ ਦੇਣ ਦਾ ਢੰਗ, ਭਾਵਨਾ ਦੁਆਰਾ ਸਹਿਜ ਜਵਾਬ ਦੇਣ ਦਾ ਢੰਗ। ਮੈਨੂੰ ਇਸ ਦਾ ਪਤਾ ਹੈ, ਪਤਾ ਨਹੀਂ ਕਿਵੇਂ। ਸਵਾਲਾਂ ਦੇ ਜਵਾਬ ਦੇਣ ਦੇ ਇਹ ਦੋ ਤਰੀਕੇ ਵੱਖਰੇ ਕਿਉਂ ਹਨ? ਕਿਉਂਕਿ ਇੱਕ ਜਵਾਬ ਮਨ ਦੁਆਰਾ ਦਿੱਤਾ ਜਾਂਦਾ ਹੈ ਜੋ ਸਮੇਂ ਅਤੇ ਸਪੇਸ ਵਿੱਚ ਕੰਮ ਕਰਦਾ ਹੈ, ਦੂਸਰਾ ਤੁਹਾਡੀ ਚੇਤਨਾ ਜਾਂ ਰੂਹ ਦੁਆਰਾ ਦਿੱਤਾ ਜਾਂਦਾ ਹੈ ਜੋ ਸਮੇਂ ਅਤੇ ਸਪੇਸ ਵਿੱਚ ਕੰਮ ਨਹੀਂ ਕਰਦਾ। ਜਦੋਂ ਤੁਹਾਨੂੰ ਕਿਸੇ ਜਵਾਬ ਬਾਰੇ ਸੋਚਣਾ ਪੈਂਦਾ ਹੈ, ਤਰਕਪੂਰਨ ਜਵਾਬ ਬਾਰੇ, ਤਾਂ ਇਹ ਸਮਾਂ ਲੈਂਦਾ ਹੈ। ਸਵਾਲ ਚਾਹੇ ਕਿੰਨਾ ਛੋਟਾ ਕਿਉਂ ਨਾ ਹੋਵੇ, ਜਵਾਬ ਚਾਹੇ ਕਿੰਨਾ ਛੋਟਾ ਕਿਉਂ ਨਾ ਹੋਵੇ, ਇਹ ਸਮਾਂ ਲੈਂਦਾ ਹੈ, ਕਿਉਂਕਿ ਉਸ ਵਿੱਚ ਵਿਚਾਰ ਸ਼ਾਮਲ ਹੁੰਦੇ ਹਨ ਅਤੇ ਛੋਟੀ ਤੋਂ ਛੋਟੀ ਵਿਚਾਰ ਲਈ ਵੀ ਸਮਾਂ ਲੱਗਦਾ ਹੈ। ਪਰ ਜਦੋਂ ਅੰਦਰ ਦੀ ਭਾਵਨਾ ਜਾਗਦੀ ਹੈ ਤਾਂ ਇਸ ਵਿੱਚ ਕੋਈ ਸਮਾਂ ਨਹੀਂ ਲੱਗਦਾ। ਇਹ ਭਾਵਨਾ ਅਚਾਨਕ ਆਉਂਦੀ ਹੈ, ਇਸ ਵਿੱਚ ਕੋਈ ਸਮਾਂ ਨਹੀਂ ਲੱਗਦਾ। ਇਹ ਭਾਵਨਾ ਸਿੱਧੀ ਆਤਮਾ ਤੋਂ ਆਉਂਦੀ ਹੈ, ਮਨ ਇਸ ਨੂੰ ਪ੍ਰਾਪਤ ਕਰਨ ਦੇ ਯੋਗ ਨਹੀਂ। ਪਰ ਜਦੋਂ ਅਸੀਂ ਕੋਈ ਜਵਾਬ ਸੋਚਦੇ ਹਾਂ ਤਾਂ ਮਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਹੁਣ ਜੀਵਨ ਵਿੱਚ ਅਸੀਂ ਜੋ ਕੀਤਾ ਉਹ ਇਹ ਕਿ ਅਸੀਂ ਸਵਾਲਾਂ ਦੇ ਜਵਾਬ ਲੱਭਣ ਲਈ ਨਿਰੰਤਰ ਮਨ 'ਤੇ ਨਿਰਭਰ ਕਰਦੇ ਆ ਰਹੇ ਹਾਂ। ਸਾਨੂੰ ਸੋਚਣ ਲਈ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਹੈ। ਆਪਣੇ ਆਪ ਲਈ ਹੋਰ ਸੋਚੋ, ਮਨ ਦੀ ਵਰਤੋਂ ਕਰੋ। ਸਾਰੀ ਉਮਰ ਸਾਨੂੰ ਸਿਖਾਇਆ ਗਿਆ ਹੈ ਕਿ ਕਿਵੇਂ ਵਧੇਰੇ ਸੋਚਣਾ ਹੈ। ਕਿਸੇ ਨੇ ਨਹੀਂ ਕਿਹਾ ਸੋਚੋ ਨਾ, ਬਲਕਿ ਆਪਣੀਆਂ ਅੰਦਰੂਨੀ ਭਾਵਨਾਵਾਂ, ਅੰਤਰ ਆਤਮੇ ਦੀ ਆਵਾਜ਼ ਨਾਲ ਜਵਾਬ ਲੱਭੋ। ਇਸ ਲਈ ਅਸਾਂ ਨੇ ਸੋਚਣ ਦਾ ਅਭਿਆਸ ਕਿਸੇ ਵੀ ਹੋਰ ਚੀਜ਼ ਨਾਲੋਂ ਜ਼ਿਆਦਾ ਕੀਤਾ। ਅਸੀਂ ਹਰ ਚੀਜ਼ ਬਾਰੇ ਸੋਚਦੇ ਹਾਂ ਅਤੇ ਇਹ ਸੋਚ ਅਕਸਰ ਉਲਝਣ ਪੈਦਾ ਕਰਦੀ ਹੈ, ਕਿਉਂਕਿ ਜਿੰਨਾ ਅਸੀਂ ਸੋਚਦੇ ਹਾਂ ਉਨੇ ਹੀ ਵਿਕਲਪ ਸਾਡੇ ਸਾਹਮਣੇ ਆਉਂਦੇ ਹਨ। ਜੇ ਕੋਈ ਵਿਅਕਤੀ ਮੇਰੇ ਕੋਲ ਆ ਕੇ ਕਹਿੰਦਾ ਹੈ, ਮੈਂ ਇਸ ਬਾਰੇ ਬਹੁਤ ਯਕੀਨੀ ਹਾਂ,
ਅਤੇ ਮੈਂ ਜਵਾਬ ਦਿੰਦਾ ਹਾਂ ਕਿ ਚਲੋ ਹੋਰ ਸੋਚਦੇ ਹਾਂ, ਤਾਂ 10 ਮਿੰਟਾਂ ਬਾਅਦ ਅਸੀਂ ਦੋਵੇਂ ਉਲਝਣ ਵਿੱਚ ਹੁੰਦੇ ਹਾਂ। ਸੋਚਣਾ ਉਹ ਪ੍ਰਕਿਰਿਆ ਨਹੀਂ ਜੋ ਸਮੱਸਿਆਵਾਂ ਦਾ ਹੱਲ ਕਰੇ, ਬਲਕਿ ਸੋਚ ਜ਼ਿਆਦਾ ਉਲਝਣ ਪੈਦਾ ਕਰਦੀ ਹੈ, ਸਾਡੇ ਸਾਹਮਣੇ ਹੋਰ ਤੱਥਾਂ ਨੂੰ ਪ੍ਰਗਟ ਕਰਦੀ ਹੈ ਜਿਨ੍ਹਾਂ ਦਾ ਪਹਿਲਾਂ ਸਾਨੂੰ ਨਹੀਂ ਸੀ ਪਤਾ। ਅੰਦਰੂਨੀ ਭਾਵਨਾਵਾਂ ਵਾਲੇ ਜਵਾਬ ਬਹੁਤ ਵੱਖਰੇ ਹੁੰਦੇ ਹਨ। ਇਹ ਜਵਾਬ ਸਾਹਮਣੇ ਰੱਖੇ ਗਏ ਸਵਾਲਾਂ ਤੋਂ ਨਹੀਂ ਆਉਂਦੇ। ਇਹ ਅੰਦਰੂਨੀ ਜਵਾਬ ਉਸ ਸਾਰੀ ਸਿਆਣਪ ਦੁਆਰਾ ਆਉਂਦੇ ਹਨ ਜੋ ਤੁਸਾਂ ਨੇ ਕਈ ਜੀਵਨ ਕਾਲਾਂ ਵਿੱਚ ਇਕੱਤਰ ਕੀਤੀ ਹੋਈ ਹੈ, ਅਤੇ ਇਹ ਅੰਦਰੂਨੀ ਭਾਵਨਾ ਉੱਥੋਂ ਕੰਮ ਕਰਦੀ ਹੈ, ਕਿਉਂਕਿ ਇਹ ਆਤਮਾ ਤੋਂ ਦਰਜ ਕੀਤੀ ਗਈ ਹੁੰਦੀ ਹੈ, ਨਾ ਕਿ ਮਨ ਤੋਂ। ਪਰ ਅਸੀਂ ਕੀ ਕਰਦੇ ਹਾਂ, ਇਹ ਜਾਣਦੇ ਹੋਏ ਵੀ ਕਿ ਅੰਦਰੂਨੀ ਭਾਵਨਾ ਫੈਸਲੇ ਲੈਣ ਦਾ ਇੱਕ ਵਧੀਆ ਤਰੀਕਾ ਹੈ, ਅਸੀਂ ਫਿਰ ਵੀ ਸੋਚ ਕੇ ਫੈਸਲਾ ਲੈਣਾ ਚਾਹੁੰਦੇ ਹਾਂ, ਅਤੇ ਫਿਰ ਅਸੀਂ ਸੋਚਦੇ ਹਾਂ ਅਤੇ ਕਹਿੰਦੇ ਹਾਂ, ਉਹ ਮੇਰੇ ਤੋਂ ਗਲਤੀ ਹੋ ਗਈ, ਮੈਂ ਇਹ ਪਹਿਲਾਂ ਕਿਉਂ ਨਹੀਂ ਵੇਖਿਆ। ਬਹੁਤ ਵਾਰ ਸਾਡੀ ਬੌਧਿਕ ਅਤੇ ਤਰਕਸ਼ੀਲ ਸੋਚ ਨਾਲ ਦਿੱਤੇ ਜਵਾਬ ਗਲਤ ਹੋ ਜਾਂਦੇ ਹਨ, ਕਿਉਂਕਿ ਬਾਅਦ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਕੋਲ ਪੂਰੇ ਤੱਥ ਨਹੀਂ ਸਨ। ਨਵੇਂ ਤੱਥ ਹਰ ਸਮੇਂ ਉਪਜਦੇ ਰਹਿੰਦੇ ਹਨ, ਅਤੇ ਜਿਹੜੇ ਜਵਾਬ ਅਸੀਂ ਸੋਚ ਨਾਲ ਲੱਭੇ ਸਨ ਉਹਨਾਂ ਨੂੰ ਖਤਮ ਕਰ ਦਿੰਦੇ ਹਨ। ਅੰਦਰੂਨੀ ਭਾਵਨਾ ਇਹ ਰੁੱਖ ਨਹੀਂ ਧਾਰਦੀ। ਅਖੀਰ ਵਿੱਚ ਅਸੀਂ ਕਹਿੰਦੇ ਹਾਂ, ਮੈਨੂੰ ਆਪਣੀ ਅੰਦਰੂਨੀ ਭਾਵਨਾ ਅਤੇ ਸਹਿਜ ਫੁਰਨੇ ਦੁਆਰਾ ਫੈਸਲਾ ਲੈਣਾ ਚਾਹੀਦਾ ਸੀ। ਮੈਂ ਇਸ ਤਰ੍ਹਾਂ ਸਾਰੀ ਦੁਨੀਆ ਵਿੱਚ ਕਈਆਂ ਨੂੰ ਅਜਿਹਾ ਕਹਿੰਦੇ ਸੁਣਿਆ ਹੈ। ਫਿਰ ਅਸੀਂ ਆਪਣੀ ਅੰਦਰੂਨੀ ਭਾਵਨਾ ਨਾਲ ਜੀਵਨ ਜੀਣ ਦਾ ਤਰੀਕਾ ਕਿਉਂ ਨਹੀਂ ਅਪਣਾਉਂਦੇ? ਸਾਡੇ ਮਨ ਅਤੇ ਸਾਡੀ ਰੂਹ ਦਾ ਕੰਮ ਕੀ ਹੈ? ਮਨ ਦਾ ਮੁੱਖ ਕੰਮ ਹੈ ਸੋਚਣਾ, ਅਤੇ ਉਹ ਸਭ ਕਰਨ ਦੇ ਢੰਗ ਲੱਭਣੇ ਜੋ ਤੁਹਾਡੀ ਰੂਹ ਚਾਹੁੰਦੀ ਹੈ। ਮਨ ਦਾ ਇਹੋ ਕੰਮ ਹੋਣਾ ਚਾਹੀਦਾ ਸੀ। ਮਨ ਸਾਡੀ ਸੇਵਾ ਲਈ ਹੋਣਾ ਚਾਹੀਦਾ ਸੀ। ਮਨ ਸਾਨੂੰ ਇੱਕ ਸੁੰਦਰ ਸ਼ਾਨਦਾਰ ਗੁਲਾਮ ਦੇ ਤੌਰ 'ਤੇ ਦਿੱਤਾ ਗਿਆ ਸੀ, ਉਲਝਣਾਂ ਦਾ ਨਿਪਟਾਰਾ ਕਰਨ, ਸੰਚਾਰ ਕਰਨ, ਭਾਸ਼ਾ ਦੀ ਵਰਤੋਂ ਕਰਨ, ਲਿਖਣ ਅਤੇ ਬੋਲਣ ਦੀ ਪ੍ਰਕਿਰਿਆ ਦੀ ਵਰਤੋਂ ਕਰਨ, ਮੌਜੂਦ ਤੱਥਾਂ ਦੀ ਵਿਚਾਰ ਕਰਨ, ਜੀਵਨ ਵਿੱਚ ਆਪਣੇ ਉਦੇਸ਼ਾਂ ਨੂੰ ਲਾਗੂ ਕਰਨ ਦੇ ਸਾਧਨ ਬਣਾਉਣ ਲਈ ਦਿੱਤਾ ਗਿਆ ਸੀ। ਮਨ ਇਹਨਾਂ ਚੀਜ਼ਾਂ ਲਈ ਹੋਣਾ ਹੀ ਚਾਹੀਦਾ ਸੀ, ਪਰ ਅਸੀਂ ਕੀ ਕੀਤਾ? ਅਸੀਂ ਮਨ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਕੀ ਕਰਨਾ ਹੈ। ਮਨ ਸਾਡਾ ਮਾਲਕ ਬਣ ਗਿਆ, ਅਤੇ ਅਸੀਂ ਇਸ ਦੇ ਗੁਲਾਮ ਬਣ ਗਏ। ਇਹ ਉਲਟ ਹੈ। ਸਾਨੂੰ ਆਪਣੇ ਮਨ ਦਾ ਮਾਲਕ ਬਣ ਕੇ ਉਸ ਨੂੰ ਵਰਤਣਾ ਚਾਹੀਦਾ ਸੀ, ਪਰ ਅਸੀਂ ਅੱਜ ਮਨ ਦੁਆਰਾ ਵਰਤੇ ਜਾ ਰਹੇ ਹਾਂ। ਅਸੀਂ ਸਥਿਤੀ ਨੂੰ ਉਲਟਾ ਦਿੱਤਾ। ਸਹਿਜ ਗਿਆਨ ਜਾਂ ਅੰਤਰ ਦੀ ਆਵਾਜ਼ ਆਤਮਾ ਤੋਂ ਆਉਂਦੀ ਹੈ, ਅਤੇ ਮਾਲਕ ਦੀ ਆਵਾਜ਼ ਹੈ, ਅਤੇ ਸੋਚਣ ਦੀ ਪ੍ਰਕਿਰਿਆ ਗੁਲਾਮ ਦੀ ਆਵਾਜ਼ ਹੈ। ਗੁਲਾਮ ਨੂੰ ਹਦਾਇਤਾਂ ਦੇਣ ਦਾ ਕੰਮ ਉਸ ਨੂੰ ਕੀ ਸੋਚਣਾ ਚਾਹੀਦਾ ਹੈ, ਮਾਲਕ ਦਾ ਹੋਣਾ ਚਾਹੀਦਾ ਹੈ। ਫੈਸਲੇ ਅੰਦਰੂਨੀ ਭਾਵਨਾ ਦੁਆਰਾ ਲੈਣੇ ਚਾਹੀਦੇ ਹਨ, ਅਤੇ ਸੋਚ ਵਿਚਾਰ ਇਹ ਹੋਣੀ ਚਾਹੀਦੀ ਹੈ ਕਿ ਉਸ ਫੈਸਲੇ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾਵੇ। ਬਸ ਆਪਣੀ ਜ਼ਿੰਦਗੀ ਵਿੱਚ ਇਸ ਛੋਟੇ ਜਿਹੇ ਬਦਲਾਵ ਦੀ ਕੋਸ਼ਿਸ਼ ਕਰੋ, ਤੁਹਾਡੀ ਜ਼ਿੰਦਗੀ ਉਸੇ ਵੇਲੇ ਵਧੀਆ ਹੋ ਜਾਵੇਗੀ। ਤੁਸੀਂ ਆਪਣਾ ਘੋੜਾ ਗੱਡੀ ਦੇ ਅੱਗੇ ਲਗਾ ਦਿਓ। ਇਸ ਸਮੇਂ ਗੱਡੀ ਘੋੜੇ ਦੇ ਅੱਗੇ ਹੈ। ਇਸ ਨੂੰ ਠੀਕ ਕਰੋ ਕਿ ਸਾਨੂੰ ਆਪਣੇ ਫੈਸਲੇ ਅੰਤਰ ਆਤਮਾ ਦੀ ਆਵਾਜ਼ ਨਾਲ ਲੈਣੇ ਚਾਹੀਦੇ ਹਨ, ਅਤੇ ਮਨ ਦਾ ਇਸਤੇਮਾਲ ਇਹਨਾਂ ਫੈਸਲਿਆਂ ਨੂੰ ਲਾਗੂ ਕਰਨ ਲਈ ਅਤੇ ਇਹਨਾਂ ਨੂੰ ਇਸ ਦੁਨੀਆ ਵਿੱਚ ਲਾਗੂ ਕਰਨ ਦੇ ਰਸਤੇ ਲੱਭਣ ਲਈ ਕਰਨਾ ਚਾਹੀਦਾ ਹੈ। ਮੈਂ ਇਹ ਤੁਹਾਨੂੰ ਕੋਈ ਰੂਹਾਨੀ ਚੀਜ਼ ਨਹੀਂ ਦੱਸ ਰਿਹਾ, ਮੈਂ ਦੁਨਿਆਵੀ ਕੰਮਾਂ ਬਾਰੇ ਗੱਲ ਕਰ ਰਿਹਾ ਹਾਂ। ਬਸ ਕੁਛ ਬਦਲਾਵ ਕਰੋ ਅਤੇ ਤੁਸੀਂ ਫਰਕ ਦੇਖੋਗੇ। ਪਰ ਮਨ ਹਮੇਸ਼ਾ ਬਹਿਸ ਕਰਦਾ ਰਹੇਗਾ, ਜਿਵੇਂ ਕਿ ਸਾਡੇ ਸਿਰ ਵਿੱਚ ਬੈਠੀ ਕੋਈ ਚੀਜ਼ ਸਾਨੂੰ ਸਿਖਾ ਰਹੀ ਹੋਵੇ ਕਿ ਕੀ ਕਰਨਾ ਹੈ। ਅਸੀਂ ਆਪਣੀ ਅੰਦਰੂਨੀ ਭਾਵਨਾ ਦਾ ਇਸਤੇਮਾਲ ਕਰਨਾ ਚਾਹੁੰਦੇ ਹਾਂ। ਮਨ ਕਹਿੰਦਾ ਹੈ, ਨਹੀਂ, ਤੁਸੀਂ ਕਿਵੇਂ ਯਕੀਨ ਕਰ ਸਕਦੇ ਹੋ ਕਿ ਇਹ ਅੰਦਰੂਨੀ ਭਾਵਨਾ ਹੈ? ਮਨ ਉਸੇ ਸਮੇਂ ਸ਼ੰਕੇ ਪੈਦਾ ਕਰਦਾ ਹੈ। ਮਨ ਦਾ ਇਹੀ ਕੰਮ ਹੈ, ਅਸੀਂ ਹੀ ਇਸ ਨੂੰ ਸ਼ੱਕੀ ਹੋਣਾ ਸਿਖਾਇਆ ਹੈ। ਸ਼ੁਰੂ ਵਿੱਚ ਸਾਡੇ ਵਿੱਚ ਕੁਝ ਵੀ ਸ਼ੱਕੀ ਨਹੀਂ ਸੀ, ਅਸੀਂ ਵਿਸ਼ਵਾਸ ਕਰਦੇ ਸੀ, ਸਾਧਕ ਸੀ। ਮਨ ਨੇ ਸਾਨੂੰ ਸ਼ੱਕੀ ਬਣਾ ਦਿੱਤਾ। ਉਹ ਤੁਸੀਂ ਕਿਵੇਂ ਯਕੀਨ ਕਰ ਸਕਦੇ ਹੋ? ਇਹ ਖਤਰਨਾਕ ਹੈ।
ਹੋ ਸਕਦਾ ਹੈ ਇਹ ਸਭ ਤੁਹਾਨੂੰ ਨਰਕਾਂ ਵੱਲ ਲੈ ਜਾਵੇ। ਹੋ ਸਕਦਾ ਹੈ ਕਿ ਤੁਸੀਂ ਸ਼ੈਤਾਨ ਨਾਲ ਗੱਲ ਕਰ ਰਹੇ ਹੋ। ਇਹ ਮਨ ਸਾਡੇ ਸਿਰ ਵਿੱਚ ਬਹੁਤ ਸਾਰੀਆਂ ਸ਼ੰਕਾਵਾਂ ਪੈਦਾ ਕਰਕੇ ਸਾਨੂੰ ਆਪਣੇ ਸੱਚ ਤੋਂ ਦੂਰ ਕਰ ਸਕਦਾ ਹੈ, ਪਰ ਜਦੋਂ ਅਸੀਂ ਆਪਣੀ ਭਾਵਨਾ ਨਾਲ, ਆਪਣੀ ਆਤਮਾ ਨਾਲ ਚੱਲਦੇ ਹਾਂ, ਅਸੀਂ ਸਹੀ ਹੁੰਦੇ ਹਾਂ। ਮਨ ਦੀ ਵਰਤੋਂ ਉਸ ਉਦੇਸ਼ ਲਈ ਕੀਤੀ ਜਾਣੀ ਚਾਹੀਦੀ ਹੈ ਜਿਸ ਲਈ ਇਹ ਸਾਨੂੰ ਦਿੱਤਾ ਗਿਆ ਸੀ। ਇਹ ਵੀ ਯਾਦ ਰੱਖੋ ਕਿ ਬੋਲਣ ਦੀ ਸ਼ਕਤੀ, ਭਾਸ਼ਾ ਅਤੇ ਸ਼ਬਦਾਂ ਦੀ ਵਰਤੋਂ ਕਰਨ ਦੀ ਸ਼ਕਤੀ ਇਸ ਮਨ ਦੁਆਰਾ ਵਰਤੀ ਜਾ ਰਹੀ ਹੈ। ਰੂਹ ਕਦੇ ਨਹੀਂ ਬੋਲਦੀ, ਆਤਮਾ ਸੁਣਦੀ ਹੈ ਅਤੇ ਮਨ ਬੋਲਦਾ ਹੈ। ਜਦੋਂ ਅਸੀਂ ਬੋਲਣਾ ਚਾਹੁੰਦੇ ਹਾਂ ਅਸੀਂ ਮਨ ਦੀ ਵਰਤੋਂ ਕਰਦੇ ਹਾਂ, ਜਦੋਂ ਅਸੀਂ ਲਿਖਣਾ ਚਾਹੁੰਦੇ ਹਾਂ ਅਸੀਂ ਮਨ ਦੀ ਵਰਤੋਂ ਕਰਦੇ ਹਾਂ, ਜਦੋਂ ਅਸੀਂ ਸੰਵਾਦ ਕਰਨਾ ਚਾਹੁੰਦੇ ਹਾਂ ਅਸੀਂ ਮਨ ਦੀ ਵਰਤੋਂ ਕਰਦੇ ਹਾਂ। ਪਰ ਅਸੀਂ ਮਨ ਦੀ ਵਰਤੋਂ ਇਹ ਪਤਾ ਲਗਾਉਣ ਲਈ ਨਹੀਂ ਕਰਦੇ ਕਿ ਅਸੀਂ ਕੀ ਸੁਣ ਰਹੇ ਹਾਂ। ਸੁਣਨ ਵਾਲਾ ਸਾਡਾ ਸਵੈ ਹੈ। ਤੁਸੀਂ ਦੇਖੋਗੇ ਜਦੋਂ ਸਾਡੇ ਕੋਲ ਸਮਾਂ ਹੋਵੇਗਾ, ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਥੋੜ੍ਹਾ ਜਿਹਾ ਪ੍ਰੈਕਟੀਕਲ ਅਭਿਆਸ ਕਰੋ। ਤੁਹਾਡੇ ਵਿੱਚੋਂ ਕਿੰਨੇ ਜਾਣੇ ਪ੍ਰੈਕਟੀਕਲ ਅਭਿਆਸ ਵਿੱਚ ਦਿਲਚਸਪੀ ਰੱਖਦੇ ਹਨ? ਠੀਕ ਹੈ, ਅਸੀਂ ਉਸ ਨੂੰ ਕਰਾਂਗੇ, ਅਤੇ ਜਦੋਂ ਅਸੀਂ ਉਹ ਕਰਾਂਗੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਆਪਣੀ ਆਤਮਾ ਅਤੇ ਆਪਣੇ ਮਨ ਦਾ ਫਰਕ ਕਿਸ ਤਰ੍ਹਾਂ ਪਹਿਚਾਨਣਾ ਹੈ। ਤੁਸੀਂ ਦੇਖੋਗੇ ਆਤਮਾ ਹਰ ਸਮੇਂ ਸੁਣ ਰਹੀ ਹੋਵੇਗੀ, ਮਨ ਹਰ ਸਮੇਂ ਬੋਲ ਰਿਹਾ ਹੋਵੇਗਾ। ਬਹੁਤ ਵੱਡਾ ਅੰਤਰ ਹੈ ਸਿਰ ਵਿੱਚ ਵੀ ਅਤੇ ਸੋਚਾਂ ਵਿੱਚ ਵੀ। ਜਦੋਂ ਮਨ ਸਿਰ ਵਿੱਚ ਬੋਲਦਾ ਹੈ, ਵਿਚਾਰ ਆਉਂਦੇ ਹਨ, ਉਹਨਾਂ ਨੂੰ ਕੌਣ ਸੁਣਦਾ ਹੈ? ਤੁਸੀਂ ਸੁਣਦੇ ਹੋ, ਤੁਹਾਡਾ ਸਵੈ ਸੁਣਦਾ ਹੈ, ਉਹ ਤੁਹਾਡੀ ਆਤਮਾ ਸੁਣਦੀ ਹੈ। ਸੁਣਨ ਵਾਲੀ ਆਤਮਾ ਹੈ, ਬੋਲਣ ਵਾਲਾ ਮਨ ਹੈ, ਅਤੇ ਇਸੇ ਕਾਰਨ ਕਰਕੇ ਫਿਰ ਅਭਿਆਸ ਕਰਨਾ ਸੌਖਾ ਹੋ ਜਾਂਦਾ ਹੈ। ਫਿਰ ਅਸੀਂ ਜਾਣ ਪਾਉਂਦੇ ਹਾਂ ਕਿ ਮਨ ਨੂੰ ਕਿਵੇਂ ਵਰਤਣਾ ਹੈ। ਇਹ ਬਹੁਤ ਅਹਿਮ ਗੱਲ ਹੈ। ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਅਭਿਆਸ ਕਰਨ ਦੀਆਂ ਸਹੀ ਹਿਦਾਇਤਾਂ ਮਿਲੀਆਂ ਹਨ, ਉਹ ਇਹ ਨਾ ਸਮਝਣ ਦੀ ਗਲਤੀ ਕਰਦੇ ਹਨ ਕਿ ਮਨ ਕੇਵਲ ਇੱਕ ਬੋਲਣ ਵਾਲਾ ਹੈ ਅਤੇ ਸੁਣਨ ਵਾਲਾ ਮਹੱਤਵਪੂਰਨ ਹੈ। ਅਧਿਆਤਮਿਕ ਵਿਕਾਸ ਵਧੇਰੇ ਬੋਲਣ ਨਾਲ ਨਹੀਂ ਹੁੰਦਾ, ਇਹ ਵਧੇਰੇ ਸੁਣਨ ਨਾਲ ਹੁੰਦਾ ਹੈ। ਜਿੰਨਾ ਤੁਸੀਂ ਜ਼ਿਆਦਾ ਸੁਣਨ ਵਾਲੇ ਬਣੋਗੇ, ਉਨਾ ਹੀ ਜ਼ਿਆਦਾ ਅਧਿਆਤਮਿਕ ਮਾਰਗ 'ਤੇ ਤਰੱਕੀ ਕਰਨ ਲਈ ਤੁਹਾਡੇ ਕੋਲ ਸਹੂਲਤ ਹੋਵੇਗੀ। ਇਸ ਲਈ ਇਹ ਕੁਝ ਅਨੁਭਵ ਹਨ ਜੋ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਸੀ। ਇਹ ਕਿਤਾਬਾਂ ਵਿੱਚੋਂ ਨਹੀਂ ਲਏ ਗਏ ਹਨ, ਹੋ ਸਕਦਾ ਹੈ ਕਿਤਾਬਾਂ ਵਿੱਚ ਇਹ ਸ਼ਾਮਲ ਹੋਣ। ਉਂਝ ਮੈਂ ਇੱਕ ਬਹੁਤ ਜ਼ਿਆਦਾ ਪੜ੍ਹਿਆ ਵਿਅਕਤੀ ਨਹੀਂ ਹਾਂ। ਵਾਸਤਵ ਵਿੱਚ ਆਪਣੀ ਅੱਧੀ ਜ਼ਿੰਦਗੀ ਵਿੱਚ ਮੈਂ ਜ਼ਿਆਦਾ ਕਿਤਾਬਾਂ ਨਹੀਂ ਪੜ੍ਹੀਆਂ। ਮੈਂ ਉਦੋਂ ਹੀ ਕਿਤਾਬਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਸੀ ਜਦੋਂ ਮੈਂ ਅਮਰੀਕਾ ਗਿਆ, ਕਿਉਂਕਿ ਉੱਥੇ ਉਹ ਕਿਤਾਬਾਂ ਤੋਂ ਪ੍ਰਸ਼ਨ ਪੁੱਛਦੇ ਹਨ। ਲੋਕ ਕਹਿੰਦੇ ਹਨ, ਤੁਸੀਂ ਜੋ ਕਹਿ ਰਹੇ ਹੋ ਉਹ ਕਿਹੜੀ ਕਿਤਾਬ ਵਿੱਚ ਕਿੱਥੇ ਲਿਖਿਆ ਹੋਇਆ ਹੈ, ਸਾਨੂੰ ਦਿਖਾਓ। ਸੋ ਮੈਨੂੰ ਕਿਤਾਬ ਲੈ ਕੇ ਪੜ੍ਹਨੀ ਪੈਂਦੀ ਸੀ ਅਤੇ ਉਹਨਾਂ ਨੂੰ ਦਿਖਾਉਣਾ ਪੈਂਦਾ ਕਿ ਜੋ ਮੈਂ ਕਹਿ ਰਿਹਾ ਹਾਂ ਉਹ ਕਿਹੜੇ ਪੰਨੇ 'ਤੇ ਮੌਜੂਦ ਹੈ। ਉਦਾਹਰਣ ਦੇ ਤੌਰ 'ਤੇ ਮੈਂ ਉਹਨਾਂ ਨੂੰ ਦੱਸਿਆ ਕਿ ਜਦੋਂ ਮੈਂ ਦੀਖਿਆ ਲਈ ਅਤੇ ਅਭਿਆਸ ਦੀ ਸ਼ੁਰੂਆਤ ਕੀਤੀ, ਜਦੋਂ ਮੈਂ ਬਹੁਤ ਛੋਟਾ ਸੀ, ਮੈਨੂੰ ਇੱਕ ਸਮੱਸਿਆ ਸੀ ਅਤੇ ਪਤਾ ਨਹੀਂ ਸੀ ਲੱਗ ਰਿਹਾ ਕਿ ਤੀਜੀ ਅੱਖ ਦਾ ਕੇਂਦਰ ਕਿੱਥੇ ਹੈ। ਮੈਨੂੰ ਨਹੀਂ ਸੀ ਪਤਾ ਲੱਗ ਰਿਹਾ ਕਿ ਉੱਥੇ ਧਿਆਨ ਕਿਵੇਂ ਲਗਾਉਣਾ ਹੈ। ਮੈਂ ਇਸ ਸਥੂਲ ਸਰੀਰ ਵਿੱਚ ਬੈਠੇ ਹੋਏ ਅਭਿਆਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਮੈਂ ਹਮੇਸ਼ਾ ਸਥੂਲ ਸਰੀਰ ਵਿੱਚ ਹੀ ਰਹਿ ਜਾਂਦਾ, ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਕਿੱਥੇ ਕੇਂਦਰਿਤ ਹੋਣਾ ਹੈ। ਜਦੋਂ ਉਹ ਕਹਿੰਦੇ ਅੱਖਾਂ ਦੇ ਪਿੱਛੇ ਕੇਂਦਰਿਤ ਕਰੋ, ਇੰਝ ਕਰੋ, ਮੈਂ ਆਪਣੀਆਂ ਅੱਖਾਂ 'ਤੇ ਸਾਰਾ ਦਬਾਅ ਪਾ ਲੈਂਦਾ ਇਹ ਦੇਖਣ ਲਈ ਕਿ ਅੰਦਰ ਕਿੱਥੇ ਜਾਣਾ ਹੈ। ਕਿਸੇ ਨੇ ਕਿਹਾ, ਉਹ ਤੁਹਾਨੂੰ ਆਪਣੀਆਂ ਅੱਖਾਂ ਨੂੰ ਪਿੱਛੇ ਵੱਲ ਘੁਮਾਉਣਾ ਪਵੇਗਾ। ਮੈਂ ਆਪਣੀਆਂ ਅੱਖਾਂ ਨੂੰ ਪਿੱਛੇ ਵੱਲ ਘੁਮਾਉਣ ਦੀ ਕੋਸ਼ਿਸ਼ ਕੀਤੀ। ਅੱਖਾਂ ਨੂੰ ਪਿੱਛੇ ਵੱਲ ਘੁਮਾ ਕੇ ਦੇਖਣਾ ਕਿ ਅੰਦਰ ਕੀ ਹੈ, ਇਹ ਬਹੁਤ ਮੁਸ਼ਕਲ ਸੀ। ਮੈਂ ਇਸ ਤਰ੍ਹਾਂ ਦੀਆਂ ਕਈ ਗਲਤੀਆਂ ਕਰ ਰਿਹਾ ਸੀ। ਫਿਰ ਮੈਂ ਆਪਣੇ ਗੁਰੂ ਵੱਡੇ ਮਹਾਰਾਜ ਹਜ਼ੂਰ ਮਹਾਰਾਜ ਬਾਬਾ ਸਾਵਨ ਸਿੰਘ ਕੋਲ ਗਿਆ,
ਜਿਨ੍ਹਾਂ ਦੀ ਤਸਵੀਰ ਤੁਸੀਂ ਦੇਖ ਰਹੇ ਹੋ। ਮੈਂ ਉਹਨਾਂ ਕੋਲ ਗਿਆ ਅਤੇ ਕਿਹਾ, ਮੈਂ ਬਹੁਤ ਸਮੇਂ ਤੋਂ ਇਸ ਅਭਿਆਸ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਇਹ ਲੱਭਣਾ ਬਹੁਤ ਮੁਸ਼ਕਲ ਹੈ ਕਿ ਕਿੱਥੇ ਬੈਠਣਾ ਹੈ। ਉਹਨਾਂ ਕਿਹਾ, ਇਸ ਅਭਿਆਸ ਦਾ ਸਰੀਰ ਨਾਲ ਕੋਈ ਲੈਣਾ ਦੇਣਾ ਨਹੀਂ। ਮੈਂ ਕਿਹਾ, ਪਰ ਤੁਸੀਂ ਹਮੇਸ਼ਾ ਕਹਿੰਦੇ ਹੋ ਇਹਨਾਂ ਅੱਖਾਂ ਪਿੱਛੇ ਜਾਓ, ਸਿਰ ਦੇ ਅੰਦਰ ਜਾਓ। ਉਹਨਾਂ ਕਿਹਾ, ਇਹ ਸਿਰਫ ਇੱਕ ਸ਼ੁਰੂਆਤੀ ਪੁਆਇੰਟ ਹੈ, ਇੱਕ ਨੋਸ਼ਨਲ ਜਾਂ ਕਲਪਨਾਤਮਕ ਪੁਆਇੰਟ। ਤੁਸੀਂ ਕਲਪਨਾ ਕਰਨ ਦਾ ਕੰਮ ਕਰਨਾ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਤੁਸੀਂ ਉੱਥੇ ਖੜ੍ਹੇ ਹੋ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਤੁਸੀਂ ਇੱਥੇ ਹੋ, ਕਲਪਨਾ ਕਰੋ ਕਿ ਤੁਸੀਂ ਅੰਦਰ ਹੋ। ਅਤੇ ਉਹਨਾਂ ਨੇ ਮੈਨੂੰ ਇੱਕ ਬਹੁਤ ਹੀ ਪ੍ਰੈਕਟੀਕਲ ਸੁਝਾਅ ਦਿੱਤਾ। ਉਹਨਾਂ ਨੇ ਆਪਣੀ ਉਂਗਲ ਉਠਾਈ। ਉਹਨਾਂ ਕਿਹਾ, ਕੀ ਤੁਸੀਂ ਕਲਪਨਾ ਕਰ ਸਕਦੇ ਹੋ? ਉਹਨਾਂ ਕਿਹਾ, ਉਹਨਾਂ ਮੈਨੂੰ ਵੀ ਉਂਗਲ ਉਠਾਉਣ ਲਈ ਕਿਹਾ। ਮੈਂ ਕਿਹਾ, ਹਾਂ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਤੁਸੀਂ ਉਂਗਲ ਉੱਪਰ ਬੈਠੇ ਹੋ? ਤੁਹਾਡੀ ਉਂਗਲ 'ਤੇ ਕੋਈ ਭਾਰ ਨਹੀਂ ਹੈ। ਮੈਂ ਕਲਪਨਾ ਕਰ ਸਕਦਾ ਹਾਂ ਕਿ ਮੈਂ ਉੱਥੇ ਹਾਂ। ਉਹਨਾਂ ਪੁੱਛਿਆ, ਕੀ ਤੁਹਾਡੀਆਂ ਅੱਖਾਂ ਉੱਤੇ ਕੋਈ ਦਬਾਅ ਹੈ? ਨਹੀਂ। ਤੁਹਾਡੇ ਸਿਰ ਉੱਤੇ ਕੋਈ ਦਬਾਅ ਹੈ? ਨਹੀਂ। ਕੀ ਤੁਸੀਂ ਉਸ ਨੂੰ ਲੱਭਣ ਲਈ ਕਾਫੀ ਕੋਸ਼ਿਸ਼ ਕਰ ਰਹੇ ਹੋ? ਮੈਂ ਕਿਹਾ, ਨਹੀਂ, ਇਹ ਕਾਲਪਨਿਕ ਹੈ। ਉਹਨਾਂ ਕਿਹਾ, ਹੁਣ ਉਸ ਕਾਲਪਨਿਕ ਆਪੇ ਨੂੰ ਜੋ ਇਸ ਉਂਗਲ 'ਤੇ ਬੈਠਾ ਹੈ ਇਸ ਤਰ੍ਹਾਂ ਲੈ ਕੇ ਆਓ ਅਤੇ ਅੰਦਰ ਛਾਲ ਮਾਰੋ। ਸੋ ਮੈਂ ਅੰਦਰ ਛਾਲ ਮਾਰੀ। ਇਹ ਬਹੁਤ ਸੌਖਾ ਹੈ। ਇਸ ਲਈ ਅਭਿਆਸ ਵਿੱਚ ਕੁਝ ਬਹੁਤ ਸਧਾਰਨ ਚੀਜ਼ਾਂ ਹਨ ਅਸੀਂ ਸਾਲਾਂ ਬੱਧੀ ਬਿਨਾਂ ਪਤੇ ਦੇ ਗਲਤ ਕਰ ਸਕਦੇ ਹਾਂ। ਇਸ ਲਈ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਨਾ ਕਿ ਇੱਕ ਕਾਮਲ ਮੁਰਸ਼ਦ ਹੋਵੇ, ਬਲਕਿ ਉਹ ਤੁਹਾਡੇ ਅਭਿਆਸ ਵਿੱਚ ਵੀ ਨਿਰੰਤਰ ਤੁਹਾਡੀ ਅਗਵਾਈ ਕਰੇ। ਇਸ ਲਈ ਅਸੀਂ ਇਸ ਬਾਰੇ ਹੋਰ ਗੱਲ ਕਰਾਂਗੇ। ਮੇਰੇ ਖਿਆਲ ਅਨੁਸਾਰ ਸਾਡੇ ਕੋਲ ਮੇਰੇ ਖਿਆਲ ਮੁਤਾਬਿਕ ਦੁਪਹਿਰ ਦੇ ਖਾਣੇ ਦਾ ਸਮਾਂ 12 ਵਜੇ ਦਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਖਾਣ ਲਈ ਕੁਝ ਲਵੋਗੇ। ਮੈਂ ਕੇਵਲ ਤੁਹਾਡੀਆਂ ਆਤਮਾਵਾਂ ਅਤੇ ਮਨ ਨੂੰ ਭੋਜਨ ਦੇ ਰਿਹਾ ਹਾਂ। ਤੁਹਾਡਾ ਬਹੁਤ ਧੰਨਵਾਦ। ਫਿਰ ਮਿਲਦੇ ਹਾਂ।